despertar. ਦਰਬਾਰਨ ਮੈਂ ਤੇਰੋ ਦਰਬਾਰਨ, ਮੁਖ ਮੇ ਕੜੀ ਤੁਮਰੇ ਦਰਬਾਰਾ, ਓ ਦਰਬਾਰਨ ਮੈਂ ਅਤੁਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕੁਛ ਪਾਰਾ ਬਾਰਾ, ਕੋਟ ਲਖ ਤਾਵੈ ਇੱਕ ਤਿਲ ਤਾਂ ਕਾ ਮਹਿਲ ਨਾ ਹੋਵੇ, ਮਹਿਮਾ ਨਾ ਜਾਣੇ ਬੀਤ ਬ੍ਰਹਮਾ ਨਾ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇ ਅੰਤ, ਇਹੋ ਮਾਰਾ ਜੀਵਨ, ਸਾਹਿਬ ਸੱਚੇ ਵੇਖ ਇਹੋ ਮਾਰਾ ਜੀਵਨਾ, ਇਹੋ ਮਾਰਾ ਜੀਵਨਾ, ਫਰੀਦਾ ਚਿੰਤ ਖਟੋਲਾ, ਬਾਣ ਦੁੱਖ ਬਿਰਹੋ ਵਿਸ਼ਾਵਣ ਲੇਪ, ਇਹੋ ਹਮਾਰਾ ਜੀਵਨਾ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ ਇਹੋ ਹਮਾਰਾ ਜੀਵਨਾ, ਇਹੋ ਹਮਾਰਾ
ਵਸਤਾ ਟੁੱਟੀ ਚੁੱਪਣੀ ਚੀਰ ਸਭ ਛਿੰਨ ਜਾਤ ਨ ਪਤ ਨ ਆਦਰ ਉਦਿਆਨ ਪਰਮਿੰਨਾ ਮਿੱਤਰ ਨਾਇਠ ਤਨ ਰੂਪਹੀਨ ਕੁਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਭਗਤ ਫਰੀਦ ਜੀ ਦੇ ਪਹਿਲੇ ਦੋ ਸਲੋਕਾਂ ਦੇ ਨਾਲ ਜਿਵੇਂ ਦੋ ਪੰਕਤੀਆਂ ਪੜ੍ਹਤੀਆਂ ਲਾਈਨਾਂ ਦੋਹਰਾ ਹੇ ਪਰਮਾਤਮ ਦੇਵ ਦੂਸਰੀ ਮੈਂ ਪੌੜੀ ਗੁਰੂ ਅਰਜਨ ਦੇਵ ਜੀ ਦੀਆਂ ਦੋ ਲਾਈਨਾਂ ਜੇ ਛੱਡੀਆਂ ਨੇ ਖੁਦਾ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਦੁਆ ਮੰਗਦੇ ਨੇ ਐ ਖੁਦਾ ਕੀ ਤੂੰ ਜਾਣਦਾ ਹੈ ਸਾਰੇ ਕਹਿੰਦੇ ਨੇ ਕਿ ਤੂੰ ਅੰਤਰਜਾਮੀ ਹੈ ਮੈਂ ਖੋਜਦਾ ਤਲਾਸ਼ ਕਰਦਾ ਤੇਰੀ ਮੇਰਾ ਹਾਲ ਕੀ ਹੈ ਚਿੰਤਾ ਲੱਗੀ ਹੋਈ ਹੈ ਦੁਨੀਆ ਨੂੰ ਮੇਰਾ ਜਿਹੜਾ ਆਰਾਮ ਕਰਨ ਦਾ ਟਿਕਾਣਾ ਹੈ ਮੰਜਾ ਹੈ ਉਹਦੇ ਚਾਰ ਪਾਈ ਦੇ ਦੋ ਸੇਰਵੇ ਦੋ ਵਾਹੀਆਂ ਔਰ ਉਹ ਕਾਹਦਾ ਹੈ ਚਿੰਤਾ ਦਾ ਬਣਿਆ ਹੋਇਆ ਤੇਰੇ ਮਿਲਣ ਦੀ ਚਿੰਤਾ ਲੱਗੀ ਹੋਈ ਹੈ ਦੁਨੀਆ ਨੂੰ ਵੀ ਚਿੰਤਾ ਲੱਗੀ ਹੈ ਹਜ਼ੂਰ ਕਿਹਾ ਚਿਤਵੈ ਚਿਤਵਾਓ ਚਿਤਵਨੀ ਮੈਂ ਵੀ ਚਿਤਵਦਾ ਗੁਰੂ ਸਾਹਿਬ ਕਹਿੰਦੇ ਨੇ ਕੁਛ ਗੱਲ ਦੁਨੀਆ ਨੂੰ ਚਿੰਤਾ ਕਾਹਦੀ ਲੱਗੀ ਆਸ ਅੰਦੇਸ਼ਾ ਫਿਕਰ ਸੰਸੇ ਚਿੰਤਾ ਸਿਆਣੇ ਬਜ਼ੁਰਗ ਮਹਾਂਪੁਰਖਾਂ ਨੇ ਕਿਹਾ ਚਿੰਤਾ ਚਿਖਾ ਬਰਾਬਰੀ ਮਨ ਦੀ ਮਾਰੇ ਮਤ ਉਲਟੀ ਬਾਜੀ ਆ ਪਵੇ ਬਿਸਰਨ ਸੁਧਾਂ ਸਤ ਔਰ ਮੈਂ ਉਸਦੇ ਵਿੱਚ ਆਰਾਮ ਕਰਨਾ ਸੀ ਆਪਾਂ ਮੰਜਾ ਬੁਣਦੇ ਸੀ ਪਹਿਲੇ ਹੁਣ ਬੈੱਡ ਬਣਾਉਂਦੇ ਨੇ ਰਾਜ ਫਰਨੀਚਰ ਤਿਆਰ ਕਰਨ ਵਾਲੇ ਰਾਜ ਸੱਜਣ ਮੈਂ ਉਸ ਜਗ੍ਹਾ 'ਤੇ ਜਿਹੜਾ ਬਾਣ ਪਾਇਆ ਉਹ ਦੁੱਖਾਂ ਦਾ ਪਾਇਆ ਹੋਇਆ ਹੈ ਐਸੇ ਚਾਰ ਪਾਈ ਦੇ ਅੰਦਰ ਇਹ ਹਮਾਰਾ ਇਹੋ ਇਹ ਹੈ ਔਰ ਮੈਂ ਸੌਵਾਂ ਕਿੱਥੇ ਜਿਵੇਂ ਸੂਲਾਂ ਹੁੰਦੀਆਂ ਚਿੰਤਾ ਚਿਖਾ ਬਰਾਬਰੀ ਚਿਖਾ 'ਤੇ ਕੋਈ ਸਿਆਣਾ ਟਿਕਾਇਆ ਜਾਂਦਾ ਉਹ ਸੌਖਾ ਨਹੀਂ ਟਿਕਿਆ ਮੁਰਦਾ ਬਣ ਕੇ ਟਿਕਿਆ ਹੋਇਆ ਹਰ ਇੱਕ ਚਿੰਤਾ ਜਿਉਂਦਾ ਚਿਖਾ ਨਹੀਂ ਤਿਆਰ ਕਰਕੇ ਆਏ ਉਹਦੇ 'ਤੇ ਕਹਿ ਦੇਵੇ ਮੈਂ ਆਰਾਮ ਕਰਦਾ ਉਹ ਆਰਾਮ ਰੱਬ ਦੇ ਪਿਆਰ ਨੂੰ ਹਰਾਮ ਰੂਪ ਹੋਇਆ ਪਿਆ ਹੈ ਬੇਆਰਾਮ ਹਨ ਐਸੀ ਚਿੰਤਾ ਦਾ ਅਤੇ ਬਾਣ ਦਾ ਹਾਲ ਦੇਖਿਆ ਇਹੋ ਹਮਾਰਾ ਜੀਵਨ ਆ ਮੈਂ ਤੇਰੀਆਂ ਉਡੀਕਾਂ ਕਰਦਾ ਇਹ ਸਾਰਾ ਮੰਜਾ ਪਿਆ ਖਾਲੀ ਪਿਆ ਸੇਜ ਵਿਛਾਈ ਕੰਤ ਕੂ ਕੀਆ ਸਭ ਸੀਗਾ ਹਬ ਸੀਗਾਰ ਇਹ ਮੈਂ ਸੇਜਾ ਵਿਛਾਈ ਮੈਨੂੰ ਆਪ ਨੂੰ ਆਰਾਮ ਵਾਸਤੇ ਨਹੀਂ ਮੈਂ ਸੋਚਦਾ ਜੇ ਐ ਖੁਦਾ ਐ ਰੱਬ ਐ ਮੇਰੇ ਪ੍ਰੇ ਆਤਮਾ ਮੇਰੇ ਪ੍ਰੀਤਮ ਮੇਰੇ ਦੋਸਤ ਮੇਰੇ ਮਿੱਤਰ ਮੇਰੇ ਯਾਰ ਮੇਰੇ ਸੱਜਣ
ਤਾਂ ਇਸ ਦੀ ਕਦੋਂ ਆਰਾਮ ਕਰੋਗੇ ਆ ਕੇ? ਮੈਂ ਇਸ ਜੀਵਨ ਦੇ ਵਿੱਚ ਤੁਹਾਡੀ ਉਡੀਕ ਕਰਦਾ, ਫਕੀਰ ਦੀ ਗੱਲ, ਰੱਬ ਦੇ ਪਿਆਰਿਆਂ ਦੀ ਗੱਲ, ਭਗਤੀ ਦੀ ਗੱਲ ਕਰਨ ਵਾਲੇ ਜਿਹੜੇ ਭਗਤ ਲੋਕ ਹਨ, ਉਪਾਸ਼ਕ ਹਨ, ਇਹ ਉਹਨਾਂ ਬਾਬਾ ਫਰੀਦ ਜੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਅੰਕਿਤ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਨੇ, ਕਿ ਐਸੇ ਮਹਾਂਪੁਰਖ ਦਾ ਤੋ ਤਿਸਕੀ ਧੂਰ ਮਨ ਉਧਰੇ। ਮੈਂ ਗਿਣਦਾ ਉਹ ਇਕੱਲਾ ਨਹੀਂ ਬੈਠਾ, ਉਹਦੀ ਹਕੂਮਤ ਅਗਰ ਉਹ ਕਹਿ ਦੇਵੇ ਜਿਸ ਤਰ੍ਹਾਂ ਕਿ ਚੱਕਰਵਰਤੀ ਰਾਜੇ ਦੀ ਹਕੂਮਤ ਆਲ ਵਰਲਡ 'ਤੇ ਹੈ, ਆਲ ਵਰਲਡ ਇੰਗਲਿਸ਼ ਵਿੱਚ ਕਿਹਾ ਗਿਆ, ਸਾਰੇ ਸੰਸਾਰ 'ਤੇ ਹੈ, ਦੁਨੀਆ 'ਤੇ ਹੈ, ਔਰ ਸਾਰੀ ਸ੍ਰਿਸ਼ਟੀ 'ਤੇ ਰਾਜ ਸਗਲ ਰਾਜਾ ਸਗਲੀ ਸ੍ਰਿਸ਼ਟ ਕਾ। ਮੈਂ ਉਸ ਨੂੰ ਆਪਦੇ ਦਰੋਂ ਘਰੋਂ, ਜਿਵੇਂ ਭਾਈ ਦਇਆ ਸਿੰਘ ਕੱਛੇ ਬਹੁਤ ਸਾਧੂ ਸੀ, ਉਹ ਕਹਿੰਦੇ ਰੁਤਬਾ ਮਿਲੇ ਦਰਬਾਰ 'ਚੋਂ ਦਇਆ ਸਿੰਘਾ, ਉਹਨੂੰ ਲੋੜ ਕੀ ਮਰਤਬੇ ਪਾਉਣ ਦੀ ਹੈ। ਉਹਨੇ ਹੋਰ ਕਿਸੇ ਦੀਆਂ ਮਜ਼ਦੂਰੀਆਂ ਕਰਕੇ, ਮੈਂ ਜੀ ਸਿਪਾਹੀ ਹੋ ਗਿਆ, ਮੈਂ ਲੈਸ ਹੋ ਗਿਆ, ਮੈਂ ਨਾਇਕ ਹੋ ਗਿਆ, ਮੈਂ ਹੌਲਦਾਰ ਹੋ ਗਿਆ, ਮੈਂ ਸੂਬੇਦਾਰ ਹੋ ਗਿਆ, ਮੈਂ ਜਮਾਦਾਰ ਸੀ, ਸੂਬੇਦਾਰ ਹੋ ਗਿਆ, ਕਿ ਲੈਫਟਨ ਆ, ਕੈਪਟਨ ਆ, ਇਹ ਦਰਜੇ ਤਾਂ ਨੀਚੇ ਹੀ ਰਹਿ ਗਏ, ਜਰਨਲ ਵੀ ਹੇਠਾਂ ਰਹਿ ਗਿਆ ਰਾਜੇ ਮਹਾਰਾਜਿਆਂ ਦੇ। ਮੈਂ ਉਸ ਨੂੰ ਐਸਾ ਖਿਤਾਬ ਦੇ ਦਿੱਤਾ ਹੈ, ਉਹ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ, ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ, ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ, ਕਿਸੇ ਜਗ੍ਹਾ 'ਤੇ ਲਿਖਿਆ, ਕਿਸੇ ਵੇਦ 'ਚ ਲਿਖਿਆ, ਕਿਸੇ ਕਿਤੇਬ 'ਚ ਲਿਖਿਆ, ਕਿਸੇ ਸੁਰਤੀ 'ਚ, ਉਪਨਿਸ਼ਦਾਂ 'ਚ, ਕਿ ਰਾਜੇ ਦੀ ਧੂੜੀ ਲੈ ਕੇ ਉਧਾਰ ਹੋ ਜੂ ਮਨ ਦਾ। ਆ ਮੰਤਰੀਆਂ ਦੀ ਧੂੜੀ ਲੈ ਜ ਕੇ ਮੇਰਾ ਕਲਿਆਣ ਹੋ ਜੂ, ਮੈਨੂੰ ਸ਼ਾਂਤੀ ਆ ਜੂ, ਕਿਤੇ ਨਹੀਂ ਲਿਖਿਆ।
ਇੱਕ ਫਕੀਰ ਦੀ ਧੂੜੀ ਚਰਨਾਂ ਨੂੰ ਜਿਹੜੀ ਲੱਗੀ ਹੈ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਭਾਗਾਂ ਵਾਲਿਆਂ ਨੂੰ ਜੋ ਤਲੀ ਨੂੰ, ਇੱਕ ਹੱਥ ਦੀ ਤਲੀ ਵੀ ਹੈ ਇੱਕ ਚਰਨਾਂ ਦੀ ਤਲੀ ਹੈ, ਉਹਨਾਂ ਦੇ ਤੁਰਦਿਆਂ 'ਤੇ ਜੇ ਉਹ ਖਾਕ, ਉਹ ਇੱਕ ਧੂੜੀ ਮਿੱਟੀ ਦੀ ਨਾਲ ਚਰਨਾਂ ਦੇ ਲੱਗ ਜਾਂਦੀ ਹੈ, ਉਹ ਅਗਰ ਕੋਈ ਸੱਜਣ ਨੂੰ ਮਿਲ ਜਾਏ, ਗੋਇਆ ਆਨੰਦ ਲਾਲ ਨੇ ਆਖਿਆ ਉਸ ਧੂੜ ਨੂੰ, ਸੰਤਾਂ ਦੇ ਧੂੜੀ ਸੰਤਾਂ ਦੇ ਚਰਨਾਂ ਦੀ ਧੂੜੀ, ਜੇਕਰ ਵਿੱਚ ਅੱਖੀਆਂ ਦੇ ਪਾਵੇਂ ਤੂੰ, ਵੈਰਾਗ ਦੇ ਨੇਤਰ, ਭਗਤੀ ਦੇ ਗਿਆਨ ਦੇ ਨੇਤਰ, ਵਿੱਚ ਅੱਖੀਆਂ ਦੇ ਪਾਵੇਂ ਤੂੰ, ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ, ਮਮੀਰਾ ਗਿਣਿਆ ਨਾ ਕਾਹਦਾ ਬਣਦਾ, ਅਗਿਆਲਣਿਆਂ 'ਚੋਂ ਮਿਲਦਾ ਹੁੰਦਾ ਇਲਾਂ ਦੇ, ਜਿਹਦੀ ਸੌ ਸੌ ਕੋ ਤੱਕ ਨਿਗਾਹ ਹੋਵੇ। ਅੱਜ ਉਹ ਨਾ ਇਲਾਂ ਰਹੀਆਂ, ਨਾ ਆਲਣੇ ਰਹੇ, ਨਾ ਮਮੀਰਾ ਹੈ। ਲਿਖ ਕੇ ਵੇਚਣ ਵਾਲੇ ਬਹੁਤ ਸੁਰਮਾ ਮਿਲਦੇ ਨੇ ਜੀ, ਇਹ ਮਮੀਰਾ ਸੁਰਮਾ ਮਮੀਰਾ, ਬਹੁਤ ਔਸ਼ਧੀਆਂ ਬਣਾਉਣ ਵਾਲੇ ਸੱਜਣਾਂ ਨੇ, ਨੇਤਰਾਂ ਦਾ ਸੁਰਮਾ, ਇੱਕ ਸ਼ਿੰਗਾਰ ਵਾਸਤੇ ਸੁਰਮੇ ਤਿਆਰ ਕੀਤੇ ਜਾਂਦੇ ਨੇ। ਪਰ ਇੱਕ ਜਾਲਾ ਚੁੱਕ ਦੇਣਾ ਅਤੇ ਉਜਾਲਾ ਹੋ ਗਿਆ, ਪ੍ਰਕਾਸ਼ ਹੋ ਗਿਆ, ਜਾਲ ਅਤੇ ਉਜਾਲ। ਪਰ ਮੈਂ ਜੇ ਜਿੱਥੇ ਅੰਧੇਰਾ ਪਿਆ ਸੀ, ਜਾਲਾ ਕਦ ਮਲ ਵਿਖੇ ਪਵਰਨ, ਉਹੀ ਅਗਿਆਨਤਾ ਦਾ ਪਰਦਾ ਪਿਆ ਸੀ, ਜਿੱਥੇ ਪਰਦੇ ਪੈ ਜਾਂਦੇ ਨੇ ਜੀ, ਤੇਰੇ ਚਿੱਟਾ ਮੋਤੀਆ ਉਤਰਦਾ, ਤੇਰੇ ਕਾਲਾ ਮੋਤੀਆ ਉਤਰਦਾ, ਦੋ ਤਹਿਆਂ, ਤਿੰਨ ਤਹਿਆਂ, ਪੰਜ ਤਹਿਆਂ ਬਣ ਗਈਆਂ, ਸੱਤ ਤਹਿਆਂ, ਪਰ ਸਾਰਿਆਂ ਨੂੰ ਕੱਟਣ ਵਾਲਾ ਉਹ ਮਮੀਰ ਹੈ। ਅਧਿਆਤਮ ਤੌਰ 'ਤੇ ਰੱਬੀ ਖਿਆਲਾਂ ਵਿੱਚ ਰੂਹਾਨੀ ਦੇਸ਼ ਦੇ ਸੱਜਣ ਜੋ ਬੈਠੇ ਨੇ, ਰੱਬ ਦੀ ਦਰਗਾਹ ਦੇ ਜੋ ਪਿਆਰੇ, ਮੈਂ ਕਹਿਣਾ ਗੁਰੂ ਦੀ ਦਰਗਾਹ, ਅਕਾਲ ਪੁਰਖ ਦੀ ਦਰਗਾਹ ਦੇ ਜੋ ਪਿਆਰੇ ਬੈਠੇ ਨੇ, ਵਸੋ ਨਿਹਾਲ, ਇਹ ਉਹਨਾਂ ਵਾਸਤੇ। ਸੰਤਾਂ ਦੇ ਚਰਨਾਂ ਦੀ ਧੂਰੀ, ਜੇਕਰ ਵਿੱਚ ਅੱਖੀਆਂ ਦੇ ਪਾਵੇਂ ਤੋਂ, ਤੈਨੂੰ ਹੋਰ ਨਾ ਲੋੜ ਮਮੀਰੇ ਵਾਲੀ, ਦਰਸ਼ ਗੁਰਾਂ ਦਾ ਮਾਣੇ ਤੂੰ, ਤੈਨੂੰ ਇਹ ਸਾਹਮਣੇ ਜਿਹੜਾ ਓਹਲੇ ਹੈ ਨਾ, ਜਿਹਦੀਆਂ ਉਡੀਕਾਂ ਕਰਦਾ ਫਰੀਦਾ, ਆਹ ਮੰਜੇ 'ਤੇ ਕਾਹਦਾ ਆਊਗਾ, ਪਣਗਾ ਬੁਣ ਲਿਆ ਮੈਂ, ਬਾਣ ਦਾ ਦੁੱਖ ਵੀ ਪਾਈ ਬੈਠਾ, ਪਰ ਤੇਰੀ ਉਡੀਕ ਕਰਦਾ, ਲੈ ਉਹ ਉਦੋਂ ਹੀ ਹਾਜ਼ਰ ਹੋ ਜਾਏਗਾ, ਐਸਾ ਉਹ ਹਾਜ਼ਰਾਂ ਕਹਾਂ। ਇਹ ਵਸਤੂ ਬਣਾਉਣ ਵਾਲੇ ਗੁਰੂ ਔਰ ਮਹਾਂਪੁਰਖ, ਕੋਈ ਅਧਿਕਾਰੀ ਵੀ ਹੋਵੇ ਨਾ, ਜਿਹੜਾ ਬਣਨਾ ਚਾਹੇ ਕਿ ਮੈਨੂੰ ਵੀ ਉਹਦੇ ਦੀਦਾਰ ਕਰਾ ਦਿਓ, ਜਿੱਥੇ ਤੁਸੀਂ ਐਡਾ ਵੱਡਾ ਖਜ਼ਾਨਾ ਹਾਸਿਲ ਕੀਤਾ ਹੈ, ਇਹ ਖਜ਼ਾਨੇ ਵਿੱਚੋਂ ਮੇਰੇ 'ਤੇ ਵੀ ਨਜ਼ਰ ਕਰਕੇ ਮੇਰੀ ਝੋਲੀ ਵਿੱਚ ਵੀ ਇਹ ਵਸਤੂ ਪਾ ਦਿਓ। ਕਿਆ ਮੰਗ ਹੈ ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ ਕਰ ਡੰਡੌਤ, ਪੁੰਨ ਵੱਡਾ ਹੈ। ਤੋ ਜਿੱਥੇ ਉਹ ਅਕਾਲ ਪੁਰਖ ਖੁਦਾ ਦੇ, ਰੱਬ ਦੀ ਬੰਦਗੀ ਵਾਲਿਆਂ ਦੇ, ਰਾਜਾ ਸਗਲੀ ਸ੍ਰਿਸ਼ਟ ਕਾ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਬਾਕੀ ਤਾਂ ਝੂਠੇ ਨੇ ਰਾਜੇ, ਸਦਾ ਰਹਿਣ ਵਾਲੇ ਨਹੀਂ, ਸੱਚਾ ਅਮਰ ਸੱਚੀ ਪਾਤਸ਼ਾਹੀ। ਉਹਨਾਂ ਰਾਜਿਆਂ ਦੇ ਕੋਲ ਤਾਂ ਖਜ਼ਾਨੇ ਹੁੰਦੇ ਨੇ, ਮਾਲ ਧਨ ਦੌਲਤਾਂ ਹਾਥੀ ਖਾਨਾ ਹੈ, ਇਹ
ਇਹ ਰਸਾਲਾ ਹੈ, ਇਹ ਬੱਗੀਖਾਨਾ ਹੈ, ਇਹ ਪੈਦਲ ਰਸਾਲਾ ਹੈ, ਆ ਐਟਮੀ ਸ਼ਕਤੀਆਂ ਜਿਸ ਤਰ੍ਹਾਂ ਅੱਜ ਕੱਲ੍ਹ ਚੱਲ ਰਹੀਆਂ ਨੇ, ਇਹ ਉਹਨਾਂ ਕੋਲ ਤਾਂ ਬੜੀ ਸੈਨਾ ਅਤੇ ਸਾਜੋ ਸਮਾਨ ਹੁੰਦਾ ਦੁਸ਼ਮਣ ਦੀ, ਐਸੇ ਕਹਿ ਦੇਈਏ ਕਿ ਰੋਕ ਵਾਸਤੇ, ਆਪਣੀ ਰੱਖਿਆ ਵਾਸਤੇ। ਕਈਆਂ ਨੂੰ ਪੁੱਛਿਆ ਜਾਂਦਾ ਤਾਂ ਆ ਸ਼ਾਸਤਰ ਕਿਉਂ ਚੁੱਕਿਆ, ਮਾਰਨ ਵਾਸਤੇ ਉਹਨੂੰ ਸਰਕਾਰ ਅੰਦਰ ਕਰ ਦੇਊ ਵੀ ਮੈਂ ਕਿਸੇ ਨੂੰ ਮਾਰਨ ਚੱਲਿਆ, ਜਿਉਂ ਕਹਿੰਦੇ ਵੀ ਮੈਂ ਤਾਂ ਆਪਦੀ ਰੱਖਿਆ ਵਾਸਤੇ ਚੁੱਕਿਆ, ਫਿਰ ਅਫਸਰ ਕੁਛ ਨਹੀਂ ਕਹਿੰਦਾ ਕੋਈ। ਆਪਦੀ ਰੱਖਿਆ ਕਰਨਾ, ਆਪਦੀ ਰੱਖਿਆ ਦਾ ਜੋ ਸਵਾਲ ਹੈ ਹਿਰਦੇ ਵਿੱਚ ਥਾਂ ਹੈ, ਉਹ ਇਹੀ ਹੈ, ਮਿਆਨ ਬਣਾ ਲੈਣੀ, ਰੱਖਿਆ ਕਰਨੀ। ਤੋ ਆਪਣੇ ਆਪ ਨੂੰ ਸਵਾਰਨ ਵਾਲੀ ਗੱਲ ਆਪਦੀ ਰੱਖਿਆ ਕਰਨੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਜਿਹੜਾ ਐਡੀ ਵਾੜ, ਐਡਾ ਕਿਲਾ, ਐਡੀ ਸੈਨਾ ਬਣਾਈ ਬੈਠਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾਹਦੇ ਨਾਲ ਬਣਾ ਲਿਆ ਉਹਨੇ? ਉਹ ਰਾਜਿਆਂ ਕੋਲ ਤਾਂ ਧਨ ਦੌਲਤਾਂ ਨੇ, ਸਾਰੀ ਸੈਨਾ ਨੂੰ ਤਲਬਾਂ ਦਿੰਦੇ ਨੇ, ਫਿਰ ਸਟੈਪ ਬਾਈ ਸਟੈਪ ਸਨੇ ਸਨੇ ਦਰਜੇ ਵਧਾਉਂਦੇ ਜਾਂਦੇ ਨੇ, ਉਹਨਾਂ ਦੀਆਂ ਤਲਬਾਂ ਵੀ ਵਧਾਉਂਦੇ ਜਾਂਦੇ ਨੇ। ਅਤੇ ਤੁਸੀਂ ਰੱਬ ਦੀ ਬੰਦਗੀ ਵਾਲੇ ਫਕੀਰ ਦੇ ਕੋਲ ਕਿਹੜੀ ਦੌਲਤ ਹੈ? ਸੱਚਾ ਅਮਰ, ਅਮਰ ਦਾ ਅਰਥ ਅਮਰਾਓ ਫੈਲਾਓ, ਖਜ਼ਾਨਾ, ਕਿ ਆ ਜੀ ਖਜ਼ਾਨਾ ਮੰਤਰੀ ਹੈ ਸਰਕਾਰ ਦਾ। ਤੋ ਉਸ ਸੱਚੀ ਸਰਕਾਰ ਦੇ, ਖੁਦਾ ਦੇ, ਅਕਾਲ ਪੁਰਖ ਦੇ ਅਗਰ ਖਜ਼ਾਨਚੀ ਹਨ ਜਿਹਨਾਂ ਕੋਲ ਆਹ ਨਾਮ ਧਨ ਦਾ ਖਜ਼ਾਨਾ ਹੈ, ਉਹਨਾਂ ਨੂੰ ਹਜ਼ੂਰ ਨੇ ਕਿਹਾ, ਜਿਵੇਂ ਭਾਈ ਦਿਆ ਸਿੰਘ ਦਾ ਇੱਕ ਮੈਂ ਪ੍ਰਮਾਣ ਦਿੱਤਾ, ਉਹਨਾਂ ਦਾ ਮਿਲਾਪ ਸਿਰੇ 'ਤੇ ਗਏ ਹੋਏ ਸੀ, ਮੈਂ ਉਹਨਾਂ ਦਾ ਦਰਸ਼ਨ ਵੀ ਕੀਤਾ ਨੇੜੇ, ਫਿਰ ਸਤਲੁਜ ਵੀ ਵਗਦਾ ਸੀ, ਉਹ ਫਕਰ ਫਕੀਰ ਸੀ, ਉਹਨਾਂ ਨੂੰ ਵੀ ਇਹ ਜਿਹੜੀ ਕਾਬਸੀ ਨਾ ਉਹਨਾਂ ਨੇ ਆਪਦਾ ਪਾਇਆ, ਉਹਨਾਂ ਦਾ ਇੱਕ ਗੁਰੂ ਮਹਾਂਪੁਰਖ ਸੀ, ਸਾਧੂ ਸੀ ਉਹ ਵੀ, ਉਹਨੇ ਇਹ ਕਹਿੰਦੇ ਲੈ ਛਪਾਲੀ ਤੋਂ ਹੁਣ ਅਸੀਂ ਤਾਂ ਚੱਲੇ ਹਾਂ, ਮੇਰੇ ਕੋਲ ਛਪਾਉਣ ਦੀ ਤਾਕਤ ਨਹੀਂ ਹੈ। ਤਾਕਤ ਬੜੀ ਹੁੰਦਿਆਂ ਹੋਇਆਂ ਫਿਰ ਵੀ ਖਜ਼ਾਨਾ ਆਪਣੇ ਪ੍ਰੇ ਹਿਰਦੇ ਨੂੰ, ਪਿਆਰੇ ਹਿਰਦੇ ਨੂੰ ਆਪਣਾ ਬਣਾ ਕੇ ਆ ਉਹਨਾਂ ਨੂੰ ਦੌਲਤ ਦੇ ਦਿੱਤੀ। ਬਈ ਸੱਚਾ ਅਮਰ ਸੱਚੀ ਹੈ ਪਾਤਸ਼ਾਹੀ ਰੱਬ ਦੇ, ਅਮਰ ਸੱਚੀ ਹੈ ਪਾਤਸ਼ਾਹੀ ਰੱਬ ਦੇ, ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤ, ਸੱਚਾ ਸੁਖ ਸੱਚੀ ਵਡਿਆਈ ਜਿਸ, ਉਹ ਸੱਚੇ ਨਨ ਪਾਤਸ਼ਾਹ ਜਨੰਗੇ ਜਿਹੜੇ, ਸੱਚੇ ਨਨ ਪਾਤਸ਼ਾਹ ਨਾਮ ਵਿੱਚ ਰੰਗੇ ਜਿਹੜੇ, ਸੱਚਾ
ਸਵਰੀ ਤੋਂ ਬੈਠੋ। ਨਾਮ ਵਿੱਚ ਰੰਗੇ ਜਿਣੇ, ਨਾਮ ਵਿੱਚ ਰੰਗੇ ਜਿਣੇ, ਨਾਮ ਵਿੱਚ ਰੰਗੇ ਜਿਣੇ, ਨਾਮ ਵਿੱਚ ਰੰਗੇ ਜਿਣੇ, ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰੰਗੇ ਜਿਹੜੇ, ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰੰਗੇ ਜਿਹੜੇ, ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ, ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ, ਸੱਚਾ ਸੁਖ ਸੱਚੀ ਵਡਿਆਈ, ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰੰਗੇ ਜਿਹੜੇ, ਸੱਚੇ ਹਨ ਪਾਤਸ਼ਾਹ ਨਾਮ ਵਿੱਚ ਰੰਗੇ ਜਿਹੜੇ, ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ, ਤਾਂ ਮੈਂ ਇੱਕ ਔਰ ਪ੍ਰਮਾਣ ਦੇ ਰਿਹਾ। ਸੰਤ ਬਿਲਾਸ ਵਿੱਚ ਵੀ ਕੋਈ ਵੀ ਗੁਰੂ ਸਾਗਰ ਮਸਤਵਾਣਾ ਸਾਹਿਬ ਆਉਂਦਾ, ਬਹੁਤ ਦੇਖੋ ਸਭ ਦੇ ਮਨਾਂ 'ਚ ਕਿ ਮੈਂ ਉੱਥੇ ਬੋਲਣਾ ਹੈ ਕੁਛ, ਉਹ ਬੋਲਦੇ ਬੋਲਦੇ ਇੱਕ ਗੱਲ 'ਤੇ ਫਿਰ ਜੇ ਹਜ਼ੂਰ ਦਾ ਜੀਵਨ ਵਿੱਚੋਂ ਇੱਕ ਝਲਕ ਕਿਰਨ ਸੁਣਾਉਂਦੇ ਨੇ ਕਿ ਜਾਰਜ ਪੰਚਮ ਦੀ ਤਾਜਪੋਸ਼ੀ ਵੇਲੇ, ਹੁਣ 300 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਜਪੋਸ਼ੀ ਕਹੋ, ਰਾਜ ਤਿਲਕ ਕਹੋ, ਸਵੀਕਾਰਤਾ ਤਾਜ ਚਲਾਇਆ ਗਿਆ ਸੀ, ਉਸਦਾ ਸਤਿਕਾਰ। ਤੋ ਜਾਰਜ ਪੰਚਮ ਦੇ ਵੇਲੇ ਸਾਡੀਆਂ ਹਿੰਦੁਸਤਾਨ ਦੀਆਂ ਰਿਆਸਤਾਂ 650 ਪੌਣੇ 700 ਤੱਕ ਤਕਰੀਬਨ
740 ਤੱਕ ਵੀ 45 ਲਿਖਦਾ ਕੋਈ ਜਿੰਨੀ ਤਲਾਸ਼ ਕੀਤੀ ਛੋਟੇ ਵੱਡੇ ਰਾਜੇ ਇਕੱਠੇ ਕੀਤੇ ਗਏ। ਅੱਜ ਇਸ ਤਰ੍ਹਾਂ ਅੱਜ ਕੱਲ੍ਹ ਰੈਲੀਆਂ ਹੁੰਦੀਆਂ ਨੇ, ਦਿਖਾਵਾ ਹੈ, ਮੇਰੇ ਨਾਲ ਇੰਨੇ ਨੇ, ਉਹਦੇ ਨਾਲ ਉਨੇ ਨੇ, ਉਹਦੇ ਨਾਲ ਉਨੇ ਨੇ। ਤੋ ਸਾਰੇ ਰਾਜੇ ਮਹਾਰਾਜੇ ਆਪੋ ਆਪਣੀਆਂ ਰਾਜਧਾਨੀਆਂ ਦੇ ਵਿੱਚੋਂ ਪੂਰਾ ਇਕੱਠ ਕਰਕੇ ਦਿੱਲੀ ਪਹੁੰਚਣਾ। ਔਰ ਕਿਤਨੇ ਹਾਥੀ ਸਨ, ਮੈਂ 5 ਹਾਥੀ ਸੀ, ਔਰ ਗੁਰੂ ਗ੍ਰੰਥ ਸਾਹਿਬ ਉਹਨਾਂ 'ਚੋਂ ਸਭ ਤੋਂ ਵੱਡੀ ਗੱਲ। ਕੁਰਾਨ ਸ਼ਰੀਫ ਵਾਲੇ ਵੀ ਸੱਜਣ ਕਾਜ਼ੀ ਮੌਲਾਣੇ ਆਦਿਕ ਆਪੋ ਆਪਣੇ ਧਰਮਾਂ ਦੇ ਨਿਸ਼ਾਨ ਲੈ ਕੇ, ਔਰ ਚਾਰੇ ਵੇਦਾਂ ਵਾਲੇ ਵੀ ਲੰਘੇ, ਚਾਰੇ ਕਿਤਾਬਾਂ ਵਾਲੇ ਵੀ, ਔਰ ਚੌਰ ਚਲਾਉਂਦੇ ਪਹਿਲੇ ਸੰਤ ਮਹਾਰਾਜ, ਫਿਰ ਭਾਈ ਸਾਹਿਬ ਬਾਗੜੀਆਂ ਵਾਲੇ। ਹਜ਼ੂਰ ਨੇ ਸ਼ਬਦ ਪੜ੍ਹਿਆ ਸੀ ਉੱਥੇ, ਉਹ ਸਾਰੇ ਸੱਜਣ ਸੁਣਾਉਂਦੇ ਨੇ। ਕਹੋ ਹਰ ਸਮਾਨ ਨਹੀਂ ਰਾਜਾ, ਮੈਂ ਸੰਤਾਂ ਦੀ ਉਪਮਾ ਕਰਦਾ ਸੀ। ਹਰ ਇੱਕ ਜਿਹੜਾ ਕੋਈ ਤਿਆਰੀ ਕਰਦਾ ਜੀ ਮੈਂ ਮਸਤਵਾਣੇ ਬੋਲੂੰਗਾ, ਤਾਂ ਇਹ ਇੱਕ ਹੈੱਡ ਮੋਹਰ ਹੈ ਹਾਈ ਕੋਰਟ ਦੀ, ਜਿਸ ਤਰ੍ਹਾਂ ਮੋਹਰ ਹੈ ਸੁਪਰੀਮ ਤੋਂ ਕਿਆ ਬਖਸ਼ ਦੇ। ਪਰ ਉੱਥੇ ਸੀ ਇਹ ਸੰਤ ਮਹਾਰਾਜ ਧਾਰਨਾ ਪੜ੍ਹਦੇ ਨੇ, ਇਹ ਨਹੀਂ ਕਿ ਇਹ ਰਾਜੇ ਮੇਰੇ ਖਿਲਾਫ ਹੋ ਜਾਣਗੇ। ਔਰ ਹਿੰਦੁਸਤਾਨ ਦਾ ਉਹ ਸ਼ਹਿਨਸ਼ਾਹ ਬਣ ਕੇ ਜਾਰਜ ਪੰਚਮ, ਜਿਸਦੇ ਸਾਰੀਆਂ ਰਿਆਸਤਾਂ ਅਧੀਨ ਸਨ, ਉਸਦੀ ਕੋਈ ਪਰਵਾਹ ਨਹੀਂ ਕੀਤੀ। ਸੰਤ ਮਹਾਰਾਜ ਨੇ ਇਹੀ ਧਾਰਨਾ ਪੜ੍ਹੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤੇ ਦਿਵਾਜਾ। ਕੋ ਹਰ ਜੀ ਦੇ ਸਮਾਨ ਨਹੀਂ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ। ਮੈਂ ਫਕੀਰਾਂ ਸਾਧੂਆਂ ਦੀ ਗੱਲ ਤੋਂ ਅੱਗੇ, ਕੋਈ ਸੱਚਾ ਪਾਤਸ਼ਾਹ ਕਿ ਜੀ ਸੰਤਾਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਜਹਾਂਗੀਰ ਨੇ ਵੀ ਸਵਾਲ ਕੀਤਾ ਸੀ ਮੀਰੀ ਪੀਰੀ ਦੇ ਮਾਲਕ ਨੂੰ, ਮੈਨੂੰ ਆਮ ਜਹਾਂਗੀਰ ਪਾਤਸ਼ਾਹ ਹੈ, ਅਤੇ ਇੱਕ ਫਕੀਰ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਇਸ ਦਾ ਸੰਸਾ ਨਿਵਿਰਤ ਹਜ਼ੂਰ ਨੇ ਕਰ ਦਿੱਤਾ ਸੀ ਆਗਰੇ ਪਹੁੰਚ ਕੇ। ਫਿਰ ਗਵਾਲੀਅਰ ਪਹੁੰਚੇ, ਕੋਈ ਬਹਾਨੇ ਨਾਲ ਲੈ ਗਏ ਕਿ ਦੁਨੀਆਂ ਦੇ ਲੋਕ ਐਵੇਂ ਨਹੀਂ ਸੱਚਾ ਪਾਤਸ਼ਾਹ ਕਹਿੰਦੇ, ਹੁਣ ਮੈਂ ਸਾਖੀ ਕੁਛ ਹੋਰ ਹੈ। ਇਸ ਦੇ ਨਾਲ ਸੱਚਾ ਪਾਤਸ਼ਾਹ ਇੱਕ, ਚਲੋ ਤੰਬੂ ਵੀ ਸ਼ਾਹੀ ਤੰਬੂ ਹੁੰਦੇ, ਹੁਣ ਕੌਣ ਤੰਬੂ ਲਾਉਂਦਾ? ਹੁਣ ਤਾਂ ਬਸ ਬੰਗਲੇ, ਕੋਠੀਆਂ, ਹੋਟਲ, ਮੋਟਲ, ਉੱਥੇ ਯੇ ਵੋ ਜੋ ਕੁਛ ਹੋ ਰਿਹਾ ਹੁਣ ਦੇਖ ਰਹੇ ਹੋ। ਤੰਬੂ ਇੱਕ ਸ਼ਾਹੀ ਤੰਬੂ ਨੇ, ਇੱਕ ਗੁਰੂ ਸਾਹਿਬ ਜੀ ਦਾ, ਉਹਨਾਂ ਨਾਲ ਦੀ ਸ਼ਾਹੀ ਕਿਹੜੀ ਹੈ? ਪਾਤ ਸ਼ਾਹੀ ਪਾਤ ਇੱਜ਼ਤ। ਤਾਂ ਇੱਕ ਕਾਹੀ ਦੀ ਕਥਾ ਆਉਂਦੀ ਹੈ, ਮੈਂ ਪ੍ਰਮਾਣ ਦੇ ਹੀ ਦੇਵਾਂ। ਤਾਂ ਉਸ ਨੂੰ ਵੀ ਪਤਾ ਲੱਗਿਆ, ਮੈਂ ਇਹਨਾਂ ਦੇ ਬਜ਼ੁਰਗ ਜੋ ਸੀ ਗੁਰੂ ਅਰਜਨ ਦੇਵ ਭਾਵ, ਉਹਨਾਂ ਤੋਂ ਮੈਂ ਨਾਮ ਲੈ ਕੇ ਆਇਆ ਸੀ। ਸ਼ੁਕਰ ਹੈ ਉਸ ਗੱਦੀ ਦਾ ਮਾਲਕ ਆਇਆ, ਅੱਜ ਉਹਦੇ ਦੀਦਾਰ ਕਰ ਲਈਏ। ਗਰੀਬ ਬੰਦਾ ਹੈ ਭਾਵੇਂ ਉਹ ਹੱਕ ਸੱਚ ਦੀ ਕਮਾਈ ਕਰਦਾ, ਉਹਦਾ ਵਸਰ ਉਹਦੇ ਕੋਲ ਤੰਗੜੀ ਕਹਿੰਦੇ ਨੇ, ਚਲੋ
ਪੱਲੀ ਕਹਿ ਦਿਓ ਘਾਹ ਖੋਦ ਕੇ ਲਿਆਉਣਾ ਖੁਰਪਾ ਕੋਲ ਹੈ ਔਰ ਅੱਗੇ ਆਨਾ ਸਵਾ ਆਨਾ ਵੱਟ ਕੇ ਉਹਦੇ ਨਾਲ ਉਹਦਾ ਸਾਰੇ ਪਰਿਵਾਰ ਦਾ ਸਵਾ ਕਾਨੇ 'ਚ ਬਸਰ ਹੋ ਜਾਂਦਾ ਸੀ। ਅੱਜ ਕਿਤਨਾ ਬਿੱਲ ਉੱਠਦਾ, ਕਿਤਨੀ ਦੌਲਤ ਲਾ ਕੇ ਭੋਜਨ ਮਿਲਦਾ ਹੈ, ਸਵਾ ਆਨੇ ਦਿਨ ਕਹਿਣ ਲੱਗੇ ਇਹਦੇ ਨਾਲ ਮੇਰਾ ਗੁਜ਼ਾਰਾ ਹੋਜੂ। ਅੱਜ ਗੁਰੂ ਸਾਹਿਬ ਦੇ ਵੀ ਮੈਂ ਜਸ ਸੁਣੇ ਦਰਬਾਰ ਜਾਣੇ ਦਰਸ਼ਨ ਕਰਾਂ। ਇੱਕ ਪੰਡ ਹੋਰ ਖੋਤ ਲਈ ਉਸਨੇ, ਉਸ ਘਾਹੀ ਨੇ ਔਰ ਮਨ ਵਿੱਚ ਉਹਦਾ ਵੱਟਿਆ ਕੀ ਸਵਾ ਨਾ, ਦੋ ਪੰਡਾਂ ਖੋਤ ਕੇ ਇੱਕ ਗੁਜ਼ਾਰੇ ਵਾਸਤੇ ਇੱਕ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਭੇਟਾ ਰੱਖਣ ਵਾਸਤੇ ਔਰ ਬਾਹਰ ਤੰਬੂ ਲੱਗੇ ਹੋਏ ਨੇ, ਹਜ਼ੂਰ ਦਾ ਦੀਦਾਰ ਕਰਨ ਵਾਸਤੇ ਇਹ ਫਕਰ ਵਿਚਾਰਾ ਦਰਵੇਸ਼ ਗਰੀਬ, ਮੋਹ ਗਰੀਬ ਕੀ ਗੋ ਗੁਜ਼ਰਾਵੇ ਮਜ਼ਲ ਸਤੂਰ ਮਹਿਲ ਕੋ ਪਾਵੇ। ਪੁੱਛਦਾ ਗਿਆ ਅੱਗੇ ਪਹਿਰੇਦਾਰ ਖੜੇ ਨੇ, ਕਹਿਣ ਲੱਗੇ ਮੂਹਰੇ ਪਹਿਰਾ ਕੁਦਰਤੀ ਮੂਹਰਲੇ ਤੰਬੂ ਹੈ ਹੀ ਬਾਦਸ਼ਾਹ ਜਹਾਂਗੀਰ ਦੇ ਸਨ। ਪੁੱਛਿਆ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਕਿੱਥੇ ਨੇ? ਉਹਨੇ ਆਖਿਆ ਹੋ ਸਕਦਾ ਮੇਰੇ ਬਾਦਸ਼ਾਹ ਸਲਾਮਤ ਜਹਾਂਗੀਰ ਨੂੰ ਇਹਨੇ ਫਕੀਰ ਗਰੀਬ ਜੇ ਨੇ ਮਿਲਣਾ ਹੋਣਾ। ਉਹਨੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ, ਜਿਸ ਤੰਬੂ ਵਿੱਚ ਡੇਰਾ ਤਾਂ ਸਾਰਾ ਹੀ ਕਹਿ ਦਿਓ, ਜਿਸ ਤੰਬੂ ਵਿੱਚ ਸ਼ਾਹੀ ਤੰਬੂ ਹੈ ਔਰ ਜਹਾਂਗੀਰ ਬਾਦਸ਼ਾਹ। ਇਸ਼ਾਰਾ ਕੀਤਾ ਸੱਚੇ ਪਾਤਸ਼ਾਹ ਨੂੰ ਮਿਲਣ, ਕਹਿਣ ਲੱਗੇ ਅੰਦਰ ਜਾ ਰਹੋ ਮੈਂ ਪਹਿਰੇ 'ਤੇ ਖੜਾਂ। ਉਸ ਸਿੱਖ ਨੇ, ਸੇਵਕ ਨੇ, ਸ਼ਰਧਾਲੂ ਨੇ, ਗਰੀਬ ਨੇ ਸਭਾ ਨਾਲ ਰੱਖ ਕੇ ਡੰਡੌਤ ਕੀਤੀ, ਨਮਸਕਾਰ ਕੀਤੀ। ਫਿਰ ਪਰਕਰਮਾ ਆਪ ਦੇ ਦੇਵ ਰੂਪ ਸਮਝ ਕੇ, ਪਤਾ ਹੈ ਨਹੀਂ ਸੀ, ਸਿਆਣ ਨਹੀਂ ਸੀ, ਪਤਾ ਇੰਨਾ ਜ਼ਰੂਰ ਹੈ ਵੀ ਸੱਚੇ ਪਾਤਸ਼ਾਹ ਆਏ ਹੋਏ ਨੇ। ਤਾਂ ਉਸ ਵੇਲੇ ਆਪਦੇ ਖਿਆਲਾਂ ਵਿੱਚ ਤਿੰਨ ਪਰਕਰਮਾ ਗੁਰੂਦੇਵ ਦੀਆਂ ਕਰਕੇ ਹੱਥ ਜੋੜੇ ਅਰਦਾਸ ਕੀਤੀ, ਭੋਲਾ ਭਾਲਾ ਸਮਝ ਕੇ, ਕਿਉਂ ਭਾਈ? ਸੱਜਣਾ ਜਹਾਂਗੀਰ ਨੇ ਪੁੱਛਿਆ, ਤੂੰ ਕੀ ਲੈਣ ਆਇਆ ਇੱਥੇ? ਕਹਿਣ ਲੱਗਿਆ ਮਹਾਰਾਜ, ਮੈਂ ਆਪ ਜੀ ਦੇ ਬਜ਼ੁਰਗਾਂ ਤੋਂ ਨਾਮ ਲਿਆ ਸੀ, ਹੁਣ ਮੇਰੀ ਅਵਸਥਾ ਬਿਰਧ ਹੋ ਗਈ, ਮੈਂ ਕਿਰਤ ਕਰਦਾ ਹਾਂ, ਦਿਨ ਰਾਤ ਤੁਹਾਡਾ ਨਾਮ ਜਪਦਾ ਹਾਂ ਔਰ ਅੱਜ ਮੈਂ ਸੱਚੇ ਪਾਤਸ਼ਾਹ, ਮੈਨੂੰ ਹੁਣ ਤੁਸੀਂ ਮਾਫ ਕਰ ਦਿਓ ਪਾਪ, ਮੈਨੂੰ ਮੁਕਤੀ ਬਖਸ਼ ਦਿਓ। ਹੁਣ ਬਸ ਮੇਰਾ ਜੀਵਨ, ਮੇਰੀ ਜ਼ਿੰਦਗੀ ਸਿਰੇ ਲੱਗੀ ਖੜੀ ਹੈ, ਮੈਂ ਮੋਹਰ ਲਵਾਉਣੀ ਚਾਹੁੰਦਾ, ਮੈਨੂੰ ਬਖਸ਼ਿਸ਼ ਕਰ ਦਿਓ, ਮੇਰੀ ਮੁਕਤੀ ਹੋ ਜਾਵੇ, ਮੇਰਾ ਭਲਾ ਹੋ ਜਾਵੇ, ਮੈਨੂੰ ਆਵਾਗਮਨ ਤੋਂ ਬਚਾ ਲਓ। ਵਾਹ ਵਾਹ। ਕਹਿਣ ਲੱਗੇ ਪਹਿਲਾਂ ਹੱਸ ਰਸ ਵਿੱਚ ਆ ਕੇ ਪਰਖਣ ਲੱਗੇ, ਇਮਤਿਹਾਨ ਹੁੰਦਾ, ਜਿਹੜਾ ਪੜ੍ਹਦਾ ਨਹੀਂ ਉਹਦਾ ਇਮਤਿਹਾਨ ਨਹੀਂ ਹੁੰਦਾ, ਹੁੰਦਾ ਇੱਥੇ ਇਮਤਿਹਾਨ 'ਤੇ ਕਿੱਡੀ ਵੱਡੀ ਗੱਲ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ,
ਆ ਇਮਤਿਹਾਨ ਐਗਜ਼ਾਮ ਬੱਚਿਆਂ ਦੇ ਨੇ, ਬਾ ਜਿਹੜੀਆਂ ਕਲਮਾਂ ਐਂ ਪੈੱਨ ਪੈਨਸਲਾਂ ਚੱਕੀਆਂ, ਬਾਬਾ ਜੀ ਹੱਥ ਲਾ ਦਿਓ ਮੈਂ ਪਾਸ ਹੋ ਜਾਵਾਂ, ਮੈਂ ਪਾਸ ਹੋ ਜਾਵਾਂ, ਮੈਂ ਪਾਸ, ਇਹਨਾਂ ਦੀ ਮੁਕਤੀ ਹੈ ਪਾਸ ਹੋਣ ਦੀ। ਅੱਛਾ ਮੈਨੂੰ ਮੁਕਤੀ ਦੇ ਦਿਓ। ਸੱਚੇ ਪਾਤਸ਼ਾਹ ਉਹ ਕਹਿੰਦੇ ਛੱਡ ਖਹਿੜਾ, ਜਾਣ ਕੇ ਟਾਲਣ ਲੱਗੇ ਰਾਜੇ ਨੂੰ ਕਿ ਜਹਾਂਗੀਰ ਬਾਦਸ਼ਾਹ ਨੂੰ ਦਿੱਲੀ ਦਾ ਹੋਵੇ, ਦਿੱਲੀ ਪਤੀ, ਉਹਨੂੰ ਪਤਾ ਨਹੀਂ ਸੀ। ਕਹਿੰਦੇ ਛੱਡ ਖਹਿੜਾ ਮੁਕਤੀ ਦਾ, ਕਿਹਨੇ ਦੇਖੀ ਹੈ ਮੁਕਤੀ, ਤੂੰ ਕੋਈ ਖਜ਼ਾਨੇ 'ਚੋਂ ਚਾਰ ਪੈਸੇ ਲੈ ਜਾ, ਮੈਨੂੰ ਤੇਰੇ ਬਸਤਰ ਫਟੇ ਪੁਰਾਣੇ ਨਜ਼ਰ ਆਉਂਦੇ ਨੇ, ਤੂੰ ਗਰੀਬ ਬੰਦਾ, ਗਰੀਬੀ ਤੇਰੀ ਮੈਂ ਚੁੱਕ ਦਿੰਦਾ, ਗੱਲ ਕਰ ਤੈਨੂੰ ਮਾਇਆ ਦੀ ਕਿੰਨੀ ਜ਼ਰੂਰਤ ਹੈ, ਅੰਨ ਧਨ ਦੀ ਗੱਲ, ਤੂੰ ਆਪਣੇ ਪਰਿਵਾਰ ਨੂੰ ਪਾਲ ਲਈ, ਚਾਹੇ ਮੇਰੇ ਖਜ਼ਾਨੇ 'ਚੋਂ ਮੋਦੀ ਖਾਨੇ 'ਚੋਂ ਮਾਇਆ, ਔਰ ਤੂੰ ਅੰਨ ਪਾਣੀ ਆਪਣਾ ਲੈ ਜਾ, ਵਰਤ ਲਿਆ ਕਰ, ਛੱਡ ਖਹਿੜਾ ਮੁਕਤੀ ਦਾ। ਕਹਿੰਦੇ ਕੀ ਗੱਲ, ਇਹ ਦਰਵਾਜ਼ਾ ਤਾਂ ਮੁਕਤ ਭੁਗਤ ਦਰ ਖੁੱਲ੍ਹਾ, ਰਾਮ ਜਿਵੇਂ ਆਉਂਦਾ ਹੈ ਵੀ ਗੁਰੂ ਸਾਹਿਬ ਤੋਂ ਮੁਕਤੀ ਬਖਸ਼ਦੇ ਨੇ, ਬ੍ਰਹਮ ਗਿਆਨ ਬਖਸ਼ਦੇ ਨੇ, ਬੈਰਾਗ ਲੱਗਿਆ ਹੋਵੇ ਕਿਸੇ ਨੂੰ, ਨਿਤ ਕਰਮ ਦੱਸਦੇ ਨੇ, ਭਗਤੀ ਦੱਸਦੇ ਨੇ, ਗਿਆਨ ਮਾਰਗ ਦੱਸਦੇ ਨੇ। ਜਪਜੀ ਸਾਹਿਬ 'ਚ ਆਉਂਦਾ ਕਰਮਖੰਡ, ਸਰਮਖੰਡ, ਧਰਮਖੰਡ, ਗਿਆਨਖੰਡ, ਸੱਚਖੰਡ, ਜਿੱਥੇ ਖੁਦਾ ਰੱਬ ਅੱਲਾ ਵਾਹਿਗੁਰੂ ਰਹਿੰਦਾ, ਸੱਚਖੰਡ ਬਸੈ ਉਹ ਬੈਠਾ ਹੈ। ਤੂੰ ਛੱਡ ਖਹਿੜਾ ਕਹਿੰਦੇ ਐਸੇ ਗੁਰੂ ਦਾ, ਐਸੀ ਮੁਕਤੀ ਦਾ, ਐਸੇ ਬ੍ਰਹਮ ਗਿਆਨ ਦਾ, ਤੂੰ ਕਹਿੰਦਾ ਨਹੀਂ ਨਹੀਂ ਮੈਨੂੰ ਮੁਕਤੀ ਬਖਸ਼ ਦਿਓ। ਕਹਿੰਦੇ ਅੱਛਾ ਅਜੇ ਪਤਾ ਨਹੀਂ, ਪਰਦਾ ਨਹੀਂ ਦੱਸਿਆ ਆਪਦਾ, ਖੋਲ੍ਹਿਆ ਨਹੀਂ ਹੈ। ਕਹਿਣ ਲੱਗੇ ਐਂ ਕਰ, ਜੇ ਥੋੜ੍ਹੇ ਪੈਸਿਆਂ ਨਾਲ ਤੇਰਾ ਮਨ ਨਹੀਂ ਅਜੇ ਰੱਜਿਆ, ਤੈਨੂੰ ਸਰਦਾਰੀ ਦੇ ਦਿੰਦੇ ਹਾਂ, ਜੈਲਦਾਰੀ ਦੇ ਦਿੰਦੇ ਹਾਂ, ਦੋ ਚਾਰ ਪਿੰਡਾਂ ਦਾ ਤੈਨੂੰ ਮੈਂ ਮਾਲਕ ਬਣਾ ਦਿੰਦਾ, ਤਲਕੇਦਾਰ ਬਣਾ ਦਿੰਦਾ, ਤੂੰ ਤਲਕਾ ਲੈ ਲੈ ਕੋਈ, ਤੈਨੂੰ ਮੈਂ ਹੁਣੇ ਜੈਲਦਾਰੀ ਲਿਖ ਦਿੰਦਾ, ਸਰਦਾਰੀ ਲਿਖ ਦਿੰਦਾ, ਚੌਧਰੀ ਸਾਹਿਬਾਨ ਲਿਖ ਦਿੰਦਾ, ਗੱਲ ਕਰ ਤੂੰ ਕੋਈ ਊਂਟ ਘੋੜਾ ਹਾਥੀ ਫੇਰ ਲੈ, ਔਰ ਉਹਦੀ ਹੱਦ ਬੰਨ ਲੈ, ਦੋ ਚਾਰ ਪੰਜ ਪਿੰਡ ਦੇ ਦਿੰਦਾ। ਕਹਿੰਦਾ ਨਹੀਂ ਨਹੀਂ ਮੈਂ ਪਿੰਡ ਨਹੀਂ ਲੈਣੇ। ਕਹਿੰਦੇ ਜ਼ਿਆਦੇ ਭੁੱਖ ਹੈ, ਫਿਰ ਤੈਨੂੰ ਇੱਕ ਛੋਟੀ ਜਿਹੀ ਰਿਆਸਤ ਦਾ ਮਾਲਕ ਬਣਾ ਦਿੰਦਾ, ਤੈਨੂੰ ਰਾਜਾ ਬਣਾ ਦਿੰਦਾ। ਕਹਿੰਦੇ ਗੱਲਾਂ ਕੀ ਹੋ ਰਹੀਆਂ ਨੇ, ਮੈਂ ਤਾਂ ਆਇਆ ਸੀ ਸੱਚਾ ਪਾਤਸ਼ਾਹ ਦੇ ਦੀਦਾਰ ਕਰਨ, ਇਹ ਤਾਂ ਝੂਠੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਰਾਜਾ, ਇਹ ਨਹੀਂ ਹੈ ਸੱਚਾ ਪਾਤਸ਼ਾਹ। ਕਹਿੰਦੇ ਕਿਉਂ, ਕੀ ਗੱਲ ਬਈ, ਤੈਨੂੰ ਮਨਜ਼ੂਰ ਨਹੀਂ ਰਾਜ? ਕਹਿੰਦੇ ਨਹੀਂ ਮੈਨੂੰ ਤਾਂ ਮੇਰੇ ਗੁਰੂ ਦੀ ਮਨਜ਼ੂਰੀ, ਜੇ ਤਾਂ ਤੂੰ ਹੈ ਗੁਰੂ ਨਾਨਕ ਦਾ ਸਰੂਪ ਤਾਂ ਤੂੰ ਮੈਨੂੰ ਮੁਕਤੀ ਬਖਸ਼ ਦੇ। ਕਹਿੰਦੇ ਤੇਰਾ ਹਿਰਦਾ ਮੈਂ ਦੇਖ ਲਿਆ, ਜਿਵੇਂ ਟੋਹ ਲਿਆ, ਟਣਕਾ ਲਿਆ, ਪਰਖ ਲਿਆ, ਇਹ ਪਰਖਣਾ 'ਚ ਹਰੇਕ ਉਤਰਦਾ ਨਹੀਂ ਹੁੰਦਾ, ਪਰ ਇਹ ਗੱਲ ਮੈਂ ਹੁਣ ਤੈਨੂੰ ਅਗਲੀ ਗੱਲ ਦੱਸਦਾ, ਪਰ ਜਿੱਥੇ ਇੱਕ ਸੋਟੀ 'ਤੇ ਤੈਨੂੰ ਪਰਖਿਆ ਤੂੰ ਪੂਰਾ ਉਤਰਿਆ, ਪੂਰੇ ਉਤਰਨ ਵਾਲਿਆਂ ਦੀ ਵੀ ਨਿਸ਼ਾਨੀ ਹੈ। ਜਿਹਨੂੰ ਲੱਗ ਜੇ ਇੱਕ ਸੋਟੀ ਤੇਰੀ, ਪਾਸ ਬੰਦੇ ਮਰ ਕੇ ਜੀਵਦੇ, ਲੱਗ ਜੇ ਇੱਕ ਸੋਟੀ ਤੇਰੀ, ਸੋਟੀ ਬਾਬਾ ਤੇਰੀ, ਪਾਸ ਬੰਦੇ ਮਰ ਕੇ ਜੀਵਦੇ, ਮਰ ਕੇ ਜੀਵਦੇ।
ਵੇਖ ਜਾਂਦੇ ਨੇ, ਇਹਨਾਂ ਨੂੰ ਸਾਹਮਣੇ ਸੁਣਦੇ। ਲੱਗ ਜੇ ਕਸੌਟੀ ਤੇਰੀ, ਲੱਗ ਜੇ ਕਸੌਟੀ ਤੇਰੀ, ਲੱਗ ਜੇ ਕਸੌਟੀ ਤੇਰੀ, ਜਿਹਨੂੰ ਲੱਗਦੀ ਕਸੌਟੀ ਤੇਰੀ, ਬੰਦੇ ਮਰ ਕੇ ਜੀਣ ਦੇ ਪਿਆਰੇ ਜੀ, ਆਸ ਬੰਦੇ ਮਰ ਕੇ ਜੀਣ ਦੇ, ਵੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਖੋਏ, ਉਹ ਫੇਲ ਹੋ ਜਾਂਦੇ ਨੇ। ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾਂਗੇ, ਜਿਉਂਦੇ ਮਰਨ ਵਾਲੀ ਇਹ ਹਾਲਤ ਉਸਦੀ ਹੁੰਦੀ ਹੈ। ਜੀਵਤ ਮਰੈ ਮਰੈ ਫੁਨ ਜੀਵੈ, ਪੁਨਰਪ ਜਨਮ ਨ ਵਿਧੇ ਤੇ, ਉਹਨੂੰ ਫਿਰ ਮੁੜ ਕੇ ਆਉਣਾ ਜਾਣਾ ਨਹੀਂ ਮਿਲਦਾ, ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ। ਮੈਂ ਪ੍ਰਮਾਣ ਦੇ ਰਿਹਾ ਸੀ, ਪਰਖਣਾ ਕਰ ਲਈ। ਕਹਿੰਦੇ ਸਿੱਖਾ ਜਹਾਂਗੀਰ ਬਾਦਸ਼ਾਹ ਨੇ, ਤੈਨੂੰ ਮੈਂ ਪ੍ਰਤਿਆ ਲਿਆ, ਪ੍ਰੀਖਿਆ ਲੈ ਲਈ, ਤੂੰ ਦੁਨੀਆਂ ਦੇ ਪਦਾਰਥ ਦਾ ਚਾਹਵਾਨ ਨਹੀਂ, ਆਪਦੇ ਗੁਰੂ ਦੀ ਬਖਸ਼ਿਸ਼ ਚਾਹੁੰਦਾ ਹੈ, ਤੂੰ ਗੁਰੂ ਦਾ ਸੱਚਾ ਸੇਵਕ ਹੈ। ਮੈਨੂੰ ਭਰਮ ਪਿਆ ਸੀ, ਮੈਨੂੰ ਭਰਮ ਪਿਆ ਸੀ, ਮੈਂ ਉਹ ਪੂਰਾ ਕਰ ਰਿਹਾ ਹਾਂ, ਔਰ ਅੱਗੇ ਵੀ ਦੇਖਦਾ ਤੈਨੂੰ। ਜਾਂ ਤੂੰ ਜਿਹੜੇ ਪਾਤਸ਼ਾਹ, ਕਹਿੰਦਾ ਕਿਉਂ ਕੀ ਗੱਲ, ਤੁਸੀਂ ਸੱਚੇ ਪਾਤਸ਼ਾਹ ਨਹੀਂ ਹੋ, ਤੂੰ ਮੇਰੀ ਪੀਰੀ ਦਾ ਮਾਲਕ ਨਹੀਂ ਹੈ। ਕਹਿੰਦੇ ਨਹੀਂ, ਮੈਂ ਦਿੱਲੀ ਦਾ ਝੂਠਾ ਬਾਦਸ਼ਾਹ ਹਾਂ। ਜਹਾਂਗੀਰ ਦਾ ਮਾਣ ਟੁੱਟ ਗਿਆ, ਇਹ ਐਵੇਂ ਨਹੀਂ ਲੋਕ ਆਖਦੇ, ਸੱਚਾ ਪਾਤਸ਼ਾਹ ਐਵੇਂ ਨਹੀਂ ਕਹਿੰਦੇ। ਕਿਉਂ? ਕਹਿੰਦੇ ਕੀ ਗੱਲ, ਫਿਰ ਤੁਸੀਂ ਹੈ ਨਹੀਂ ਸੱਚੇ ਪਾਤਸ਼ਾਹ। ਕਹਿੰਦੇ ਨਹੀਂ, ਮੈਂ ਨਹੀਂ ਹਾਂ ਸਿੱਖ ਨੇ। ਕਹਿੰਦਾ ਤਾਂ ਫਿਰ ਮੇਰਾ ਸਵਾਨਾ ਵੀ ਉਰੇ ਫੜਾ ਦੇ, ਮੈਨੂੰ ਦੱਸ ਤਾਂ ਪਾ ਦੇ, ਪਤਾ ਲੱਗਿਆ। ਕਹਿੰਦੇ ਉਹਨਾਂ ਦਾ ਅਗਲਾ ਤੰਬੂ ਹੈ ਬਈ ਸੱਚੇ ਪਾਤਸ਼ਾਹ ਦੇ ਕਰਨੇ ਨੇ ਦੀਦਾਰੇ, ਸ਼ਾਦੀ ਕਰਨੇ ਨੇ ਦੀਦਾਰੇ,
ਪਾਤਸ਼ਾਹ ਦੇ ਕਰਨੇ ਨੇ ਦੀਦਾਰੇ ਪਰਮਾਨ ਸਾਂਝੀ ਬਾਲਤਾ 'ਚ ਥੋੜ੍ਹਾ ਸਾ ਬੋਲੇ ਦੇਵਾਂ ਅਮਰਾ ਫੈਲਾਓ। ਅੱਜ ਮੈਂ ਕਿ ਜਿੱਥੇ ਸੱਚਾ ਅਮਰ ਸੱਚੀ ਪਾਤਸ਼ਾਹੀ ਆਦਿ ਸੱਚ ਅਸੀਂ ਬੋਲਦੇ ਹਾਂ ਗੁਰਮਤ ਵਿੱਚ, ਔਰ ਇਸਲਾਮ ਮਤ ਵਿੱਚ ਹੱਕ ਸੱਚ ਉਹਨੂੰ ਅਰਬੀ 'ਚ ਲਿਆਉਂਦੇ ਲਿਆਉਂਦੇ ਵਿਆਹ ਕਰਨ ਵਾਲੇ ਜਿਹੜੇ ਵਿਦਵਾਨ ਸੱਜਣ ਨੇ ਅਸੀਂ ਕਹਿੰਦੇ ਹੱਕ ਸੱਚ ਕਿਆ ਉਸ ਉਹਨਾਂ ਦੇ ਵਾਸਤੇ ਵੀ ਜੋ ਹੱਕ ਸੱਚ ਹੈ ਵਿਆਹ ਕਰਨ ਦੀ ਗੱਲ ਸੀ। ਖੁਦਾ ਹੱਕ ਸੱਚ ਹੈ, ਸੱਚਾ ਹੈ, ਇੱਕ ਖੁਦਾ ਤੋਂ ਬਿਨਾਂ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਬਾਕੀ ਸੰਸਾਰ ਸਾਰਾ ਫਨਾ ਦਾ ਮੁਕਾਮ ਹੈ, ਨਾਸ਼ਵੰਤ ਹੈ। ਇੱਕ ਫਕੀਰ ਸੱਚ ਨਾਲ ਜੁੜਿਆ ਬੈਠਾ, ਮੈਂ ਸਮੇਂ ਦੇ ਨਾਲ ਔਰ ਸਮਾਂ ਅੱਜ ਆਪ ਦੇਖਦੇ ਹੀ ਹੋ ਜਿਸ ਪਿਆਰ ਵਿੱਚ ਬੱਝੇ ਬੈਠੇ ਹੋ। ਹੁਣ ਇੱਥੇ ਕਿਉਂਕਿ ਗਿਆਨੀ ਗੁਰਮੇਲ ਸਿੰਘ ਹੋਰ ਸੱਜਣ, ਅੱਜ ਜਥੇਦਾਰ ਬੀਬੀ ਹੋਰ ਸੱਜਣ, ਸਰਦਾਰ ਬਹਾਦਰ, ਸਰਦਾਰ ਗੁਰਨਾਮ ਸਿੰਘ ਪਰਿਵਾਰ, ਸਾਰੇ ਨਗਰ ਦੇ ਇੰਨੇ ਗੱਭਰੂ ਜਵਾਨ ਨੇ, ਉਹ ਮੈਨੂੰ ਇਹੀ ਸੁਨੇਹਾ ਕਈ ਦੇਈ ਜਾਣਗੇ। ਨਹੀਂ ਤੁਹਾਨੂੰ ਪਤਾ ਸਾਲਾਂ ਵਧੀ ਕਦੀ ਆ ਸਮਾਂ ਮਿਲਦਾ ਹੈ ਜੀ। ਆਪਣੇ ਬਸ ਮੁਹੰਮਦਨ ਵੀਰ ਖਾਸ ਕਰਕੇ ਅੱਧ ਤੋਂ ਵੀ ਵੱਧ ਹੈ ਪਿੰਡ ਵਿੱਚ। ਉਹ ਕਹਿਣਗੇ ਆਪਣੇ ਸੰਤਾਂ ਦੇ ਦੀਵਾਨ ਲਿਆਓ ਲਿਆਓ ਲਿਆਓ, ਜਿਹਨੂੰ ਕੋ ਮਿਲੂਗਾ ਉਹੀ ਸਮਝੂਗਾ ਇਸ ਗੱਲ ਨੂੰ। ਹਮਾਰੇ ਜ਼ਿਕਰ ਕੋ ਵਹੀ ਜਾਣੇਗਾ ਜਿਸਕੇ ਦਿਲ ਪੇ ਐਸਾ ਨਿਸ਼ਾਂ ਹੋਊਗਾ, ਮੇਰੀ ਵਸਤੂ ਨੂੰ ਉਹ ਸਮਝੂ। ਮੇਰੇ ਜ਼ਿਕਰ ਦੇ ਜਿਵੇਂ ਕਹਿ ਦੇਣਾ ਜੀ ਟੋਟੇ ਹੋ, ਮੇਰੇ ਜਿਗਰ ਦੀ ਅਵਸਥਾ ਨੂੰ, ਮੇਰੇ ਦਿਲ ਦੀ ਗੱਲ ਨੂੰ ਮਹਿਰਮ, ਕੋਈ ਮਹਿਰਮ ਦਿਲ ਦਾ ਜਾਨੀ ਸਮਝੇਗਾ ਕਿਆ ਹੈ ਕਿਆ ਜਿਹਨੂੰ ਇਹ ਇਹੋ ਜਿਹਾ ਅਣੀਆਂ ਵਾਲਾ ਬਾਣ ਜਿਹਦੇ ਦਿਲ ਵਿੱਚ ਲੱਗਿਆ ਹੋਊਗਾ। ਤੇ ਜਿਹੜੇ ਹੁਣ
ਸੁੱਤੇ ਪਏ ਮੋਹਾਏ, ਪਿਛਲ ਰਾਤ ਨਾ ਜਾਗਿਓ, ਜੀਮ ਦੜਿਓ ਮੋਏ ਹੋਏ, ਤੂੰ ਤਾਂ ਜਿਉਂਦਾ ਹੀ ਮਰਿਆ ਪਿਆ। ਉਹਦਣ ਕਿਹਾ ਉੱਠ ਉੱਠ ਫਰੀ ਦਾ ਸੁੱਤਿਆ, ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹਨੂੰ ਲਾਹ ਦਿਓ ਸਿਰ ਨੂੰ, ਉਹ ਸਿਰ ਕਿਸੇ ਲੇਖੇ ਨਹੀਂ ਜਿਹੜਾ ਸਿਜਦਾ ਨਹੀਂ ਖੁਦਾ ਨੂੰ ਕਰਦਾ। ਲਾ ਦਿਓ ਜੋ ਸਾਈਂ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਉਹਨੂੰ ਕਰੀਏ ਕੀ, ਕੁੰਨੇ ਹੇਠ ਜਲਾਈਏ ਬਾਲਣ ਸੰਦੈ ਥਾਈ। ਚੁੱਲ੍ਹੇ 'ਚ ਦੇ ਦਿਓ ਉਹਨੂੰ, ਬਾਲਣ ਦੀ ਥਾਂ ਉਹਨੂੰ ਫੂਕ ਦਿਓ, ਜਾਲ ਦਿਓ ਜਿਹੜਾ ਸਿਰ। ਉੱਠ ਨਿਵਾਜ਼, ਉੱਠ ਫਰੀ ਦਾ ਉਜੂ ਸਾਜ਼, ਉਜੂ ਕਰਨਾ। ਫਿਰ ਆਪਾਂ ਪੰਜ ਇਸ਼ਨਾਨਾ ਕਹਿ ਦਿਓ, ਇਹਦੇ 'ਚ ਕੱਲੀ ਕੱਲੀ ਗੱਲ ਕੂਹਣੀਆਂ ਤੱਕ, ਗੋਡਿਆਂ ਤੱਕ, ਨੱਕ ਮੁੱਖ ਆਦਿਕ ਸਾਫ਼ ਕਰ, ਪੰਜ ਇਸ਼ਨਾਨਾ ਐਸੇ। ਫਿਰ ਚੱਲ ਬਾਂਗ ਦੇ, ਤੂੰ ਫਿਰ ਨਿਵਾਜ਼ ਪੜ੍ਹ। ਇਸ ਉੱਠ ਫਰੀ ਦਾ ਉਜੂ ਸਾਜ਼, ਸੁਬਹ ਨਿਵਾਜ਼ ਗੁਜ਼ਾਰ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਹੈ ਜਾਂ ਨਹੀਂ ਹੈ ਕਿ ਮੈਂ ਕੋਲੋਂ ਹੀ ਲਾਈ ਜਾਂਦਾ। ਬੋਲੋ, ਅਸੀਂ ਤਰਕਵਾਦੀ ਨਾਲ ਹੀ ਬੈਠੇ, ਅਸੀਂ ਤਾਂ ਕੱਟੜਵਾਦੀ ਬੜੇ ਬੈਠੇ ਹਾਂ। ਹੁਣ ਕਹੀਂ ਗੁਰੂ ਗ੍ਰੰਥ ਜੀ ਮੰਨਿਓ, ਜਿਹੜੀ ਗੱਲ ਮੰਨਣ ਵਾਲੀ ਆ ਉਹ ਮੰਨੋ ਤਾਂ ਸਹੀ। ਤੁਸੀਂ ਸੁਬਹ ਨਿਵਾਜ਼ ਗੁਜ਼ਾਰ, ਸਿਵੇਂ ਫਿਰ ਉੱਠ ਕੇ ਉਜੂ ਸਾਜ਼, ਲੋਟਾ ਲੈ, ਉੱਥੇ ਜਗ੍ਹਾ ਬਣੀ ਹੋਈ ਹੈ, ਸੁਬਹ ਦੀ ਨਿਵਾਜ਼ ਪੜ੍ਹ। ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਉੱਥੇ ਵੀ ਮੈਂ ਬੋਲੋ ਉੱਠ ਫਿਰੀ ਦਾ ਉਜੂ ਸਾਜ਼। ਬੇ ਨਿਵਾਜਾ ਕੁੱਤਿਆ ਗੱਜ ਕੇ ਬੋਲੋ। ਬਾਬਾ ਫਰੀਦ ਜੀ ਕਹਿੰਦੇ, ਜਿਹੜਾ ਨਿਵਾਜ਼ ਨਹੀਂ ਪੜ੍ਹਦਾ ਮੁਸਲਮਾਨ ਹੋ ਕੇ, ਕਿੱਡਾ ਸ਼ਬਦ ਉਹਨੂੰ ਸਖ਼ਤ ਕਿਹਾ ਗਿਆ। ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਕਤ। ਜਿਹੜਾ ਸਿੱਖ ਦੋ ਵੇਲੇ ਗੁਰਦੁਆਰੇ ਨਹੀਂ ਜਾਂਦਾ, ਹਾਲ ਆਪੇ ਹੀ ਪੁੱਛ ਲਓ ਉਹਦਾ ਕੀ ਹੋਊਗਾ, ਉਹਨੂੰ ਕੀ ਕਹੋਗੇ ਤੁਸੀਂ। ਹੁਣ ਬਾਬਾ ਫਰੀਦ ਨੇ ਤਾਂ ਉਹਨੂੰ ਕਿੱਡਾ ਸ਼ਬਦ ਗਿਰਾਵਟ ਦਾ ਕਹਿ ਦਿੱਤਾ, ਜੋ ਖੁਦਾ ਦੀ ਬੰਦਗੀ ਵਾਸਤੇ ਬੇਨਿਵਾਜਾ ਕੁੱਤੇ ਆ ਕਿਹਾ ਹੈ। ਕਮਾਲ, ਗੁਰੂ ਸਾਹਿਬ ਨੇ ਉਹਨੂੰ ਵੀ ਸਵੀਕਾਰ। ਅੱਛਾ ਹੈ, ਚੰਗਾ ਹੈ। ਇੱਕ ਸਰੋਤਾ ਹੁੰਦਾ ਹੈ, ਵਕਤੇ ਦੀ ਗੱਲ ਕਿਸੇ ਦੀ ਸ਼ਲਾਘਾ ਕਰਦਾ ਹੈ, ਕਰਦੇ ਕਰਨੀ ਹੈ ਜ਼ਰੂਰ, ਉਹ ਆਪਣੇ ਮਨ ਪ੍ਰਤੀ ਕਰਦਾ, ਇੱਕ ਸਮਾਨਤਾ ਦੀ ਗੱਲ ਕਰਦਾ, ਇੱਕ ਤਰਕਵਾਦੀ ਦੀ ਗੱਲ ਕਰਦਾ, ਕਿਸੇ ਦਾ ਦਿਲ ਦਿਖਾਉਣ ਵਾਲਾ ਉਹ ਵਚਨ ਕਰਦਾ। ਕਥਾ ਤਿੰਨ ਪ੍ਰਕਾਰ ਨਾਲ, ਉਪਦੇਸ਼, ਰੋਚਕ, ਭਿਆਨਕ, ਯਥਾਰਥ। ਇੱਥੇ ਢੁਕਵਾਂ ਪ੍ਰਮਾਣ ਬੋਲਿਆ ਜਾਊਗਾ, ਜਿਹੜਾ ਸਾਰਿਆਂ ਨੂੰ ਇੱਥੋਂ ਰੱਬੀ ਖੁਰਾਕ ਮਿਲੇ। ਯਥਾਰਥ ਇਸ ਨੂੰ ਕਿਹਾ ਜਾਂਦਾ ਹੈ, ਉਹ ਸ੍ਰੇਸ਼ਟ ਮੱਧਿਆ ਵਕਤਾ ਹੈ ਜਿਹੜਾ ਯਥਾਰਥ ਦੇ ਨਾਲ ਚੱਲੇ। ਇੱਕ ਆਪਣੇ ਆਪ ਨੂੰ ਸੰਬੋਧਨ ਕਰਾਵੇ, ਪ੍ਰਬੋਧਨ ਕਰਾਵੇ, ਉਹਨੂੰ ਅੱਵਲ ਨੰਬਰ, ਫਸਟ ਨੰਬਰ ਕਹਿੰਦੇ ਹਾਂ। ਉੱਤਮ ਵਕਤ ਹੈ, ਉੱਤਮ, ਮੱਧਮ, ਕਨਿਸ਼ਟ, ਤਿੰਨ ਪ੍ਰਕਾਰ ਦੀ ਕਥਾ ਕਰਨ ਵਾਲੇ ਵਕਤੇ ਇੱਥੇ ਪ੍ਰਚਾਰ ਕਰਨ ਵਾਲੇ ਉਹ ਬੋਲਣਗੇ ਕਿ ਇੱਕ ਆਪਦੇ ਮਨ ਨੂੰ ਵੀ ਮੈਂ ਕਹੋ ਨਾਨਕ ਸੁਣ ਰਹੀ ਮਨ ਇਹਦੀ ਕਥਾ, ਮੈਂ ਰੋਜ਼ ਕਿਤੇ ਨੂੰ ਕਿਤੇ ਮਿਲਦਾ ਹੀ ਰਹਿੰਦਾ ਸਮਾਂ, ਆਪਣੇ ਮਨ ਨੂੰ ਸਮਝਾਵੇ। ਤੋ ਆਓ ਉਸ ਪਿਆਰ ਵਿੱਚ ਨਿਵਾਜ਼ਾਂ ਵੀ ਪੜ੍ਹਨੀਆਂ। ਮੈਂ ਹੁਣ ਉਸੇ ਦੇਸ਼ ਦੀ ਗੱਲ ਕਰ ਰਿਹਾ, ਕੱਲ੍ਹ ਵੀ ਸੁਣਿਆ ਆਪਣੇ, ਮੈਂ ਹੁਣ ਸੰਖੇਪ ਜਿਹਾ ਬੋਲੂੰ। ਇਸ ਪਿਆਰ ਵਿੱਚ ਥੋੜ੍ਹੇ ਸਮੇਂ ਦੇ ਅੰਦਰ ਬਹੁਤਾ ਕੁਛ, ਤੋ ਨਿਵਾਜ਼ ਵੀ ਪੜ੍ਹਦੇ ਨੇ, ਮੌਲਾਣੇ ਆ ਕੇ ਪੜ੍ਹਾਉਂਦੇ ਨੇ, ਕਾਜ਼ੀ ਨੇ ਫਾਇਦਾ ਕਰਨਾ ਉਹਨੂੰ ਬਾਦਸ਼ਾਹ
ਸਲਾਮਤ ਸਤਿਕਾਰ ਕਰਦਾ, ਰਿਸਪੈਕਟ ਕਰਦਾ, ਉਹਦੀ ਇੱਜ਼ਤ ਕਰਦਾ ਇਹ ਸ਼ਹਿਜ਼ਾਦੀ। ਇਸ 'ਤੇ ਮੈਂ ਬੋਲਦਿਆਂ ਹੁਣ ਪਿਆਰ ਨਾਲ, ਨਾਮ ਕੀ ਹੈ? ਅਨਲ ਹੱਕ, ਗੱਜ ਕੇ ਬੋਲੋ। ਅਨਲ ਐਨਲ ਵੀ ਕਿਹਾ, ਐਨ 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 ਗੈਨ ਫੇ ਕਾਫ 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 ਕਾਹੇ ਕਾਫ ਆਉਂਦੇ ਨੇ, ਪੜ੍ਹਦੇ ਰਹੇ ਇੱਕ ਇੱਕ ਹਫ਼ਤੇ, ਜਿਵੇਂ ਸਾ ਛਾ 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 ਚਾਰ ਆ ਗਏ ਸੱਸੇ 'ਚ, ਜਿਹੜੇ ਬੋਲੀ ਬੋਲਦੇ ਨੇ, ਨਹੀਂ ਇੱਕ ਸੱਸੇ ਨਾਲੇ ਸਾਰ ਸੂਰ ਜਾਂਦੇ ਨੇ, ਕੋਈ ਟੋਕਣਾ ਨਹੀਂ, ਕਿਸੇ ਨੇ ਰੋਕਣਾ ਨਹੀਂ, ਜੋ ਮਰਜ਼ੀ ਬੋਲੀ ਜਾਵੇ, ਜਿਵੇਂ ਸੱਥ 'ਚ ਬੋਲੀ ਜਾਈਦਾ ਹੈ। ਕਿ ਨਹੀਂ ਇੱਕ ਇੱਕ ਅੱਖਰ ਵਿੱਚ ਭੇਦ ਹੈ, ਸਾ ਸ਼ਾ ਸ਼ਾ ਚੇ ਛਾ ਛਿਕਾ ਚਾਰ ਬੋਲੇ ਜਾਂਦੇ ਨੇ, ਸੀਨ ਸ਼ੀਨ ਚੇ ਛੇ ਬਹੁਤ ਵਸਤੂਆਂ। ਤੋ ਨਿਵਾਜ਼ਾਂ ਵੀ ਪੜ੍ਹ ਲਈਆਂ ਪਰ ਅਜੇ ਮਨ ਨੂੰ ਟਕਾ ਨਹੀਂ। ਇੱਕ ਔਰ ਸੱਜਣ ਉਸਦੇ ਨਾਲ ਲਗਮਾ ਕਰ, ਕਾਜੀ ਦਾ, ਇਹ ਕਾਜੀ ਦੀ ਲੜਕੀ ਹੈ ਅਤੇ ਬਾਦਸ਼ਾਹ ਨਾਲ ਵੀ ਮਿਲਾਪ ਹੈ। ਉਹ ਜਿਸ ਨੂੰ ਅਸੀਂ ਕਹਿੰਦੇ ਰਾਜ ਗੁਰੂ ਹੈ, ਰਾਜ ਪੰਡਿਤ ਹੈ, ਆਮ ਦੁਨੀਆਂ ਦਾ ਗ੍ਰੰਥੀ ਨਹੀਂ, ਰਾਜ ਗੁਰੂ ਕਰਕੇ ਇਹ ਰਾਜੇ ਮਹਾਰਾਜਿਆਂ ਦਾ ਗ੍ਰੰਥੀ ਹੈ। ਬੜੇ ਬੜੇ ਕਿਲਿਆਂ ਦੇ ਵਿੱਚ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਇਹ ਆ ਗ੍ਰੰਥੀ ਤਾਂ ਰੋਜ਼ ਤੁਰੇ ਰਹਿੰਦੇ ਨੇ ਗਲੀਆਂ ਮੁਹੱਲਿਆਂ 'ਚ। ਜਿਹੜਾ ਸ਼ਾਹੀ ਗ੍ਰੰਥੀ ਹੈ ਉਹ ਰਾਜੇ ਮਹਾਰਾਜਿਆਂ ਦਾ, ਰਾਜ ਗੁਰੂਆਂ ਤੱਕ ਉਹਦਾ ਸਤਿਕਾਰ ਹੁੰਦਾ ਹੈ। ਕਾਜ਼ੀ ਦੀ ਗੱਲ, ਕਾਜ਼ੀ ਦੀ ਲੜਕੀ ਦੀ ਗੱਲ, ਪਰ ਇੱਥੇ ਇੱਕ ਫਕੀਰ ਜਿਸ ਦਾ ਪਿਆਰ ਉਸ ਸਲਤਨਤ ਵਿੱਚ, ਰਾਜਧਾਨੀ ਵਿੱਚ ਪਿਆ ਹੋਇਆ ਹੈ, ਜ਼ੁਨੈਦ, ਅਤੇ ਉਸਦੇ ਪਾਸ ਇੱਕ ਕਾਜ਼ੀ ਦੀ ਲੜਕੀ, ਨਿਵਾਜ਼ਾਂ ਵੀ ਪੜ੍ਹ ਲਈਆਂ, ਰੋਜ਼ੇ ਵੀ ਰੱਖ ਲਏ, ਸ਼ਾਂਤੀ ਔਰ ਸਰੀਰ ਪਤਲਾ ਵੀ ਕਰ ਲਿਆ, ਭੁੱਖਾ ਪਿਆਸਾ ਰਹਿਣ ਉਤਰ ਕੇ, ਖੁਰਾਕ ਖਾਣੀ ਨਹੀਂ ਪਰ ਬੰਦਗੀ ਕਰਦੀ ਹੈ, ਕਹਿੰਦੀ ਸ਼ਾਂਤੀ ਨਹੀਂ ਆਈ। ਰੱਬੀ ਪਿਆਰ ਅਤੇ ਉਸਨੂੰ ਦੱਸ ਪਈ ਇੱਕ ਫਕੀਰ ਦੀ ਕਿ ਇਹ ਗੱਲ ਫਕੀਰ ਤੋਂ ਬਿਨਾਂ ਤੈਨੂੰ ਹਾਸਲ ਨਹੀਂ ਹੋਣੀ। ਠੀਕ ਹੈ, ਇੱਕ ਰੱਬ ਦੀ ਬਖਸ਼ੀ ਹੋਈ ਦਾਤ ਜਿਸ ਦੇ ਪੱਲੇ ਹੈ, ਸੁਣਦੇ ਸੀ ਨਾ, ਜਿਨ ਤਨ ਪੱਲੇ ਨਾਨਕਾ ਤਿਨਕਾ ਨੌ ਫਕੀਰ, ਜਿਨ ਕੇ ਹਿਰਦੇ ਤੂੰ ਵਸੈਂ ਤੇ ਨਰ ਗੁਣੀ ਗਹੀਰ। ਉਹ ਐਨਲ ਹੱਕ ਇੱਕ ਉਸਨੂੰ ਆਪਦਾ ਮੁਰਸ਼ਦ ਤਾ ਲਿਆ। ਵਾਹ ਮੁਰਸ਼ਦਾਂ, ਵਾਹ ਮੁਰਸ਼ਦਾਂ, ਰਾਹ ਨਹੀਂ ਹੱਥੋਂ ਦੇ, ਮੁਰਸ਼ਦ ਧਾਰਨ ਕਰਕੇ ਆਪਦਾ ਗੁਰੂ, ਪੀਰ ਆਪਾਂ ਗੁਰੂ ਕਹਿ ਦਿਓ, ਪੀਰ ਕਹਿ ਦਿਓ, ਮੁਰਸ਼ਦ ਮੇਰਾ ਮੁਰਸ਼ਦ ਜ਼ੁਨੈਦ ਹੈ, ਕਾਜ਼ੀਆਂ ਮੌਲਾਣਿਆਂ ਦੇ ਕੋਲੋਂ ਮੈਂ ਨਿਵਾਜ਼ਾਂ ਪੜ੍ਹਨੀਆਂ, ਅਰਬੀ ਪੜ੍ਹ ਲਈ, ਕੁਰਾਨ ਸ਼ਰੀਫ ਦਾ ਪਾਠ ਵੀ ਕਰ ਲਿਆ, ਹਿਫਜ਼ ਵੀ ਹੈ ਮੇਰੇ, ਆਪਾਂ ਕੰਠ ਕਹਿ ਦਿਓ, ਹਿਫਜ਼ ਕਹਿਣਗੇ ਬੈਠੇ ਨੇ ਸੱਜਣ, ਕੰਠ ਵੀ ਕਰ ਲਿਆ, ਨਿਵਾਜ਼ਾਂ ਵੀ ਪੜ੍ਹਦੀ ਹਾਂ, ਅਜੇ ਆਤਮਕ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ, ਰੂਹਾਨੀਅਤ ਰੱਬੀ ਪਿਆਰ ਅਜੇ ਮੇਰੇ ਅੰਦਰ ਵਸਿਆ ਨਹੀਂ ਹੈ। ਚਲੋ ਇੱਕ ਫਕੀਰ ਦੇ ਦੀਦਾਰ ਕਰਕੇ ਕਿ ਇਹ ਨਿਸ਼ਾਨੀ ਸਾਧਕੀ ਜਿੱਤ ਭੇਟ ਤੇਰੀ ਹੈ, ਜਿਸ ਫਕੀਰ ਦੇ ਦਰਸ਼ਨ ਹੀ ਮਿਲਾਪ ਦੇ ਨਾਲ ਆਤਮਾ ਨੂੰ ਐ ਰੱਬੀ ਪਿਆਰ ਮਿਲ ਜਾਏ, ਸਮਝੋ ਉਹ ਕੋਈ ਖੁਦਾ ਦੀ ਦਰਗਾਹ ਦਾ ਬਖਸ਼ਿਆ ਹੋਇਆ ਫਕੀਰ। ਪੜ੍ਹਦੇ ਕੱਲ ਵੀ ਕਿ ਪਰਸੋਂ ਪੜ੍ਹਿਆ ਸੀ ਵੀ ਮੈਨੂੰ ਕੋਈ ਖੁਦਾ ਦਾ ਬਖਸ਼ਿਆ, ਕੋਈ ਗੁਰੂ ਪੀਰ ਦਾ ਬਖਸ਼ਿਆ ਹੋਇਆ ਫਕੀਰ
ਅਗਰ ਮਿਲ ਜਾਵੇ ਮੇਰੇ ਵੀ ਭਾਗ ਸਬੱਲੇ ਹੋ ਜਾਣ, ਭਾਗਾਂ ਵਾਲੇ। ਅਹੋ ਭਾਗ ਹਿੰਦੀ 'ਚ ਵੀ ਕਹਿੰਦੇ ਨੇ, ਮੈਂ ਬਹੁਤ ਬਹੁਤ ਵੱਡੇ ਭਾਗਾਂ ਵਾਲਾ। ਤਾਂ ਮੈਨੂੰ ਗੁਰੂ ਅਰਜਨ ਦੇਵ ਜੀ ਵੀ ਫਰਮਾਨ ਕੀਤਾ, ਦੁਨੀਆ ਟੋਲਦੀ ਫਿਰਦੀ ਹੈ, ਮੈਂ ਤਾਂ ਭਾਗਾਂ ਵਾਲਾ ਜੀ, ਦਰਸ਼ਨ ਪੂਰਿਆਂ ਗੁਰਾਂ ਦੇ ਹੋ ਗਏ। ਭਾਗਾਂ ਵਾਲਾ ਮਾਨ, ਦਰਸ਼ਨ ਪੂਰਿਆਂ ਗੁਰਾਂ ਦੇ ਹੋ ਗਏ। ਬਖਸ਼ਿਆ ਜਾਵੇਗਾ ਉਧਰ ਗੁਰੂ ਸਾਹਿਬ ਦਾ। ਮੈਂ ਦੋਏ ਪ੍ਰਮਾਣਾਂ ਨੂੰ ਇਕੱਠੇ ਕਰ ਦਿੱਤਾ, ਦੇਖੋ ਕਿਸ ਦਾ ਦਿਲ ਦਿਖਾਉਣਾ ਠੀਕ ਨਹੀਂ। ਕੋਈ ਗੁਰਸਿੱਖ ਨੂੰ ਸ਼ੰਕਾ ਹੈ, ਸਵਾਲ ਕਰੇ, ਮੈਂ ਉਹਦਾ ਹੱਲ ਕਰੂੰਗਾ, ਨਹੀਂ ਸਿਰ ਧੜਦੀ ਬਾਜੀ ਹੈ ਮੇਰੀ ਵੀ। ਕੋਈ ਮੈਂ ਆਪਣੀ ਮਨ ਮਰਜ਼ੀ ਨਾਲ ਨਹੀਂ ਬੋਲਦਾ। ਮਹਮਡਨ ਵੀਰ ਨੇ ਆ ਤਾਂ ਨਦੀਓ ਨਾਮ ਸੰਯੋਗੀ ਮੇਲੇ ਨੇ, ਕੌਣ ਮਿਲਦਾ ਅੱਜ? ਕੱਟੜਵਾਦੀ ਬਹੁਤ ਨੇ, ਤੁਹਾਨੂੰ ਇਹ ਲੀਰਾਂ ਕਰਨ ਵਾਲੇ ਫਾੜਨ ਵਾਲੇ ਬਹੁਤ ਮਿਲਣਗੇ, ਪਰ ਜੋੜਨ ਵਾਲਾ ਕੋਈ ਰੱਬ ਨਾਲ, ਐਂ ਏਕਤਾ ਦਾ ਨਾਰਾ ਲਾਉਣ ਵਾਲਾ, ਐਂ ਉੱਚੀ ਉੱਚੀ ਆਵਾਜ਼ਾਂ ਦੇਣ ਵਾਲਾ ਤੁਹਾਨੂੰ ਕਿਤੇ ਹੀ ਮਿਲੂਗਾ।
ਸਿਰਫ ਇੱਕ ਜੋਤ ਆਈ ਸੀ ਸੰਤ ਆਦਰ ਸਿੰਘ ਮਹਾਰਾਜ ਮਸਤਵਾਣਾ ਸਾਹਿਬ ਵਾਲੇ, ਬਾਕੀ ਠੀਕ ਹੈ ਸਭ ਆਪੋ ਆਪਣੇ ਥਾਵਾਂ 'ਤੇ ਸਭ ਚੰਗੇ ਨੇ। ਹਰ ਇੱਕ ਕਹਿੰਦਾ ਉਹ ਰਾਣੀ ਨੂੰ ਰੋ ਪਿਆਰਾ, ਕਹਾਣੀ ਨੂੰ ਕੌ ਪਿਆਰਾ, ਸਭ ਨੂੰ ਆਪੋ ਆਪਣੇ, ਨਹੀਂ ਤਾਂ ਆਪੋ ਆਪਣੀ ਪਈ ਪਈ ਹੈ। ਖੁਦਾ ਦਾ ਬਖਸ਼ਿਆ ਹੋਇਆ ਹੋਵੇ ਤਾਂ ਉਸ ਵੇਲੇ ਨੌਂ ਵੀ ਅੰਨ ਲੱਕ, ਉਹਦਾ ਵੀ ਨੌਂ ਵੀ ਅੰਨ ਲੱਕ ਹੈ। ਇੱਕ ਫਕੀਰ ਦੇ ਦਰਸ਼ਨ ਬੜੇ ਪਿਆਰ ਨਾਲ ਕੀਤੇ ਨੇ। ਇਹ ਕਾਜ਼ੀ ਦੀ ਲੜਕੀ ਨੇ, ਹੈੱਡ ਗ੍ਰੰਥੀ ਦੀ ਲੜਕੀ ਹੋਵੇ, ਇੱਕ ਮੁਸਲਮਾਨ ਪਾਸ ਜਾਣ ਲੱਗ ਜੇ ਉਹ ਝੱਲ ਲੂਗਾ। ਆ ਗ੍ਰੰਥੀ ਹੋਵੇ ਲੈ ਕੀ ਕਹਿਣਗੇ, ਕੀ ਕਹਿਣਗੇ। ਹੈੱਡ ਹੋਵੇ ਉਸ ਜਿਹੜਾ ਰਾਜੇ ਮਹਾਰਾਜਿਆਂ ਨੂੰ ਵੀ ਫਤਵੇ ਲਗਾਵੇ, ਆ ਲਗਾਏ ਸੀ ਨਾ ਨਵਾਬ ਸਾਹਿਬ ਨੂੰ ਵੀ, ਬੇਗਮ ਨੂੰ ਵੀ ਫਤਵਾ ਲਗਾ ਦਿੱਤਾ ਸੀ ਕਿ ਤੇਰੀ ਗਲਤੀ ਹੈ, ਤੈਨੂੰ ਤਲਾਕ ਦੇ ਦਿੱਤਾ ਹੈ ਨਵਾਬ ਸਾਹਿਬ ਨੇ, 60 ਦਿਨ ਹੁਣ ਤੈ ਤੰਬੂ ਲਾ ਕੇ ਇਕੱਲੀ ਬੈਠਣਾ ਹੋਊ, ਉਦੋਂ ਬਾਅਦ ਚੁਣ ਲਈ ਜਿਹੜਾ ਚੁਣਨਾ ਹੋਊਗਾ, ਨਹੀਂ ਤੈਨੂੰ ਇਸਲਾਮ ਮਤ 'ਚੋਂ ਖਾਰਜ ਕੀਤਾ ਜਾਂਦਾ। ਕਲਮ ਇਹ ਸੀ ਹੈ, 5 ਸਿੰਘ ਸਹਿਬਾਨ ਤਖਤਾਂ 'ਤੇ ਬੈਠੇ ਨੇ, ਉਹਨਾਂ ਦੀ ਗੱਲ ਜਿਹੜਾ ਨਹੀਂ ਮੰਨੂਗਾ ਉਹਨਾਂ ਨੂੰ ਵੀ ਆਪੇ ਸਮਝ ਲਿਓ ਅੱਗੇ ਕੀ ਹੱਕ ਮਿਲੂਗਾ। ਹਾਂ ਹਾਂ, ਉਹ ਵੀ ਥਾਪੇ ਹੋਏ ਨੇ ਅਨੁਸਾਰ, ਜਿਹੜੇ ਸ਼ਰੀਅਤ ਲੋਕ ਨੇ ਅਧੀਨ ਰਹਿਣਾ। ਕਈ ਐਸੇ ਵੀ ਸੱਜਣ ਜਿਨ੍ਹਾਂ ਨੂੰ ਬੁਲਾਉਂਦੇ ਨੇ, ਉਹ ਕਹਿੰਦੇ ਅਸੀਂ ਜਾਂ ਸਿੱਖੇ ਨਹੀਂ, ਤੁਹਾਡੇ ਬਣੇ ਹੀ ਨਹੀਂ, ਸਾਨੂੰ ਕੀ ਬੁਲਾ ਲਉਂਗੇ ਅਤੇ ਫਤਵੇ ਲਾਵੋਂਗੇ ਤੁਸੀਂ। ਉਹ ਆਪਣੇ ਆਪ ਤੋਂ ਗਿਰੇ ਹੋਏ ਖਿਆਲ ਨਹੀਂ, ਉਹ ਵੀ ਕਿਸੇ ਦੇ ਭੇਜੇ ਨੇ, ਕੋਈ ਜਵਾਬ ਦਿੰਦੇ ਨੇ। ਮੈਂ ਇਹ ਗੱਲ 'ਤੇ ਉਹਨਾਂ ਨੂੰ ਬੁਰਾ ਨਾ ਭਲਾ, ਬਸ ਇਹ ਤਾਂ ਇੱਕ ਜਿਵੇਂ ਇਹ ਇੱਟ ਪੁਰਾਣੇ ਸਮੇਂ ਦੀ ਖੂਹ ਵਿੱਚ ਸੁੱਟ ਦਿੰਦੇ, ਉਹਨੇ ਡਰਮ ਡੰਮ ਕੇ ਖੂਹ ਦੇ ਵਿੱਚ ਸਿੱਟ ਦਿਓ, ਇਹ ਤਾਂ ਖੂਹ 'ਚ ਇੱਟ ਸੁੱਟਣ ਵਾਲੀ ਗੱਲ ਮੈਂ ਕਰ ਦਿੱਤੀ ਹੈ, ਸਾਂਝੀ ਬਾਲਤਾ ਦੀ ਕਰ ਦਿੱਤੀ, ਇੱਕ ਪੱਖ ਦੀ ਨਹੀਂ ਕੀਤੀ। ਇਹ ਫਕੀਰ ਦੇ ਪਾਸ ਮੇਰਾ ਰੋਜ਼ ਆਉਣਾ ਹੋ ਗਿਆ, ਪਤਾ ਲੱਗ ਗਿਆ ਹੋਵੇਗਾ ਪਿਤਾ ਨੂੰ ਕਾਜ਼ੀ ਸਾਹਿਬ ਨੂੰ, ਉਹ ਵੀ ਸ਼ਾਹੀ ਇਮਾਮੀ ਕਾਜ਼ੀ। ਅੰਮਾ ਮੈਂ ਰੰਗ ਲੰਘਦਾ ਹੀ ਰਹਿੰਦਾ ਮਲੇਰਕੋਟਲੇ ਆਉਂਦੇ ਹਾਂ ਜਾਂਦੇ ਹਾਂ, ਆ ਰੇਲਵੇ ਲਾਈਨ ਕੋ ਇਹ ਕਿਹੜੀ ਹੈ ਮਸਜਿਦ, ਮੈਂ ਸੋਚਦਾ ਹੁੰਦਾ ਜਾਣ ਕੇ ਪੁੱਛੀ ਦੇ। ਜੇ ਸ਼ਾਹੀ ਇਮਾਮੀ ਇਮਾਮ ਬਾਦਸ਼ਾਹੀ ਇੱਥੇ ਆਮ ਨਹੀਂ ਨਵਾਜ਼ ਪੜ੍ਹਦੇ, ਖੁਦ ਇੱਥੇ ਬਾਦਸ਼ਾਹ ਆ ਕੇ ਨਵਾਬ ਸਾਹਿਬ ਆ ਕੇ ਨਵਾਜ਼ ਪੜ੍ਹਦੇ ਨੇ। ਇੱਕ ਆਮ ਮਸੀਤਾਂ ਬਣੀਆਂ, ਗੁਰਦੁਆਰੇ ਆਮ ਬਣੇ ਹੋਏ ਨੇ, ਘਰ ਘਰ ਦੇ ਵਿੱਚ ਵੀ ਬਣਾ ਲਿਓ, ਘਰ ਘਰ ਗੁਰੂ ਗ੍ਰੰਥ ਸਾਹਿਬ ਰੱਖ ਲਿਓ। ਇੱਕ ਸ਼ਾਹੀ ਤਖਤਾਂ 'ਤੇ ਜਾਣਾ ਤਖਤ ਸਿਰੇ ਦੀ ਗੱਲ ਹੈ, ਬਰਾਬਰ ਦਿਓ ਤੁਹਾਨੂੰ ਜੋ ਇੱਕ ਤਖਤ 'ਤੇ ਜਾਣਾ। ਹੁਣ ਤੁਹਾਡੇ ਘਰ ਜਿਹੜਾ ਗੁਰੂ ਗ੍ਰੰਥ ਸਾਹਿਬ, ਇਹਨੂੰ ਤਖਤ ਨਹੀਂ ਕਿਹਾ ਜਾਊਗਾ, ਭਾਵੇਂ ਬਾਪੂ ਉਹੀ ਹੈ ਉੱਥੇ, ਨਹੀਂ ਕਿਹਾ ਜਾਣਾ ਤਖਤ, ਤਖਤ ਹੀ ਹੈ ਤਖਤ ਦੇ ਅਰਥ। ਕਈ ਦਫ਼ਾ ਕਈ ਕੀ ਗੱਲ ਕੀ ਹੋਊਗੀ, ਯਾ ਮਿੱਤਰਾ ਤਖਤੇ ਜਾਂ ਤਖਤ, ਜਾਂ ਤਾਂ ਬੰਦ ਹੋ ਜਾਣਗੇ ਤਖਤੇ, ਕੁੰਡਾ ਜਿੰਦਾ ਲੱਗ ਜੂ, ਨਹੀਂ ਹਕੂਮਤ ਚੱਲੂਗੀ, ਇੱਕ ਗੱਲ ਬਣੂਗੀ ਤਖਤ, ਤਖਤੇ ਤਖਤੇ ਰਾਜਾ ਸੋਭ ਹੈ, ਇਹ ਉਰਦੂ ਦਾ ਲਫ਼ਜ਼ ਹੈ ਤਖਤ, ਅਤੇ ਇਹਦੇ ਨਾਲ ਤਖਤ ਤਖਤੇ ਰਾਜਾ ਸੋਭ ਹੈ ਜੇ ਤਖਤ ਹੈ ਲੈਕ ਹੋਈ, ਨਲੈਕ ਨੂੰ ਨਹੀਂ ਬਿਠਾਇਆ ਜਾਂਦਾ ਤਖਤ 'ਤੇ। ਹੁਣ ਸਾਰੇ ਸੱਜਣ ਬੈਠੇ, ਕੋਈ ਨਲੈਕ ਨੂੰ ਸਿੰਘ ਸਾਹਿਬ ਤੁਸੀਂ ਥਾਪ ਦਿਓਗੇ ਉੱਥੇ, ਜਿਹੜਾ ਰਾਜੇ ਰਣਜੀਤ ਸਿੰਘ, ਉਹਨਾਂ ਨੂੰ ਵੀ ਕਹਿ ਲਾਓ ਇਹਦੇ ਕੋਰੜੇ, ਲਾਓ ਇਹਨੇ ਆਹ ਗਲਤੀ ਕੀਤੀ ਹੈ। ਰਾਜੇ ਮਹਾਰਾਜਿਆਂ ਨੂੰ ਵੀ ਉਹ ਲੱਸ, ਇਸੇ ਤਰ੍ਹਾਂ
ਇਸਲਾਮ ਮਤ ਦੇ ਅੰਦਰ ਵੀ ਹੈ। ਤੋ ਸ਼ਾਹੀ ਇਮਾਮੀ ਕਾਜ਼ੀ ਜਿਹੜਾ ਰਾਜੇ ਨੂੰ ਵੀ ਝਿੜਕ ਦੇਵੇ ਅਤੇ ਸ਼ਰ੍ਹਾਂ ਤੋਂ ਉਲਟ ਨਾ ਜਾਣ ਦੇਵੇ, ਨਹੀਂ ਉਹਨੂੰ ਸ਼ਰ੍ਹਾਂ ਤੋਂ ਖਾਰਜ ਕਰ ਦੇਵੇਗਾ। ਤੋ ਆਪਣੇ ਮੁਫਤੀ ਸਾਹਿਬ ਨੇ ਜਿਸ ਤਰ੍ਹਾਂ, ਸ਼ਾਹੀ ਇਮਾਮੀ ਕਾਜ਼ੀ ਨੇ ਜਿਸ ਤਰ੍ਹਾਂ, ਉਹ ਫੈਸਲਾ ਹੱਕ ਦਾ ਦੇਣਗੇ। ਇੱਕ ਕਾਜ਼ੀ ਦੀ ਲੜਕੀ ਹੋਵੇ ਠੀਕ ਹੈ, ਉਹ ਛੱਡ ਕੇ ਇੱਕ ਫਕੀਰ ਦੇ ਪਾਸ ਜਾਂਦੀ ਹੈ, ਉੱਥੇ ਗੱਲ ਇੱਕ ਸੀ ਜੋ ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਹੈ, ਇੱਕ ਮੰਨੀ ਮਧੂਕਰੀ ਪ੍ਰਸ਼ਾਦਾ ਫੁਲਕਾ ਰੋਟੀ, ਐਸੇ ਆਪੋ ਆਪਣੇ ਭਾਸ਼ਾ ਦੇ ਸ਼ਬਦ ਬੋਲਦੇ ਹੋ, ਇੱਕ ਲਿਜਾਂਦੀ ਹੈ। ਲੈ ਸਾਈਂ ਲੋਕ, ਐ ਮੁਰਸ਼ਦ ਆ ਹਾਜ਼ਰ ਹੈ, ਖਾਲੀ ਹੱਥ ਨਾ ਜਾਓ। ਜਿਹੜੇ ਗੁਰੂ ਪੀਰ ਵਾਲੇ ਹੁੰਦੇ ਨੇ, ਉਹ ਕਿਸੇ ਗੁਰੂ ਪੀਰ ਨੂੰ ਮਿਲਣਾ ਹੁੰਦਾ, ਤੇਲੇ ਆ ਫੁੱਲੇ ਹੀ ਲੈ ਜਾਏ ਉਹ ਦੱਸੀ, ਉੱਥੇ ਬਾਕੀ ਗੱਲਾਂ ਛੱਡ ਦਿਓ, ਨਜ਼ਰਾਨੇ ਲੈ ਲੈ ਜਿਹੜੇ ਸਾਡੇ ਸ਼ਹਿਨਸ਼ਾਹ, ਅਥਵਾ ਮੈਂ ਉਹਨਾਂ ਦੇ ਬਾਰੇ ਬੋਲ ਚੁੱਕਿਆ ਕਿ ਲਾਰਡ ਆਉਂਦੇ ਸੀ, ਇਹ ਲਾਰਡ ਹਸਤੁਮ ਹੈ, ਮੰਨ ਲਿਆ ਜਾਰ ਜਾਏ ਇੱਕ ਦੋ, ਪਹਿਲਾ ਫਸਟ ਸੈਕਿੰਡ ਥਰਡ ਫੋਰ ਫਾਈਵ, ਛੇਵੇਂ 'ਤੇ ਤਾਂ ਭੋਗ ਪੈ ਲਿਆ ਸੀ। ਅਗਰ ਉਹ ਆਉਂਦਾ ਸੀ ਇਹ ਰਿਆਸਤਾਂ ਦੇ ਰਾਜਿਆਂ ਨੂੰ, ਮੈਂ ਭੇਟਾ ਦੇ ਬਾਰੇ ਬੋਲਣਾ, ਹੁਣ ਉਹਨੇ ਨਾਲ ਆਪਦੇ ਮੰਤਰੀ ਲੈ ਲੈਣੇ, ਉਹ ਸਮਾਂ ਐਂ ਥਾਲਾਂ ਦੇ ਵਿੱਚ ਹੀਰੇ ਮੋਤੀ ਰਤਨ ਜਵਾਹਰਾਤ ਪੰਨੇ ਪਾ ਕੇ ਲੱਖਾਂ ਦੀ ਦੌਲਤ, ਵੱਡੀ ਵੱਡੀਆਂ ਰਿਆਸਤਾਂ ਵਾਲਿਆਂ ਨੇ ਜ਼ਿਆਦਾ ਪਾ ਲੈਣਾ, ਜਿਵੇਂ ਮਹਾਰਾਜਾ ਪਟਿਆਲਾ ਸੀ ਉਹਨੇ 5 ਲੱਖ, ਮਲੇਰਕੋਟਲਾ ਛੋਟੀ ਰਿਆਸਤ ਸੀ ਇਹਨੇ ਥੋੜ੍ਹੇ ਪਾ ਦੇਣੇ, ਢਾਲਾਂ ਹੀ ਚੱਲਦੀਆਂ ਰਹਿੰਦੀਆਂ ਸੀ ਇੱਥੇ, ਇੱਥੇ ਤਾਂ ਢਾਲ ਹੀ ਢਾਲ ਨੇ, 6 ਮਹੀਨੇ ਬਾਅਦ ਢਾਲ ਪੈਂਦੀ ਹੈ। ਐਂ ਫਿਰ ਐਂ ਅੱਖਾਂ ਨੀਵੀਆਂ, ਮੁੱਖ ਵਿੱਚ ਤਿੜ ਲੈ ਲੈਣੀ, ਤਿੜ ਘਾਹ ਦੀ ਤਿੜ, ਕਿ ਅਸੀਂ ਤਾਂ ਇਹ ਬਾਦਸ਼ਾਹ ਸਲਾਮਤ ਇੱਥੇ ਨਾਲੇ ਹੱਥ ਧਰ ਦੇਣਾ, ਤੁਸੀਂ ਸਾਡੇ ਸਿਰ ਦੇ ਤਾਜ ਹੋ, ਇਹ ਤਾਜ ਹੈ, ਤੁਸੀਂ ਸਿਰ ਤਾਜ ਹੋ, ਫਿਰ ਅਸੀਂ ਤਾਂ ਤੁਹਾਡੇ ਆ ਮੁੱਖ ਵਿੱਚ ਕੱਖ ਪਾਇਆ, ਅਸੀਂ ਤਾਂ ਕੱਖ ਪੱਠੇ ਚੁਗਣ ਵਾਲੇ ਹਾਂ ਰਾਜੇ, ਆ ਹਾਲ ਹੁੰਦਾ। ਐਸਾ ਸਿੱਖਾ ਤੂੰ ਵੀ ਮਨ ਬਰੀਕ ਬਣਾ ਲੈ, ਜੇ ਆਪਦੇ ਗੁਰੂ ਪੀਰ ਮੁਰਸ਼ਦ ਨੂੰ ਜਾਣੇ ਤੂੰ ਨਜ਼ਰਾਨਾ ਕੀ ਰੱਖੇਗਾ, ਦੱਸ ਜਰਾ। ਹਜ਼ੂਰ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਹ, ਸਿਰ ਤਰ ਤਲੀ ਗਲੀ ਮੋਰੀ ਆਉ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ, ਕਾਣ ਨਾ ਕੀਜੈ ਕਾਣ ਨਾਮ ਕਨੌੜ ਨਾ ਕਰੀ। ਕੱਲ੍ਹ ਸੁਣਿਆ ਹੀ ਸੀ ਨਾ ਕੀ ਹੋ ਗਿਆ, ਜੇ ਇੱਕ ਸਿਰ ਦੇ ਤਾਂ 10-10 ਸਿਰ ਦੇ ਦੇ, ਸਰਵੰਸ ਹੀ ਲਗਾ ਦਿੱਤਾ ਹੈ ਗੁਰੂ ਸਾਹਿਬ, ਤੇਰਾ ਬਾਲ ਬੱਚਾ ਵੀ ਵਿਕ ਜਾਵੇ, ਪਿਆ ਵਿਕ ਜੇ, ਪਰ ਤੇਰਾ ਮੁਰਸ਼ਦ ਤੇਰੇ 'ਤੇ ਖੁਸ਼ ਹੋ ਜਾਵੇ। ਐ ਮੁਰਸ਼ਦ ਮੈਨੂੰ ਮੇਰੇ ਸਰੀਰ ਦੀ ਕੋਈ ਪਰਵਾਹ ਨਹੀਂ, ਕਿਆ ਕਮਾਲ ਦੀ ਗੱਲ ਸੀ, ਮੈਨੂੰ ਤਾਂ ਤੇਰੀ ਜ਼ਰੂਰਤ ਹੈ, ਤੇਰੀ ਖੁਸ਼ੀ ਦੀ ਜ਼ਰੂਰਤ ਹੈ, ਇਹਨਾਂ ਝੂਠੀਆਂ ਦੌਲਤਾਂ ਦੀ ਲੋੜ ਨਹੀਂ। ਤੋ ਇੱਕ ਟੋਕੜਾ ਹੈ ਉੱਥੇ, ਅਸੀਂ ਇਸ ਗੱਲ ਦੇ ਨਾਲ ਅਸੀਂ ਉਸ ਪਿਆਰ ਦਾ ਬਦਲਾ ਕੁਛ ਹਿਰਦੇ ਵਿੱਚ ਲਈ ਬੈਠੇ ਹਾਂ। ਅੱਜ ਅਸੀਂ ਅੱਜ ਵੀ ਤਲੀ ਅਤੇ ਸੀਸ ਧਰ ਕੇ ਗਲੀ ਯਾਰ ਦੀ ਲੰਘਣਾ ਜਾਣਦੇ ਹਾਂ, ਅਸੀਂ ਜਾਣਦੇ ਹਾਂ, ਅਸੀਂ ਜਾਣਦੇ ਹਾਂ ਅਸੀਂ ਪਿਆਰ ਦੀ ਗੱਲ, ਕਿ ਜੇ ਤੂੰ ਸਿਰ ਮੰਗਦੇ ਇਹ ਸਰੀਰ ਇਹ ਤੇਰਾ ਹੈ, ਜੇ ਆਪ ਕਹੇ ਆਪੇ ਕੱਟ ਕੇ ਵੀ ਐਂ ਧਰ ਦੇਵਾਂਗੀ।
ਪਰ ਮੁਰਸ਼ਦ ਮਿਲ ਜਾ। ਕਾਮਲ ਦੀ ਗੱਲ ਹੈ, ਆਮਲ ਇੱਕ ਬੱਚਾ ਮਰੀਦ ਹੋਵੇ ਤਾਂ ਉਹਨੇ ਰੋਜ਼ ਟੁਕੜਾ, ਚਲੋ ਨੇੜੇ ਆ ਜਾਓ, ਸਿਰ ਦੀ ਜੈ ਕਾਣਾ ਕੀ ਜੈ, ਪਰ ਜਿੱਥੇ ਤੇਰੇ ਮੁਰਸ਼ਦ ਦੀ ਤੈਨੂੰ ਲੋੜ ਹੈ ਨਾ, ਸਿਰ ਦਿੱਤਿਆਂ ਬਿਨ ਮਿਲਦਾ ਹੈ ਨਹੀਂ, ਸਿਰ ਦਿੱਤਿਆਂ ਬਿਨ ਮਿਲਦਾ ਹੈ ਨਹੀਂ, ਸਿਰ ਦਿੱਤਿਆਂ ਬਿਨ ਮਿਲਦਾ ਹੈ ਨਹੀਂ। ਕਨੌੜ ਨਹੀਂ, ਨਿਹੋਰਾ ਨਹੀਂ ਕੋਈ, ਉਲਾਂਭਾ ਨਾ ਗੁਰੂ ਤੇ ਦੇ, ਤੈਨੂੰ ਗੁਰੂ ਨੇ ਚਿੱਠੀ ਨਹੀਂ ਸੀ ਪਾਈ, ਤੂੰ ਮੇਰਾ ਚੇਲਾ ਬਣ ਜਾ, ਮਰੀਦ ਬਣ ਜਾ, ਕਿ ਮੈਨੂੰ ਲੋੜ ਸੀ। ਇਸ ਗੱਲ 'ਤੇ ਨਿਸ਼ਚਾ ਹੋਰ ਕਰੋ ਥੋੜ੍ਹਾ ਸਾ, ਕਿ ਲੋੜ ਕਿਹਨੂੰ ਹੈ? ਅੱਜ ਸੰਸਾਰ 'ਤੇ ਅੱਗ ਕਿਉਂ ਵਰ ਰਹੀ ਹੈ? ਅਸੀਂ ਬਣਦੇ ਨਹੀਂ ਕਿਸੇ ਦੇ, ਬਣਾਉਣ ਵਾਲਾ ਮਿਲਦਾ ਨਹੀਂ। ਮੇਚ ਦੋਨਾਂ ਗੱਲਾਂ ਦਾ ਆਊ। ਮੁਰਸ਼ਿਦ ਨੂੰ ਐਂ, ਮੁਰਸ਼ਿਦ ਨੇ ਕੀ ਕਰਨਾ? ਜ਼ੁਨੈਦ ਮੁਰਸ਼ਿਦ ਨੇ ਉਹ ਬੱਚੀ ਨੂੰ ਦੇਖ ਕੇ ਕਹਿਣਾ, ਅਨਲ ਹੱਕ ਦੋ ਟੁਕੜੇ, ਅੱਧਾ ਆਲੇ ਫਕਰਾਂ ਦਾ ਸ਼ਕਲ, ਜਾਣੀ ਖਾਣਾ ਖਾ ਲਓ, ਉਦੋਂ ਉਰਦੂ ਦਾ ਲਫ਼ਜ਼ ਹੈ, ਅਸੀਂ ਕਹਿੰਦੇ ਸ਼ਕਲ ਹੈ ਭੋਜਨ। ਇਹ ਇੱਕ ਸਾਡੇ ਉੱਧਰ, ਕਿਉਂਕਿ ਚੌਧਰੀ ਸਾਹਿਬਾਨਾਂ ਦੀ ਇੱਕ ਮੁਸਲਮਾਨਾਂ ਦਾ ਹੀ ਸੱਜਣਾ ਦਾ ਪਿੰਡ ਹੈ, ਜਿੱਥੇ ਮੈਂ ਜ਼ਮੀਨ ਲਈ, ਨਦੀ ਕੋਲ ਦੀ ਵਗਦੀ ਹੈ, ਉਹ ਸਰਪੰਚ ਆ ਗਿਆ, ਉਹ ਵੀ ਮੁਹੰਮਦਨ ਵੀਰ ਸੀ, ਕਹਿੰਦਾ ਮੈਨੂੰ ਪਤਾ ਜੀ ਤੁਸੀਂ ਸਾਰੇ ਇਸ ਧਰਮਾਂ ਦਾ ਪਿਆਰ ਕਰਦੇ ਹੋ। ਇੱਕ ਦੋ ਸੱਜਣ ਬੈਠੇ, ਉਹ ਮੁਹੰਮਦਨ ਸੀ, ਹੋਰ ਇੱਕ ਬਹੁਤ ਅੱਛੀਆਂ ਚੰਗੀਆਂ ਚੰਗੀਆਂ ਗੱਲਾਂ ਮੇਰੇ ਨਾਲ ਕੀਤੀਆਂ, ਸਾਰਾ ਹੀ ਮੁਹੰਮਦਨ ਆਉਂਦਾ। ਇੱਕ ਅਗਲਾ ਸਾਰਾ ਹੀ ਸਾਡੇ ਵਾਲੇ ਚੌਧਰੀ ਆਉਂਦਾ ਹੈ, ਉਹ ਪਿੰਡ ਨਦੀ ਦਾ ਕਿਨਾਰਾ ਹੈ, ਬਹੁਤ ਸੁੰਦਰ ਨਦੀ ਵਗਦੀ ਆ ਉੱਥੇ, ਉਹਨਾਂ ਨਾਲ ਵਿਚਾਰ ਹੋਏ ਆ। ਅਤੇ ਬਾਕੀ ਕਹਿੰਦਾ ਮੁਰਸ਼ਿਦਾਂ ਦੀ ਗੱਲ ਕੋਈ, ਮੈਂ ਕਿਹਾ ਅੱਜ ਤਾਂ ਆਪਾਂ ਮਿਲ ਲਏ, ਮੁਰਸ਼ਿਦਾਂ ਦੀ ਗੱਲ ਕਿਤੇ ਤੈਨੂੰ ਵੀ ਵੇਲ ਹੋਊ, ਫਿਰ ਆਵਾਂਗੇ, ਫਿਰ ਇਕੱਠੇ ਹੋਵਾਂਗੇ। ਇਹ ਮੇਰੇ ਉਹ ਯਾਦ ਆਇਆ ਕਿ ਕਿਸੇ ਸੱਜਣ ਨੇ ਪੋਠੋਹਾਰ ਦੀ ਧਰਤੀ ਸੰਤ ਮਹਾਰਾਜ ਨੂੰ ਯਾਦ ਕਰੀਏ, ਯਾਦ ਵੀ ਕਰੀਏ। ਇੱਕ ਸੱਜਣ ਕੋਈ ਬੋਲੀ ਪਾਉਂਦਾ, ਕਹਿੰਦਾ ਚੱਲ ਨਦੀ ਦੇ ਕਿਨਾਰੇ ਚੱਲੀਏ ਜਿੱਥੇ ਕੱਲ੍ਹ ਵਿਛੜੇ ਸੀ। ਹਜ਼ੂਰ ਜਾ ਰਹੇ, ਉਹਨੂੰ ਨੌਜਵਾਨ ਨੂੰ ਪਕੜ ਲਿਆ ਸੰਤ ਮਹਾਰਾਜ, ਉਹ ਸੱਜਣਾ ਬੁਰਾ ਨਹੀਂ ਕਿਹਾ, ਝਿੜਕ ਨਹੀਂ ਦਿੱਤੀ, ਕੋਈ ਹੋਰ ਅਬੋਲ ਕਬੋਲ ਫਿੱਕਾ ਨਹੀਂ ਆਖਿਆ, ਆਹ ਤੂੰ ਸੱਜਣਾ, ਉਹ ਨਦੀ ਕਿਹੋ ਜਿਹੀ ਸੀ ਜਦ ਵਿਛੜਿਆ ਸੀ, ਉਹ ਤੇਰਾ ਯਾਰ ਸੱਜਣ ਮਿੱਤਰ ਉਹ ਕਿਹੋ ਜਿਹਾ ਸੀ ਜਿਹਦਾ ਵਿਛੋੜਾ ਤੋਂ ਅੰਦਰ ਟਿਕਾ ਨਾ ਸਕਿਆ ਅਤੇ ਉੱਚੀ ਉੱਚੀ ਬੋਲੀ ਪਾ ਰਿਹਾ ਸੀ, ਉਹ ਕਿਹਾ ਜਾ ਨਦੀ ਦਾ ਕਿਨਾਰਾ ਸੀ। ਆਓ ਜਿਸ ਪਿਆਰ ਦੇ ਅੰਦਰ
ਆਪਾਂ ਸਾਰੇ ਹੀ ਰੰਗੇ ਬੈਠੇ ਹਾਂ ਟੁਕੜਾ ਰੋਜ਼, ਪਰ ਜਿਹੜੇ ਇਸ ਗੱਲ 'ਤੇ ਤੁਲੇ ਹੋਏ ਨੇ, ਇਮਤਿਹਾਨ ਹੁੰਦਾ ਨਾ, ਕੱਲ੍ਹ ਧਾਰਨਾ ਬਣੀ ਵੀ ਸੀ, ਬਾਕੀ ਤਾਂ ਕੋਈ ਛੱਡੀ ਨਹੀਂ ਕੱਲ੍ਹ ਵੀ, ਇੱਥੇ ਮੈਟਰ ਮਸਾਲਾ ਮੁੱਕਿਆ ਨਹੀਂ ਹੋਇਆ, ਮੈਂ ਸੰਭਲ ਮਈਆ ਸਾਡੇ ਵਾਲੇ ਟੱਬਰ ਨੂੰ ਵੀ ਮੈਂ ਰਾਜ਼ੀ ਰੱਖਣਾ, ਇਹ ਨਾ ਕਹਿਣੇ ਤਾਂ ਜੀ ਕੰਗਣ ਵਾਲ ਜਾ ਕੇ ਬਸ ਮੁਸਲਮਾਨਾਂ ਦੇ ਹੀ ਬਣ ਜਾਂਦੇ ਨੇ, ਉਹ ਹੋਰ ਕਿਹਦੇ ਬਣੀਏ ਭਾਈ, ਬਣੀਏ ਤੁਸੀਂ ਤਾਂ ਬਣਾਉਂਦੇ ਨਹੀਂ ਹੋ ਮੈਨੂੰ ਆਪਦਾ, ਹੁਣ ਮੈਂ ਵੀ ਕੀ ਕਰਾਂ, ਮੈਂ ਬਣ ਬਣ ਜ਼ਿੰਦਗੀ ਲਗਾ ਦਿੱਤੀ, ਤੁਸੀਂ ਅਜੇ ਵੀ ਨਹੀਂ ਬਣਾ ਰਹੇ ਮੈਨੂੰ ਆਪਦਾ, ਜਿਹੜਾ ਸੱਜਣ ਬਣਾਊਗਾ ਮੈਂ ਉਹਨਾਂ ਦਾ, ਉਹ ਮੇਰੇ ਨੇ, ਠੀਕ ਹੈ, ਐਂ ਨਾ ਕਹਿ ਦਿਓ ਜੇ ਮੈਂ ਰਾਜਸਥਾਨ ਗਿਆ ਚੌਧਰੀਆਂ 'ਚ, ਲਓ ਜੀ ਸੰਤ ਤਾਂ ਹਰਿਆਣੇ ਦੇ ਬਣ ਗਏ, ਲਓ ਜੀ ਕਿਉਂ ਦੇਖ, ਕੱਲ੍ਹ ਮੈਂ ਪਰਦੇ ਦੀ ਗੱਲ ਕਹੀ ਸੀ, ਪਰਦਾ ਜਾ ਕੇ ਦੇ ਲਓ ਸਾਡੇ, ਆ ਪਟਿਆਲਾ ਹੀ ਲੰਘ ਜਾਓ ਚੌਧਰੀਆਂ, ਤੁਹਾਨੂੰ ਕੋਈ ਮਿਲ ਜੇ, ਮੁਹੰਮਦਨ ਵੀਰ ਮਿਲ ਜਾਣ, ਹਿੰਦੂ ਮਿਲ ਜਾਣ, ਸਭ ਦੇ ਪਰਦੇ ਕੀਤੇ ਹੋਣਗੇ, ਪਹਿਲੇ ਨਿਸ਼ਾਨੀ ਤੁਹਾਨੂੰ ਉਹੀ ਮਿਲੂਗੀ ਉੱਥੇ, ਬਾਕੀ ਅੱਜ ਆਜ਼ਾਦੀ ਕਾਹਦੀ ਹੈ ਤਾਂ ਬਰਬਾਦੀ ਆਈ ਪਈ ਹੈ, ਕੱਲ੍ਹ ਵਾਲੇ ਮੇਰੇ 'ਤੇ ਦੁੱਖ ਜ਼ਿਆਦਾ ਨਾ ਉਠਾ ਲਿਓ, ਥੋੜ੍ਹਾ ਜਿਹਾ ਉਠਾਇਓ, ਹੌਲੀ ਹੌਲੀ ਤੁਹਾਡੇ ਪੇਸ਼ ਆ ਜਾਣੀ ਹੈ ਇਹ ਗੱਲ, ਹੁਣ ਮੈਂ ਇੱਕ ਫੈਸਲਾ ਮਨ ਵਿੱਚ ਕਰੀ ਜਾਵਾਂ, ਬਈ ਜੇ ਇਹੀ ਝੰਡਾ ਚੱਕ ਕੇ ਤੁਰ ਪੀਏ ਕਿ ਇਹਦੇ 'ਚ ਸਿੱਟਾ ਕੀ ਨਿਕਲੂਗਾ, ਇਹ 'ਚ ਫਾਇਦਾ ਨਿਕਲੂਗਾ ਕਿ ਨੁਕਸਾਨ ਹੋਊਗਾ, ਆ ਵੀ ਮੈਂ ਤਿਰੰਗ, ਹੁਣ ਇੱਥੇ ਬੋਲ ਕੇ ਇਕੱਲਾ ਨਹੀਂ ਸਰਦਾ, ਸੋਚਣਾ ਵੀ ਪੈਂਦਾ ਮੈਂ ਕਹਿ ਕੇ ਕੀ ਆਇਆ, ਕਿਸੇ ਦਿਲ 'ਤੇ ਕਿਸੇ ਦੇ ਕੋਈ ਠੋਕਰ ਤਾਂ ਨਹੀਂ ਲੱਗੀ, ਕਿਸੇ ਦਾ ਦਿਲ ਤਾਂ ਨਹੀਂ ਦੁਖਿਆ ਹੈ, ਮੈਂ ਸੱਚਾਈ ਦੀ ਗੱਲ ਆਖਦਾ ਹਾਂ, ਲਓ ਉਹੀ ਫਿਰ ਪਿਆਰ ਦੇ ਨਾਲ ਕਿ ਲਾਗੀ ਪ੍ਰੀਤ, ਕਬੀਰ ਜੀ ਕਹਿੰਦੇ ਲਾਗੀ ਪ੍ਰੀਤ ਸੁਜਾਨ ਸਿਉਂ ਬਰਜੈ ਲੋਕ ਅਜਾਨ, ਤਾਂ ਸਿਉਂ ਟੁੱਟੀ ਕਿਉਂ ਬਣੇ, ਹੁਣ ਮੈਂ ਤੋੜ ਕੇ ਮੁਹੱਬਤਾਂ ਜਿਹੜੀਆਂ ਸੱਚੀਆਂ ਮੁਹੱਬਤਾਂ ਪਾਈਆਂ ਨੇ, ਜਾਂ ਕਹਿ ਜੀ ਪ੍ਰਾਨ ਜਿਨ੍ਹਾਂ ਨਾਲ ਮੇਰੇ ਪ੍ਰਾਨ ਚੱਲਦੇ ਨੇ, ਸਵਾਸ ਚੱਲਦੇ ਨੇ, ਕਿ ਇਹ ਤਾਂ ਮਿੱਤਰ ਪਿਆਰਾ ਮੇਰੀ ਜਿੰਦ ਜਾਨ ਹੈ, ਇਹ ਤਾਂ ਮਹਿਰਮ ਹੈ, ਹੁਣ ਉਹਦੇ ਨਾਲ ਮੈਂ ਦੋਸਤੀ ਕੈਸੇ ਤੋੜ ਲਵਾਂ, ਦੋਸਤੀ ਮਿੱਤਰਤਾ ਪਿਆਰ ਸਿੱਖੀ ਸੇਵਕੀ ਕਹਿੰਦੇ ਹੋ ਤੁਸੀਂ ਸੌਖਾ ਜਿਹਾ ਸ਼ਬਦ, ਤਾਂ ਸਿਉਂ ਟੁੱਟੀ ਕਿਉਂ ਬਣੇ, ਜਾ ਕੇ ਜੀ ਪ੍ਰਾਨ ਜਿਹਦੇ ਨਾਲ ਇਹ ਜੀਵਨ ਦਾ ਸਾਥ ਬਣਿਆ, ਸਵਾਸ ਆਉਂਦੇ ਨੇ, ਪ੍ਰਾਨ ਚੱਲਦੇ ਨੇ, ਐਸੇ ਮਿੱਤਰ ਦੇ ਆਸਰੇ ਸਭ ਕੁਛ ਹੋ ਰਿਹਾ ਹੈ, ਤਾਂ ਸਿਉਂ ਟੁੱਟੀ ਕਿਉਂ ਬਣੇ, ਮੂਲ ਆਲਨ ਸੋ ਪ੍ਰੀਤ ਬਣੀ, ਇਹਨੂੰ ਤੋੜ ਨਹੀਂ ਸਕਦਾ ਕੋਈ, ਉਹ ਤੋੜ ਨਹੀਂ ਸਕਦਾ ਕੋਈ, ਲੱਗੀਆਂ ਪ੍ਰੀਤਾਂ ਸੱਚੀਆਂ ਤੋੜ ਨਹੀਂ ਸਕਦਾ ਕੋਈ, ਪ੍ਰੀਤਾਂ ਸੱਚੀਆਂ ਲੱਗੀਆਂ ਪ੍ਰੀਤਾਂ ਸੱਚੀਆਂ
ਨਹੀਂ ਸਕਦਾ। ਜਿਵੇਂ ਜੋ ਤੁਮ ਗਿਰਵਰ ਤੋਂ ਹਮ ਮੋਹਰਾ, ਜੋ ਤੁਮ ਚੰਦ ਤੋਂ ਹਮ ਪਏ ਹੈ ਚਕੋਰਾ, ਸਤਿਗੁਰੂ ਰਵਿਦਾਸ ਜੀ ਨੇ ਪ੍ਰਮਾਣ। ਸਾਚੀ ਪ੍ਰੀਤ ਔਰ ਬੜੇ ਪ੍ਰਮਾਣ ਨੇ, ਹਮ ਤੁਮਸੋ ਜੋੜੀ ਤੁਮਸੋ ਜੋਰ ਅਵਰ ਸੰਗ ਤੋੜੀ, ਮੈਂ ਤੇਰੇ ਨਾਲ ਪ੍ਰੀਤੀ ਜੋੜ ਲਈ ਸੰਸਾਰ ਨਾਲੋਂ ਤੋੜ ਲਈ। ਕਹਿੰਦੇ ਹੋ ਤੁਸੀਂ ਤਾਂ ਹੁਣ ਭੱਜ ਲੈਣਾ ਸੰਸਾਰ ਵੱਲੋਂ, ਦੇਖੀ ਜਾਓ ਜਿਹੜੀ ਹੋਊਗੀ ਲੇਖੇ ਸਿਰੇ ਹੀ ਹੋਣਗੇ, ਤੋੜ ਨਹੀਂ ਸਕਦਾ ਕੋਈ। ਕੱਲ੍ਹ ਕੀ ਸੀ ਕਿ ਵਰਜਣ ਵਾਲੇ ਬੜੇ ਸੀ, ਨਿੰਦਿਆ ਕਰਨ ਵਾਲੇ ਬੜੇ ਸੀ, ਐਂ ਉਂਗਲੀਆਂ ਕਰਨ ਵਾਲੇ। ਆਹ ਚੱਲੀ ਐਨ ਲਹਿ ਕੇ ਕਾਜੀ ਦੀ ਲੜਕੀ ਇੱਕ ਫਕੀਰ ਦੇ ਕੋਲ, ਪਤਾ ਕਿੰਨੀਆਂ ਇੱਟਾਂ ਵੱਟੇ ਪੱਥਰ ਪੈਂਦੇ ਸੀ, ਪਤਾ ਨਹੀਂ ਜਿਹੜੇ ਚੱਲੇ ਨਹੀਂ ਜਾਂਦੇ ਇਹ ਮਿਹਣੇ ਤਾਨੇ। ਕਿਆ ਰੱਬ ਦੀ ਗੱਲ ਕਈ ਦਫ਼ਾ ਪੜ੍ਹੀ ਦੀ ਹੈ ਕਿ ਮਿਹਣਾ ਸੰਸਾਰ ਦਾ ਇਹ ਹੈ, ਰੱਬ ਦੇ ਦੀਦਾਰ ਕਰਨ ਵਾਲਿਆਂ ਵਾਸਤੇ। ਮੈਂ ਦੌਦ ਪੜ੍ਹੀ ਸੀ ਉਤਾਰਨਾ, ਫਿਰ ਦੂਰ ਚਲਿਆ ਜਾਊਂ ਉਦੋਂ ਵੀ ਅੱਗੇ, ਕਿ ਜਿਹੜਾ ਰੱਬ ਦਾ ਇਸ਼ਕ ਹੈ, ਪਿਆਰ ਹੈ, ਮੁਹੱਬਤ ਹੈ, ਇਹ ਮਿਹਣਾ ਹੈ। ਪਹਿਲੀ ਗੱਲ ਤਾਂ ਮਾਰਦੇ ਨੇ ਲੋਕ ਮਿਹਣੇ ਤਾਨੇ, ਇਹ ਸਭ ਕੁਛ ਸੁਣਨੇ, ਅੱਖਾਂ ਤੋਂ ਅਣ ਡਿੱਠਿਆ ਕਰਨਾ, ਐਂ ਚਲੀ ਜਾਂਦੀ ਹੈ ਅਤੇ ਆ ਜਾਂਦੀ ਹੈ। ਹੋਰ ਤਾਂ ਹੋਰ ਕਾਜੀ ਪਿਤਾ ਤੱਕ ਵੀ ਸ਼ਿਕਾਇਤ, ਅਤੇ ਭਰਾ ਤੱਕ ਸ਼ਿਕਾਇਤ ਹੀ ਨਹੀਂ, ਉਹਨੂੰ ਹੁੱਜਾ ਮਾਰਦੇ ਨੇ ਲੋਕ, ਜਾ ਤੂੰ ਹਟਾ ਨਹੀਂ ਸਕਦਾ ਆਪਣੀ ਭੈਣ ਨੂੰ। ਇੱਕ ਫਕੀਰ ਕੋਲ ਜਾਂਦੀ ਹੈ, ਨਿਵਾਜ਼ਾਂ ਪੜ੍ਹੇ, ਕੁਰਾਨ ਸ਼ਰੀਫ ਦਾ ਉਹਦਾ ਸ਼ੁੱਧ ਪਾਠ ਕੀਤਾ ਹੋਇਆ ਹੈ। ਜਿਵੇਂ ਪਾਠ ਅਸੀਂ ਕਹਿੰਦੇ ਗਿਆਨੀ ਬਣ ਗਏ ਤਾਂ ਪਾਠ ਬੜਾ ਸ਼ੁੱਧ ਹੈ, ਪਾਠ ਬੜੀ ਬਾਣੀ ਪੜ੍ਹਦਾ, ਅਤੇ ਇਹ ਅਜੇ ਵੀ ਇਹਨੂੰ ਇੰਨਾ ਨਿਵਾਜ਼ਾਂ ਇਹ ਪੜ੍ਹਦੀ ਹੈ, ਰੋਜ਼ੇ ਇਹ ਰੱਖੇ, ਮਹਿਰਮਾਂ ਦੇ ਦਿਨ ਤੋਂ ਗੱਲ ਬੜੀਆਂ ਬਹੁਤ ਤਿੱਖੀਆਂ ਤਿੱਖੀਆਂ ਇੰਨੀਆਂ ਜੀਆਂ ਮਾਰਦੇ ਨੇ ਆ ਕੇ ਛੁਰੀਆਂ, ਤਾਂ ਨਾ ਟਲਿਆ। ਇੱਕ ਦਿਨ ਪਿੱਛੇ ਲੱਗ ਚੱਲਿਆ ਮਨਸੂਰ, ਪਿੱਛੇ ਪੈਣ ਦੇ ਲੱਗ ਕੇ ਉਹਲੇ ਲੁੱਕ ਗਿਆ ਅੱਗੇ, ਜਿਵੇਂ ਪਹਾੜੀ ਇਲਾਕੇ ਵਾਲੀ ਗੱਲ, ਝਾੜਾਂ ਮਲਾਮ ਕਿਆ ਉੱਥੇ ਦੇ ਅਸੀਂ ਕਹਿ ਦਿੰਦੇ ਹਾਂ ਜੀ, ਝਾੜ ਝੁੰਗਾਂ ਹੈਗੀਆਂ, ਮਲੇ ਆਮ ਕਹਿ ਦਿੰਦੇ ਹਾਂ। ਹੋਰ ਚਲੋ ਟੋਏ ਟਿੱਬੇ ਵੀ ਲੰਘ ਕੇ ਪਰਦਾ ਹੈ, ਫਕੀਰ ਦੀ ਚੌਂਪੜੀ ਪਾਈ ਹੋਈ ਹੈ, ਛੱਪਰੀ ਪਾਈ ਹੋਈ ਹੈ, ਤਨ ਸੁਹਾਵੀ ਛੱਪਰੀ, ਉਹ ਤਨ ਹੈ ਫਕੀਰਾ ਤੇਰੀ ਛੱਪਰੀ, ਕਈ ਕਿਤਨੀ ਦਫ਼ਾ ਦਿੱਤੀ। ਉਹ ਮਹਿਲਾਂ ਨੂੰ ਨਹੀਂ ਆਖਿਆ, ਕਿਲਿਆਂ ਨੂੰ ਨਹੀਂ ਤਨ ਆਖਿਆ, ਇੱਕ ਫਕੀਰ ਦੀ ਛੱਪਰੀ ਨੂੰ ਤਨ ਆਖਿਆ ਗਿਆ। ਉਹਨਾਂ ਧੌਲਰਾਂ ਨੂੰ ਤਾਂ ਕਿਲਿਆਂ ਨੂੰ ਬੜਿਆਂ ਬੜਿਆਂ ਨੂੰ ਕਿਹਾ, ਆਗ ਲੱਗੇ ਤੈਂ ਧੌਲ ਹਰ ਜੈ ਨਾਹੀਂ ਹਰ ਕੋਨੋ, ਜਿੱਥੇ ਰੱਬ ਦਾ ਬੰਦਾ ਨਹੀਂ ਬੈਠਾ, ਬੰਦਗੀ ਨਹੀਂ ਕਰਦਾ, ਉਹਨਾਂ ਧੌਲਰਾਂ ਨੂੰ ਅੱਗ ਲੱਗ ਜਾਵੇ। ਆ ਬਾਣੀ 'ਚ ਲਿਖਿਆ, ਇੰਨਾ ਕਹਿ ਦਿਓ ਕਿਸ ਕੋਈ ਜਾ ਰਾਜੇ ਮਹਾਰਾਜਾ ਕੋਈ ਸ਼ਿਕਾਇਤ ਸੋੜੇ ਵਾਲੇ ਦੀ ਕਰਦੇ ਹੋ ਕਿਤੇ, ਆ ਕੈਸਟਾਂ ਭਰੀਆਂ ਤਾਂ ਸ਼ਿਕਾਇਤਾਂ ਤਾਂ ਹੋ ਹੀ ਜਾਂਦੀਆਂ ਨੇ, ਕਰੀ ਚਲੋ। ਪਰ ਪਿੱਛੇ ਲੁਕ ਗਿਆ, ਫਕਰਾਂ ਫਕੀਰਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਹੁਣ, ਬੰਦਗੀ ਵਾਲੇ ਦੀ ਚੱਲਦੀ ਹੈ, ਸੱਚੇ ਪਾਤਸ਼ਾਹ ਫਕੀਰ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੈਸੀ ਇੱਕ ਪੰਕਤੀ ਦਾ ਹੀ ਬਹੁਤ, ਬਾਦਸ਼ਾਹ ਦਰਵੇਸ਼, ਗੁਰੂ ਦਰਵੇਸ਼ ਫਕੀਰ, ਪਾਤ ਪਾਤ ਇੱਜ਼ਤ ਵਾਲਾ, ਬਾਅਦ ਜੇ ਜੰਗ ਯੁੱਧ ਦੀ ਲੋੜ ਹੈ ਉੱਥੇ ਬਾਦਸ਼ਾਹ, ਬਾਅਦ
ਝਗੜੇ ਪੈ ਜਾਂਦੇ ਨੇ ਤਾਂ ਵੀ ਮਟੇਣੇ ਲਿਖ ਲਿਓ ਤੁਸੀਂ ਵੀ। ਬਾਦਸ਼ਾਹ ਅਤੇ ਬਾਦਸ਼ਾਹ ਦਾ ਫਰਕ ਕਿਤਨਾ ਕੁ ਹੈ, ਫਿਰ ਬੋਲੋ ਕਿਆ ਪਿਆਰ ਦੇ ਨਾਲ ਪਾਤਸ਼ਾਹ ਕਹਿ, ਸੱਚਾ ਅਮਰ ਸੱਚੀ ਪਾਤਸ਼ਾਹੀ, ਉੱਥੇ ਬਾਦਸ਼ਾਹੀ ਨਹੀਂ ਕਿਹਾ। ਬਾਦਸ਼ਾਹ ਕੌਣ ਹੁੰਦਾ ਅਤੇ ਪਾਤਸ਼ਾਹ ਕੌਣ ਹੁੰਦਾ, ਡਿਫਰੈਂਸ ਕੀ ਹੈ? ਤਾਂ ਫਕੀਰ ਨੇ ਜਦੋਂ ਅਨਿਲ ਹੱਕ ਨੇ ਸਿਜਦਾ ਕੀਤਾ, ਸਾਈਂ ਲੋਕ ਐ ਮੁਰਸ਼ਿਦ ਆ ਪਾਲੋ ਮੰਨੀ ਮਧੂਕਰੀ, ਕਹਿੰਦੇ ਅਨਿਲ ਹੱਕ ਅੱਗੇ ਦੋ ਟੁਕੜੇ ਅੱਜ ਤਿੰਨ ਟੁਕੜੇ ਕਰਦੇ। ਇਹ ਕਿਸੇ ਠੀਕ ਹੈ ਨਕਲ ਕੋਈ ਕਰ ਲਊ ਫਕਰ ਫਕੀਰ ਦੀ ਪਿਆ ਕਰਕੇ ਬੋਲੀ ਜਾਵੇ, ਨਕਲ ਨਕਲੇ ਹੁੰਦੀ, ਉੱਥੇ ਛਿੱਤਰੇ ਖੜਕਦਾ ਹੁੰਦਾ ਹੈ, ਅਸਲ ਅਸਲੇ ਹੁੰਦੀ ਹੈ। ਮੈਂ ਕਿਸੇ ਦੀ ਨਕਲ ਵੱਲੋਂ ਨਹੀਂ ਬੋਲਦਾ, ਜੋ ਖੁਦਾ ਬੁਲਾਉਂਦਾ ਉਹ ਬੋਲਦਾ, ਜੋ ਉਹ ਬੁਲਾਉਂਦਾ ਮੈਂ ਉਹ ਬੋਲਦਾ ਹਾਂ, ਜਿਉਂ ਬੁਲਾਵੇਂ ਤਿਉਂ ਬੋਲਾਂ। ਸਵਾਮੀ ਆਏ ਕਿੱਥੇ, ਜੈ ਭੇਜੇ ਤੈ ਜਾਮਾ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤਰ ਹੈ ਥਾਮਾ, ਇੱਕੋ ਹੀ ਹੈ ਰਾਜਾਨ ਰਾਜ, ਸਾਰੀ ਸ੍ਰਿਸ਼ਟੀ ਦਾ ਰਾਜਾ ਇੱਕ ਹੈ, ਅਵਲ ਅਲੋ। ਇੱਕੋ ਅੰਕਾਰ ਕਹਿ ਦਿਓ, ਆਪ ਕਹਿ ਦਿਓ ਇੱਕੋ ਅੰਕਾਰ, ਬਸ ਇੰਨਾ ਹੀ ਬਹੁਤ ਹੈ ਮੈਨੂੰ ਹੁਣ, ਰੱਜ ਜਿਹਾ ਆ ਗਿਆ। ਯਾ ਅੱਲਾ ਕਹਿ ਦਿਓ ਤੁਸੀਂ ਵੀ, ਭਾਈ ਜੀ ਅੱਧੇ ਕੁ ਵਾਹਿਗੁਰੂ ਕਹਿ ਦਿਓ, ਕਹੀ ਤਾਂ ਬਹੁਤ ਖੰਡਾਈ ਜਾਂਦਾ ਖੰਡਾਹਰ, ਫਿਰ ਜਿੰਨੇ ਹੰਸ ਨੇ ਉਨਾ ਹੀ ਚੋਗ ਚਾਹੀਦਾ ਵੀ ਹੈ ਨਾ। ਇੱਕ ਹੰਸ ਬੈਠਾ ਹੈ ਤੇ ਤਿੰਨ ਟੁਕੜੇ, ਐ ਸਾਈਂ ਲੋਕ ਐ ਮੁਰਸ਼ਿਦ ਅੱਗੇ ਦੋ ਅੱਜ ਤਿੰਨ ਦਾ ਮਤਲਬ ਕਿ ਮੇਰੇ ਸਮਝ ਤੋਂ ਬਾਹਰ ਹੈ। ਮੈਂ ਆਪਦਾ ਹੁਕਮ ਮੰਨ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਤੂੰ ਗੱਲ, ਮੈਂ ਤਿੰਨ ਟੁਕੜੇ ਕਰਦੀ। ਕਹਿਣ ਲੱਗੇ ਅਨਿਲ ਹੱਕ, ਅੱਜ ਤੇਰਾ ਇਮਤਿਹਾਨ ਮੇਰਾ ਵੀ ਇਮਤਿਹਾਨ ਹੋ ਰਿਹਾ ਹੈ, ਗੁਰੂਆਂ ਦੇ ਵੀ ਇਮਤਿਹਾਨ ਹੋਏ ਨੇ। ਮੈਂ ਬੋਲਦਾ ਗੁਰੂਆਂ ਦੇ, ਗੁਰੂਆਂ ਦੇ, ਪੈਗੰਬਰਾਂ ਦੇ, ਪੀਰਾਂ ਦੇ, ਔਲੀਆਂ ਦੇ, ਕਿੰਨਾ 66 18 ਹਜ਼ਾਰ ਔਲੀਆ ਹੋਇਆ ਹੈ, ਚਾਰ ਪੈਗੰਬਰਾਂ ਦੀ ਬਜਾਏ 7 ਅਸਮਾਨਾਂ ਵਿੱਚ ਬੈਠੇ ਨੇ ਸਾਡੇ ਪਾਤਸ਼ਾਹ। ਸਾਡੇ ਗੁਰੂ ਕਿਤਨੇ ਨੇ, ਇਸ ਤੋਂ ਪਹਿਲਾਂ ਅਵਤਾਰ ਕਿਤਨੇ ਨੇ, ਪਤਾ ਕਦੇ ਦੇਖੇ ਨੇ ਵੀ ਉਹ ਕਿੱਥੇ ਕੁ ਬੈਠੇ ਨੇ? ਗਿਣਿਆ ਪਿਆ, ਗਿਣਿਆ ਪਿਆ, ਗਿਣਿਆ ਪਿਆ। ਮੈਂ ਬੋਲਦਾ ਕੋਈ ਦੱਸੇ ਮੇਰਾ ਗੁਰੂ ਉਹ ਬੈਠੇ, ਮੈਂ ਉਹਨੂੰ ਰੋਜ਼ ਮਿਲਦਾ, ਉਹ ਮੈਨੂੰ ਰੋਜ਼ ਆ ਕੇ ਮਿਲਦਾ ਹੈ, ਉਹ ਰੱਬ ਮੈਨੂੰ ਆਪ ਮਿਲਿਆ। ਮੈਂ ਨਾ ਛੱਡਿਆ ਮੱਕੇ ਦਾ, ਭਗਤ ਕਬੀਰ ਜੀ ਨੇ ਨਾਰਾ ਲਾ ਦਿੱਤਾ, ਕਹਿੰਦੇ ਜਿਹੜੇ ਰੱਬ ਨੂੰ ਟੋਲਣ ਚੱਲਿਆ ਸੀ ਉਹ ਰਾਹ 'ਚ ਮਿਲ ਗਿਆ। ਮੈਂ ਨਾ ਛੱਡਿਆ ਮੱਕੇ ਦਾ ਵੇ ਛੱਡਿਆ।
ਕੇ ਸਾਰੇ ਬਹੁਤ ਦਫਾ ਗਿਆ ਉੱਥੇ ਮੁਆਫੀ ਮੰਗਦਾ ਸੀ ਜਾ ਕੇ ਐ ਖੁਦਾ ਹੱਜ ਕਾਵੇ ਹਾਜ਼ੀ ਬਣ ਕੇ ਮੈਂ ਗਿਆ ਔਰ ਖੁਦਾ ਤੇਰਾ ਕਹਿ ਰਿਹਾ ਜੀ ਮੇਰੇ 'ਚ ਕੀ ਖਤਾ ਉਰਦੂ ਦਾ ਲਫਜ਼ ਹੈ ਨਾ ਖਤਾ ਮੇਰੇ 'ਚ ਗਲਤੀ ਕਮੀ ਕੀ ਹੈ ਮੈਨੂੰ ਸਮਝਾ ਦਿਓ ਤੁਸੀਂ ਮੈਂ ਬਹੁਤ ਮਿੰਨਤਾਂ ਤਰਲੇ ਕਰਕੇ ਆਇਆ ਕਰਾਂ ਮੁੜਨ ਨੂੰ ਦਿਲ ਨਾ ਕਰੇ ਵੀ ਮੈਂ ਖਾਲੀ ਕਿਵੇਂ ਮੁੜ ਜਾਵਾਂ ਮੈਂ ਬੜਾ ਦਿਲ ਬੰਨ ਕੇ ਆਉਂਦਾ ਸੀ ਪਰ ਇੱਕ ਦਿਨ ਮੈਂ ਮੁੜੇ ਆਇਆ ਕਰਾਂ ਨਿਰਾਸ਼ਾ ਹੋ ਕੇ ਉਹ ਨਿਰਾਸ਼ਾ ਮੇਰੀ ਬਹੁਤ ਦਫਾ ਜਿਸਦੇ ਵਿੱਚ ਪ੍ਰਾਪਤੀ ਨਾ ਹੋਈ ਮੇਰੀ ਕਮੀ ਸੀ ਪਰ ਇੱਕ ਦਫਾ ਮੈਂ ਜਾ ਰਿਹਾ ਇੱਕ ਇੱਕ ਕਦਮ 'ਤੇ ਪੈਰ ਟਿਕਾਇਆ ਅਤੇ ਖੁਦਾ ਸਾਹਮਣੇ ਖੜਾ ਸੀ ਮੈਨੂੰ ਆਵਾਜ਼ ਦਿੱਤੀ ਕਬੀਰਾ ਤੂੰ ਹੁਣ ਇੱਥੇ ਹੀ ਤੇਰਾ ਹੱਜ ਹੋ ਗਿਆ ਔਰ ਕਬੀਰ ਜੀ ਕਹਿੰਦੇ ਕਬੀਰ ਹੱਜ ਕਾਵੇ ਹੋ ਜਾਏ ਥਾ ਕੇਤੀ ਵਾਰ ਕਬੀਰ ਸਾਈ ਮੁਜ਼ਮੇ ਕਿਆ ਖਤਾ ਮੁੱਖੋ ਨਾ ਬੋਲੇ ਪੀਰ ਕਬੀਰ ਹੱਜ ਕਾਵੇ ਹੋ ਜਾਏ ਥਾ ਦੂਸਰਾ ਸਲੋਕ ਆ ਗਿਆ ਅਤੇ ਮੂਹਰਿਓਂ ਖੁਦਾ ਮਿਲਿਆ ਮੈਨੂੰ ਅਸੀਂ ਆਗਾ ਮਿਲਿਆ ਖੁਦਾ ਸਾਈਂ ਮੁਸੋ ਲੜ ਪਰਾ ਮੇਰੇ ਨਾਲ ਰੱਬ ਲੜ ਪਿਆ ਫਿਰ ਪਿਆਰ ਨਾਲ ਬੋਲੋ ਤੁਹਾਡੇ ਨਾਲ ਵੀ ਰੱਬ ਲੜਿਆ ਕਦੇ ਗੁਰੂ ਨਾਨਕ ਲੜਿਆ ਗੁਰੂ ਗੋਬਿੰਦ ਸਿੰਘ ਦੱਸੋ ਤਾਂ ਸਹੀ ਹੁਣ ਤੁਸੀਂ ਟੋਲਣੇ ਨਹੀਂ ਚੱਲੇ ਹੋ ਟੋਲਣ ਨਹੀਂ ਚੱਲੇ ਸੰਤ ਅਤਰ ਸਿੰਘ ਮਹਾਰਾਜ ਨੂੰ ਕਿੰਨੀ ਦਫਾ ਮਿਲਿਆ ਹੁਣ ਚੁੱਪ ਹੋ ਗਏ ਹੋ ਪੈਰੂਕਾਰ ਬਣਨੇ ਤਾਂ ਬਣੋ ਹਿਰਦੇ 'ਚ ਕੋਈ ਸਿੱਖਿਆ ਧਾਰਨ ਕਰੋ ਫਿਰ ਕਹਿਣ ਲੱਗੇ ਮੈਨੂੰ ਰੱਬ ਮਿਲ ਗਿਆ ਇੱਥੇ ਖੁਦਾ ਦੇ ਬੰਦਿਆਂ ਦੀ ਗੱਲ ਕਹਿੰਦੇ ਤੇਰਾ ਭਰਾ ਜਿਹੜਾ ਮੇਰੇ 'ਤੇ ਪੱਥਰ ਮਾਰਦਾ ਦੁਨੀਆਂ ਦੇ ਲੋਕ ਇਹ ਰਸਤੇ 'ਤੇ ਚੱਲਣ ਵਾਲੇ ਨੂੰ ਬੜੇ ਲੋਕ ਪੱਥਰ ਮਾਰਦੇ ਹੁੰਦੇ ਨੇ ਨਿੰਦਿਆ ਕਰਦੇ ਨੇ ਤੋੜਨ ਤੱਕ ਜਾਂਦੇ ਨੇ ਦੋਸ਼ੀ ਬਣਾ ਲੈਂਦੇ ਨੇ ਤਾਂ ਵੀ ਕੋਈ ਗੱਲ ਨਹੀਂ ਉਹ ਸਭ ਨੂੰ ਹੀ ਅਜ਼ਰ ਨੂੰ ਜਰਦਾ ਜਰਦਾ ਸਬਰ ਦਾ ਘੁੱਟ ਪੀਂਦਾ ਪੀਂਦਾ ਉਸੇ ਚਸ਼ਮੇ ਆ ਬਿਹਾਦ ਦਾ ਜਿੱਥੇ ਚਸ਼ਮਾ ਬਗਾਉਣ ਵਾਲਾ ਮੁਰਸ਼ਿਦ ਬੈਠਾ ਉਹ ਉੱਥੇ ਪਹੁੰਚ ਜਾਂਦੇ ਤਾਂ ਉੱਥੇ ਗੱਲ ਕੀ ਬਣੀ ਕਹਿਣ ਲੱਗੇ ਬੁਲਾਓ ਆਪਣੇ ਭਰਾ ਮਨਸੂਰ ਨੂੰ ਕਹਿੰਦੇ ਹੈ ਮੁਰਸ਼ਿਦ ਕੀ ਗੱਲ ਆ ਥੋੜ੍ਹੇ ਜਿਹੇ ਫਾਸਲੇ 'ਤੇ ਉਹ ਲੁਕਿਆ ਬੈਠਾ ਔਰ ਉਹ ਜਿਵੇਂ ਅਸੀਂ ਸੁਰਾਖ ਕਰਕੇ ਦੇਖਦੇ ਹਾਂ ਐਂ ਸੁਰਾਖ ਲਾ ਕੇ ਦਾਂਤ ਕਾ ਕੇ ਬੈਠਾ ਔਰ ਤੇਰੇ ਵਿੱਚ ਵੀ ਗੁਨਾਹ ਅਤੇ ਮੈਨੂੰ ਵੀ ਗੁਨਾਹਗਾਰ ਬਣਾ ਰਿਹਾ ਹੈ ਪਰ ਉਹ ਕਿਸੇ ਫਕੀਰ ਦੀ ਗੱਲ ਬੋਲਿਆ ਕਰਦੇ ਹਾਂ ਵੀ ਇੱਕ ਮੁਰਸ਼ਿਦ ਹੋਵੇ ਰੱਬ ਹੋਵੇ ਸਾਧੂ ਸੰਤ ਦੀ ਗੱਲ ਕਹਿ ਦਿਓ ਚਲੋ ਉੱਥੇ ਕਹਿਣ ਲੱਗੇ ਮੇਰੇ 'ਚ ਦੋਸ਼ ਕੱਢਦਾ ਕੋਈ ਗੱਲ ਨਹੀਂ ਦੋਸ਼ੀ ਤੂੰ ਤੈਨੂੰ ਦੋਸ਼ ਹੀ ਨਜ਼ਰ ਆਉਂਦੇ ਹੋਣਗੇ
ਬਹਿਦ ਮੇਂ ਹਮ ਖੁਦਾ ਸੇ ਪੁੱਛੇਂਗੇ। ਜਿਹੜੇ ਫਾਰਸੀ ਪੜ੍ਹੇ ਨੇ ਅਰਬੀ ਵਾਲੇ ਵੀ, ਉਹ ਵੀਰ ਵੀ ਹੁਣ ਤਾਂ ਪੜ੍ਹਨਾ ਹੀ ਛੱਡ ਗਏ, ਸਲਾਮਤ ਤੋਂ ਬਿਨਾਂ ਗੱਲੇ ਖਤਮ ਹੋ ਗਈ, 47 ਤੋਂ ਉਡਾਰੀ ਮਾਰ ਗਈ ਗੱਲ। ਹੁਣ ਆ ਸਾਰੇ ਧਰਮੇ ਇਕੱਠੇ ਕਰ ਰਹੇ ਹਾਂ, ਦੇਖ ਰਹੇ ਹਾਂ ਕਿੱਥੇ ਕਿੱਥੇ ਕਿਵੇਂ ਚੱਲੂ, ਕਿਵੇਂ ਇਕੱਠੇ ਹੋਵਾਂਗੇ, ਕਿਵੇਂ ਸਰਬ ਧਰਮ ਪੀਠ ਜਿਸ ਨੂੰ ਕਹਿੰਦੇ। ਇਹ ਤਾਂ ਹੁਣ ਐਂ ਲੀਰ ਲੀਰ ਹੋਏ ਪਏ ਨੇ, ਇਕੱਲਾ ਇਕੱਲਾ ਖੱਖੜੀਆਂ ਕਰੇਲੇ ਬਣਿਆ ਪਿਆ, ਇਹਨੂੰ ਜੋੜੂਗਾ ਵੀ ਕੋਈ? ਕੈਂਚੀ ਨਾਲ ਕੱਟਣ ਵਾਲੇ ਬੜੇ ਆਉਂਦੇ ਨੇ, ਸੂਈ ਧਾਗੇ ਨਾਲ ਜੋੜਨ ਵਾਲਾ, ਗੋਦੜੀ ਬਣਾਉਣ ਵਾਲਾ ਕੋਈ ਹੋਈ ਮਿਲੂਗਾ? ਜੋੜਨ ਹਾਰੋ ਸੰਤ ਨਾਨਕ ਪਾਦਰ ਪੱਧਰੋ, ਸਿੱਧੇ ਪੱਧਰੇ ਰਸਤੇ 'ਤੇ ਚਲਾਉਣ ਵਾਲਾ ਇੱਕ ਸਾਧੂ ਸੰਤ ਫੱਕਰ ਫਕੀਰ ਹੋਵੇਗਾ। ਐਨਲ ਹੱਕ ਆਪਦੇ ਭਰਾ ਨੂੰ ਆਵਾਜ਼ ਦੇ, ਕਹਿਦੇ ਤੈਨੂੰ ਮੁਰਸ਼ਿਦ ਯਾਦ ਕਰਦੇ ਨੇ। ਪੜੋਂਗੇ ਤਕੜੇ ਹੋ ਕੇ? ਬੇ ਕਿੱਥੇ ਲੁਕੀਏ ਵੀਰ ਮਨ ਸ਼ਰਮਿੰਦਾ ਹੋ ਕੇ ਆਉਣਾ ਪਿਆ। ਮੈਂ ਸਮੇਂ ਨਾਲ ਹੋਰ ਸੰਕੋਚ ਕਰ ਦਿੰਦਾ ਤੇ ਆ ਗਿਆ, ਬੇਸ਼ਰਮ ਹੋ ਗਿਆ, ਜਿਹਨੂੰ ਕਹਿੰਦੇ ਸੀ ਸ਼ਰਮਨਾਕ, ਤੈਨੂੰ ਸ਼ਰਮ ਨਹੀਂ ਆਈ, ਕੀ ਲੈਣ ਆਇਆ ਸੀ? ਆ ਹੁਣ ਚੱਲ ਅੱਗੇ ਜਿਸ ਪਿਤਾ ਦਾ ਤੂੰ ਜਾਇਆ, ਉਸ ਪਿਤਾ ਦੀ ਮੈਂ ਵੀ ਸ਼ਹਿਜਾ ਪੁੱਤਰੀ ਹਾਂ, ਪਿਤਾ ਆਪਣਾ ਇੱਕੋ ਹੀ ਹੈ। ਉਹਨੂੰ ਸ਼ਰਮਨਾਕ ਗੱਲਾਂ ਉਹ ਚਰਨਾਂ ਵਿੱਚ ਲੈ ਕੇ, ਆ ਤੀਜਾ ਟੁਕੜਾ ਹੈ,
ਤੀਜਾ ਟੁਕੜਾ ਹੈ, ਹਾਂ ਤੀਜਾ ਹੈ। ਲੋ ਨਦਰ ਕੀਤੀ, ਹੁਣ ਅਸੀਂ ਲੋਕ ਜੋ ਸੱਜਣ ਵੀਰ ਭਰਾ ਉੱਥੇ ਕੀ ਤੱਕਦੇ ਹੁੰਦੇ ਹਾਂ, ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ, ਕਿ ਜਿਹੜੇ ਫਕੀਰ ਦੇ ਨੇਤਰ ਵਿੱਚ ਆ ਬਿਹਾਤ ਹੈ, ਅੰਮ੍ਰਿਤ ਹੈ, ਅੰਮ੍ਰਿਤ ਦ੍ਰਿਸ਼ਟ ਪੇਖ ਹੈ, ਹੋਏ ਸੰਤ। ਜਾਂ ਗੁਰੂ ਦੇ ਨੇਤਰਾਂ ਵਿੱਚ ਹਰ ਅੰਮ੍ਰਿਤ ਭਿੰਨੇ ਲੋਇਣ, ਅੰਮ੍ਰਿਤ ਬਣਾ ਵੀ ਦਿੰਦੇ ਨੇ। ਇੱਕ ਔਰ ਗੁਰਬਾਣੀ ਦਾ ਮੈਂ ਪ੍ਰਮਾਣ ਦਿੰਦਾ, ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਣ। ਮੀਰਾਂ ਬਾਈ ਨੇ, ਅੰਮ੍ਰਿਤ ਤਾਂ ਗੁਰੂ ਹੈ ਹੀ ਸੀ ਅੰਮ੍ਰਿਤ ਦੇਣ ਵਾਲਾ, ਵਿਓ ਦੇ ਪਿਆਲੀਆਂ ਵੀ ਭਰ ਭਰ ਕੇ ਪੀ ਗਈ ਸੀ। ਜਿਹੜੇ ਬੰਦਗੀ ਵਾਲੇ ਨੇ ਉਹ ਵਿਓ ਨੂੰ ਵੀ ਅੰਮ੍ਰਿਤ ਬਣਾ ਦਿੰਦੇ ਨੇ। ਕਿਵੇਂ ਬਣਾ? ਜਿਹੜੇ ਬੰਦਗੀ, ਵਿਖਿਆ ਅੰਮ੍ਰਿਤ ਏਕ ਹੈ, ਏਕ ਹੈ ਵੀ ਤੁਸੀਂ ਵਿਓ ਅਤੇ ਅੰਮ੍ਰਿਤ ਨੂੰ ਕਿਵੇਂ ਇੱਕ ਬਣਾ ਦਿੱਤਾ? ਜੇ ਇਹ ਰਸੈਣੀ ਪੁਰਸ਼ ਦੇ ਗੁਰੂ ਰੂਪ ਰਸੈਣੀ ਸੇਵ ਹਰ ਕੇ ਚਰਨ ਰਸੈਣ, ਤੋ ਰਸੈਣੀ ਦੇ ਹੱਥ ਵਿੱਚ ਪਾਰਾ ਹੀ ਹੈ, ਕੱਚਾ ਦੇ ਦਿਓ, ਸੰਖੀਆ ਦੇ ਦਿਓ, ਔਰ ਕਰ ਲਓ ਇਕੱਠੇ। ਕਿਸੇ ਨੂੰ ਮਤ ਦੇਣੀ ਸਿਆਣੇ ਨੂੰ ਦੇਣੀ ਚਾਹੀਦੀ ਹੈ, ਨਹੀਂ ਇਹੋ ਜਿਹੇ ਅਲਗਰਜ਼ਾਂ ਨੂੰ ਦੇ ਦੇਵੇ ਤਾਂ ਆਥਣ ਪਰਖਣ ਲੱਗ ਜਾਣਗੇ, ਆਥਣ ਨੂੰ ਮਾਰ ਦੇਣਗੇ। ਜੇ ਆਹ ਗੱਲ ਕਹਿ ਦਿੱਤੀ, ਅਸਾਧ ਸੰਖੀਆ ਹੈ, ਪਾਰਾ ਹੈ, ਮੇਰੇ ਨਾਲ ਬਹੁਤ ਕੁਛ ਵਰਤਿਆ ਹੋਇਆ, ਬੜਾ ਕੁਛ ਵਰਤਿਆ ਹੋਇਆ, ਵਰਜਨ ਰੱਖੇ ਰਮ ਵਿਖਿਆ ਅੰਮ੍ਰਿਤ ਏਕ ਹੈ। ਆ ਪੀਰ ਮੀਰਾਂ ਬਾਈ ਨੂੰ ਠੰਡੇ ਦੁਸ਼ਮਣ ਮਿੱਠੇ ਦੁਸ਼ਮਣ ਮਿਲ ਗਏ ਨੇ, ਪਿਆ ਦਿਓ, ਕਿਉਂ? ਇਹਨੇ ਗੁਰੂ ਕਿਹਾ ਜਾਂ ਧਾਰਨ ਕੀਤਾ, ਜਾਂਦੀ ਕਿਹੜੇ ਗੁਰੂ ਕੋਲ? ਅਸੀਂ ਰਠੌਰ, ਅਸੀਂ ਰਾਜਪੂਤ, ਅਸੀਂ ਛੱਤਰੀ, ਅਸੀਂ ਹਿੰਦੂ ਕਰਾਣੇ, ਯੇ ਵੋ, ਉਹ ਕਿਤਨੇ ਪਹਾੜ ਉਠਾਏ ਨੇ। ਇਹਨੂੰ ਵਿਓ ਦੇ ਕੇ ਪਿਆਲੀ ਦਿਓ, ਇਹਨੂੰ ਮਾਰ ਦਿਓ। ਇੱਕ ਦਿਨ ਦਿੱਤੀ ਪਿਆਲੀ, ਕੱਖ ਨਹੀਂ ਬਣਿਆ ਉਹਦਾ, ਕੱਖ ਵੀ ਬਣੀ, ਫਿਰ ਦਿੱਤੀ ਪਿਆਲੀ, ਉਹਦੇ ਨਾਲ ਵੀ ਕੱਖ ਨਹੀਂ ਬਣਿਆ। ਇੱਕ ਸੱਜਣ, ਇੱਕ ਦਫ਼ਾ ਦਾ ਜ਼ਿਕਰ ਹੈ ਮੈਨੂੰ, ਉਹ ਲਿਆ, ਇੰਨੀ ਕਿ ਚਾਹ ਹੈ, ਪਾ ਕੇ ਖੇਣ, ਪੀਓ ਜੀ ਪੀਓ। ਮੈਂ ਕਿਹਾ ਤੂੰ ਪੀ ਤਾਂ ਭਲਾ ਥੋੜ੍ਹਾ ਜਿਹਾ, ਮੈਂ ਕਿਹਾ ਪੀ ਤਾਂ ਤੂੰ, ਤੂੰ ਮੈਨੂੰ ਪਿਆਉਂਦਾ, ਮੈਂ ਵੀ ਜਾਣਦਾ ਹਾਂ, ਪਰਖਦਾ, ਤੂੰ ਪੀ ਤਾਂ, ਜਦੇ ਭੱਜ ਲਿਆ। ਮੈਂ ਕਿਹਾ ਇਹ ਨਹੀਂ ਗੱਲ ਬਣਨੀ ਹੈ, ਇੱਕ ਘੁੱਟ ਤੂੰ ਪੀ, ਇੱਕ ਮੈਂ ਪੀ, ਘੁੱਟ ਪੀ ਤਾਂ ਸਹੀ, ਬਥੇਰੇ ਇੱਕ ਨਹੀਂ ਬਹੁਤ ਮਿਲਦੇ ਨੇ, ਬਹੁਤ ਮਿਲੇ ਨੇ। ਮੈਂ ਕਹਿੰਦਾ ਜਿਹੜੇ ਰਾਜ ਵੈਦ ਨੇ, ਆਯੁਰਵੈਦਿਕ ਦੇ ਤਨੀ ਨੇ, ਉਹ ਇਸੇ ਨੂੰ ਜੇ ਸੰਖਿਆ, ਚਲੋ ਅਸਾਧ ਸੰਖਿਆ ਹੈ, ਸਾਧਿਆ ਨਹੀਂ ਹੈ, ਸਿੱਧਾ ਦੇ ਦਿਓ, ਮੌਤ ਕਰ ਦਿੰਦਾ। ਜੇ ਕਿਸੇ ਗੁਰੂ ਪੀਰ ਰਾਜ ਵੈਦ ਆਦਿਕ ਦੇ ਹੱਥ ਵਿੱਚ ਆ ਜਾਵੇ, ਉਹਨੂੰ ਸਾਧ ਕੇ ਸੋਧ ਕੇ ਰੱਤੀ ਰੱਤੀ ਦਿੰਦਾ ਹੈ, ਉਹਦਾ ਅੰਮ੍ਰਿਤ ਬਣਾ ਦਿੰਦਾ, ਕਿਆ ਫਲਾਣੀ ਬਿਮਾਰੀ ਦਾ ਖਾਤਮਾ ਕਰ ਦਿਓ। ਉਹੀ ਵਸਤੂ ਉਹੀ ਹੈ, ਉਹਨੂੰ ਸੋਧ ਕੇ ਸਾਧ ਕੇ ਅੰਮ੍ਰਿਤ ਬਣਾ ਦਿੰਦੇ ਨੇ। ਵਿਖਿਆ ਅੰਮ੍ਰਿਤ ਇੱਕ ਹੈ, ਆਹ ਸਾਡੀ ਰਸਨਾ 'ਤੇ ਅੰਮ੍ਰਿਤ ਹੈ, ਇਹਦੇ 'ਤੇ ਵਿਖ ਵੀ ਹੈ। ਕੌੜੇ ਸ਼ਬਦ ਬੋਲੋ, ਤੋੜਨ ਵਾਲੇ ਬੋਲੋ, ਤਾਂ ਤੁਸੀਂ ਵਿਓ ਵੇਚ ਰਹੇ ਹੋ, ਮਿੱਠੇ ਸ਼ਬਦ ਬੋਲੋ ਤੋ ਅੰਮ੍ਰਿਤ ਚਸ਼ਮਾ ਬਣ ਗਿਆ ਤੁਹਾਡੀ ਰਸਨਾ ਤੋਂ। ਤੋ ਇਹ ਗੱਲ ਦਾ ਫੈਸਲਾ ਨੇੜੇ ਜੇ ਸੀ, ਲੈ ਸ਼ੱਕ ਲੈ, ਮੈਂ ਬੋਲਦਾ ਸੀ ਨਦਰ, ਨਦਰੀ, ਨਦਰ ਕਰਨ ਵਾਲਾ, ਨਦਰੀ ਦਾ ਅਰਥ ਹੈ
ਜਿਹੜਾ ਨਾਦਰਾਂ ਕਰਦਾ, ਜਿਹਦੀ ਨਾਦਰ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਦ੍ਰਿਸ਼ਟ ਭੇਖ ਹੈ, ਹੋਏ ਸੰਤ ਮੁਰਸ਼ਦ ਹਰ ਨੇਤਰਾਂ ਵਿੱਚ ਅੰਮ੍ਰਿਤ ਹੈ, ਤਨੰਤਰ ਵੈਦ ਦੇ ਅੰਮ੍ਰਿਤ ਸੀ ਮੰਨ ਲਿਆ। ਕਿਤਨੇ ਸੱਜਣ ਹੋਰ ਵੀ ਪ੍ਰਮਾਣ ਮਿਲਦੇ ਨੇ ਕਿ ਮੁਰਦੇ ਨੂੰ ਜ਼ਿੰਦਾ ਕਰਨ ਵਾਲਾ ਵੀ ਕੋਈ ਹੈ। ਇੱਕ ਫਕੀਰ ਹੈ ਜੀ ਦੇ ਨੇਤਰ ਵਿੱਚ ਅੰਮ੍ਰਿਤ ਹੈ। ਹੌਲੀ ਦੇ ਕੇ ਬੋਲਿਆ, ਹੁਣ ਮੈਨੂੰ ਵੀ ਢਾਰਸ ਜੀ ਮਿਲ ਗਈ ਕੁਛ ਹੈ। ਅੱਗੇ ਬਹੁਤ ਪਿਆਰ ਦੇ ਮੈਂ ਸਮੇਂ ਦੇਖਦਾ ਹੁੰਦਾ ਵੀ ਉਹ ਤਾਂ ਗਵਾਈਆਂ ਦੀਆਂ ਗੱਲਾਂ ਨੇ, ਆਏ ਗੇੜੇ ਗਾਉਣ ਵਾਲੇ ਗਾਈ ਜਾਂਦੇ, ਇੱਕ ਸਾਕੀ ਬੈਠਾ ਹੁੰਦਾ ਥੋੜ੍ਹੀ ਜਿਹੀ ਪਾ ਕੇ ਅੱਧਾ ਪਾਣੀ ਪਾ ਦੇਣਾ ਪੀ ਲੈ, ਉਹਨੇ ਦੋ ਗੇੜੇ ਹੋਰ ਛੇਟਾ ਡਿਸਰੰਗੀ ਨਾਲ ਦੇ ਦੇਣੇ, ਇੰਨੇ ਸਾਕੀ ਨੇ ਦੂਏ ਨੂੰ ਫੜਾ ਦੇਣਾ, ਜਾਂ ਸ਼ਾਮ ਹਨੇਰਾ ਜਿਹਾ ਹੋ ਜਾਣਾ ਸਾਰੇ ਕਮਲੇ ਹੋ ਜਾਂਦੇ ਉਸਦੇ, ਫਿਰ ਲੜਾਈਆਂ ਕਰਨੀਆਂ ਗਾਉਣ ਵਾਲਿਆਂ ਨੇ ਆਪਸ ਵਿੱਚ ਹੀ, ਪਿੰਡ ਵੀ ਖਿੰਡ ਜਾਂਦਾ ਹੁੰਦਾ ਬਈ ਸਾਕੀ ਵੀ ਹੋਵੇ, ਆ ਤੁਹਾਡਾ ਜਕਾਰਾ ਹੀ ਸਾਕੀ ਹੈ, ਮੈਨੂੰ ਸਾਰਾ ਪੀ ਲੈ ਸਖੀ, ਪੀ ਲੈ ਸਖੀ, ਛਕ ਲੈ ਪੀ ਲੈ, ਆ ਖਾਣਾ ਖਾਓ। ਉਹਦੇ ਵਿੱਚ ਕੀ ਸੀ, ਕੀ ਫਕੀਰ ਨੇ ਭਰ ਦਿੱਤਾ। ਭਾਈ ਗੁਰਦਾਸ ਜੀ ਦੀ ਬਾਰ ਦਾ ਮੈਂ ਇੱਕ ਟੂਕ ਦੇ ਕੇ ਪ੍ਰਮਾਣ ਔਰ ਧਾਰਨਾ ਸ਼ਬਦ ਪੜ੍ਹਦਾ, ਪਿਆਰ ਦਾ ਪੜ੍ਹਿਓ, ਉਸ ਵਿੱਚ ਉਹ ਰੰਗ ਭਰ ਦਿੱਤਾ ਜਿਹੜਾ ਰੰਗ ਰੰਗ ਕਿਆ ਰੰਗ ਦੇ ਮੇਰਾ ਰੰਗ ਦੇ ਮਜੀਠੀ ਚੋਲਾ, ਝੂਠੇ ਰੰਗ ਕਾਹਨੂੰ ਚਾੜ ਦੇ ਦੁਨੀਆ ਦੇ ਨੇ ਤਾਂ, ਮੈਨੂੰ ਉਹ ਰੰਗ ਚਾੜ ਦੇ ਜਿਹੜਾ ਲਹੇ ਨਾ, ਸੁਭਾਗਾ ਬਣਾ ਦੇ ਮੈਨੂੰ ਤੂੰ। ਐ ਮੁਰਸ਼ਦ ਤੇਰੇ ਹੱਥ ਵਿੱਚ ਬੜਾ ਕੁਛ ਹੈ, ਇੱਧਰ ਬੋਲਣਾ। ਮੈਂ ਹੁਣ ਇੱਕੋ ਹੀ ਧਾਰਨਾ ਪਿਆਰ ਨਾਲ ਪੜ੍ਹ ਕੇ ਦੁਆ ਸਮਾਪਤੀ ਕਰਦਾ, ਭੱਜਣ ਨੱਠਣ ਦੀ ਕੋਸ਼ਿਸ਼ ਜਲਦੀ ਨਾ ਕਰਿਓ। ਮੈਂ ਵੀ ਬਾਟਾਂ ਦੇਖੋ ਕਿੱਡੀ ਦੂਰੋਂ ਗਾਹ ਕੇ ਆਇਆ, ਹੁਣ ਅੱਜ ਕੱਲ੍ਹ ਟ੍ਰੈਫਿਕ ਇਤਨੀ ਹੈ, ਹਿਸਾਬ ਤੋਂ ਬਾਹਰ ਹੈ, ਦੇਖ ਕੇ ਕਹੀਦਾ ਚੁੱਪ ਕਰਕੇ ਟਿਕ ਜਾਓ। ਪਰ ਆ ਪ੍ਰੇਮ ਜਿਹੜਾ ਲੱਗਿਆ ਹੋਇਆ ਇਹਨੂੰ ਤਾਂ ਕੌਣ ਤੋੜ ਸਕਦਾ ਹੈ, ਕਿੰਨੇ ਕੁਛ ਕਿੱਡੀਆਂ ਮੰਜ਼ਿਲਾਂ। ਆਓ ਤੇਜ਼ੀ 'ਚ ਜਾਵਾਂਗੇ ਰਾਹ, ਆਓ ਤੇਜ਼ੀ 'ਚ ਜਾਵਾਂਗੇ, ਗੱਡੀਆਂ ਦੀਆਂ ਵੀ ਨਾ ਹਾਂ, ਡਰਾਈਵਰਾਂ ਦੀਆਂ ਵੀ ਨਾ ਹਾਂ, ਉਹ ਤਾਂ ਬੈਠੇ ਨੇ ਪਿਛਾਹਾਂ ਅਤੇ ਮੈਨੂੰ ਕਰਤਾ ਗਾਹਾਂ, ਉਹ ਬੈਠੇ ਨੇ ਮਗਰ। ਹੁਣ ਜੋ ਮਰਜ਼ੀ ਆਨੰਦ, ਆ ਆਨੰਦ ਕਿੱਥੇ ਧਰਿਆ ਪਿਆ ਹੈ, ਲਓ ਉਹ ਇੱਥੇ ਐਂ ਐਂ ਜਦੋਂ ਛਕਿਆ ਨਾ, ਕਿਉਂ ਬੱਚੇ ਉਹ ਯਾਦ ਕਰੋਗੇ ਤੁਸੀਂ ਵੀ ਕਦੇ, ਛੋਟੇ ਛੋਟੇ ਬਲਕਿ ਬੜੀ ਰੰਗਣ ਪਨੀਰੀ ਬੀਜੀਏ, ਪਨੀਰੀ ਨਰਸਰੀ ਜਿਹਨੂੰ ਕਹਿੰਦੇ ਨੇ, ਕਦੇ ਉੱਠੋਗੇ ਹੀ ਨਾ, ਯਾਦ ਕਰੋਗੇ ਕਦੇ। ਪਰ ਅੱਜ ਸਮਾਂ ਨਹੀਂ ਮਿਲਣਾ, ਕੋਈ ਗੱਲ ਨਹੀਂ ਸੁਣ, ਐ ਫਕੀਰ ਨੇ ਦੇ ਉਹ ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਗਲ ਪਿਆਰ ਨਾਲ, ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ Oh,
ਇੱਕੋ ਹੀ ਟੁਕੜਾ, ਇੱਕ ਘੁੱਟ ਪੀ ਲੈ ਨਾਮ ਸਾਈਂ ਦਾ, ਬਸ ਤੇਰੀ ਲਹਿਰ ਉਮਰ ਦੀ ਵਗੀ। ਗੋਇ ਨੰਦ ਲਾਲ ਦੀ ਗਜ਼ਲ ਵਿੱਚੋਂ ਮੈਂ ਬੋਲਿਆ, ਇੱਕੋ ਹੀ ਘੁੱਟ ਬੜੀ ਹੈ, ਪੀ ਲੈ ਸਖੀ ਇੱਕ ਘੁੱਟ। ਐਂ ਉਹਨੂੰ ਅਸੀਂ ਕਈ ਆਪ ਦੇਖਿਆ ਲਾ, ਦੇਖਿਓ ਪ੍ਰਸ਼ਾਦ ਉਹਨੂੰ ਕੀ ਕਹਿੰਦੇ ਹਾਂ, ਜੇ ਜੀ ਇਹ ਗੁਰੂ ਦਾ ਪ੍ਰਸ਼ਾਦ ਹੈ। ਕਿੱਥੋਂ ਚੱਲਿਆ ਸੀ, ਕਰਦ ਭੇਟ ਕਰ ਦਿੱਤੀ, ਦੂਸਰਾ ਥਾਲਾ ਲੱਗ ਗਿਆ ਗੁਰੂ ਕਾ ਕਿਸੇ ਪੂਰਨ ਮਹਾਂਪੁਰਖ ਦਾ। ਤਾਂ ਉਹ ਅਸੀਂ ਕਹਿੰਦੇ ਹਾਂ, ਬਾਬਾ ਜੀ, ਸੰਤ ਮਹਾਰਾਜ ਜੀ, ਗੁਰੂ ਲੋਕੋ, ਇਹਨਾਂ ਦਾ ਸੀਤ ਪ੍ਰਸ਼ਾਦ ਦਾ ਇੱਕ ਇੱਕੋ ਹੀ ਕਿੰਨਾ ਕੁ ਕਹਿੰਦੇ ਹੋ, ਉਹਨੂੰ ਸੀਤ ਪ੍ਰਸ਼ਾਦ ਕਹਿੰਦੇ ਹਾਂ। ਇਹ ਸਾਨੂੰ ਵੀ ਸ਼ਾਂਤੀ ਦੇ ਦੂ, ਇਹਨਾਂ ਦੀ ਰਸਨਾ ਦੇ ਲਾਇਕ ਹੋਇਆ ਹੈ। ਬਾਬਾ ਜੀ ਤੁਹਾਡੇ ਰਸਨਾ ਦੇ ਲਾਇਕ ਹੋਵੇ, ਜਿਹੜਾ ਲਾਇਕ ਹੈ, ਲਾਇਕ ਅਤੇ ਬੇਲਾਇਕ ਵਾਲੀ ਨਲਾਇਕ ਤਾਂ ਮੈਂ ਕਾਹਨੂੰ ਕਹਾਂ, ਇਹ ਗੁਰੂ ਕਾ ਸੀਤ। ਚੌਥਾ ਹੈ, ਕਿਸੇ ਪੂਰਨ ਬ੍ਰਹਮ ਭਗਤੇ ਤੋਂ, ਫਕੀਰ ਤੋਂ, ਫਕਰ ਤੋਂ, ਪੈਗੰਬਰ ਤੋਂ, ਗੁਰੂ ਤੋਂ, ਔਲੀਏ ਤੋਂ, ਕੋਈ ਉਹਦੀ ਬਾਣੀ ਹਿਰਦੇ ਤੋਂ, ਉੱਤੋਂ ਆਕਾਸ਼ੋਂ ਇਹ ਰਸਨਾ ਦੁਆਰਾ ਵਰਦੀ ਹੈ, ਉਹਨੂੰ ਵੀ ਸੀਤ ਪ੍ਰਸ਼ਾਦ ਕਿਹਾ ਜਾਂਦਾ। ਕਿਆ ਉਗਤ ਨੁਗਤ ਕਰ ਜਾਣੀ ਹੈ, ਉੱਥੇ ਨੁਕਤਾ ਤਾਂ ਬੜਾ ਹੈ। ਮੈਂ ਕਹਿਤਾ ਸੀ ਕੋਈ ਧਾਰਨਾ ਪੜ੍ਹਨੀ ਹੈ, ਮਸਤੀ ਚੜ੍ਹ ਗਈ, ਮਸਤੀ ਚੜ੍ਹੀ ਵਿੱਚ ਕੀ ਹੋਇਆ ਹੈ, ਅਤੇ ਉਹਨੇ ਜਾਪ ਸ਼ੁਰੂ ਕਰ ਦਿੱਤਾ, ਜਿਹੜਾ ਮਨਸੂਰ ਆਪਦੀ ਭੈਣ 'ਤੇ ਕਿ ਕੀ ਆਖਾਂ ਮੈਂ, ਉੱਥੇ ਬਹੁਤ ਕੁਛ ਉਲਟਾ, ਫਕੀਰ ਦੇ ਖਿਲਾਫ ਆਪਦੀ ਭੈਣ ਵਿੱਚ ਦੋਸ਼, ਵਹੇ ਆਹੇ ਨਾ ਭਰੀ। ਪਰ ਇਹ ਗੱਲ ਉਹਨੂੰ ਮਸਤੀ ਕੀ ਚੜ੍ਹੀ, ਇੱਕੋ ਹੀ ਇੱਕ ਟੁਕੜੇ ਨੇ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ। ਆਵਾਜ਼ ਕੀ ਸੀ, ਅਨਲ ਹੱਕ, ਅਨਲ ਹੱਕ, ਅਨਲ ਹੱਕ, ਕੱਜ ਕੇ ਬੋਲੋ, ਅਨਲ ਹੱਕ। ਮੈਂ ਖੁਦ ਖੁਦਾ ਹੂੰ, ਖੁਦਾ ਹੂੰ, ਕਿਆ ਕਮਾਲ ਸੀ, ਖੁਦ ਖੁਦਾ ਹੂੰ। ਬਈ ਕੱਲ੍ਹ ਵੀ ਮੈਂ ਇੱਕ ਬਾਸੂ ਆਪਦੀ ਰਚੀ ਬੋਲਿਆ ਸੀ ਕਿ ਨਾਲ ਫਕੀਰਾਂ ਦੇ ਮਤੇ ਪਕਾ ਕੇ ਦੋਸਤੀ ਪਾ ਲਈ ਪਾ ਕੇ, ਹੁਣ ਪੈਰ ਪਿੱਛੇ ਕੀ ਤਰਨਾ, ਦੁੱਖ ਸੁੱਖ ਭੁੱਖ ਤਿਹਾਇਆ ਕੱਟਣੇ, ਫਕਰਾਂ ਨੂੰ ਕੋਈ ਡਰਨਾ, ਦੁੱਖ ਵੀ ਹੋ, ਸੁੱਖ ਵੀ ਹੋ, ਭੁੱਖ ਵੀ ਹੋ, ਪਿਆਸ ਵੀ ਹੋ, ਗਰਮੀ ਹੋਵੇ, ਸਰਦੀ ਹੋਵੇ, ਹੁਣ ਪੈਰ ਪਿੱਛੇ ਕੀ ਤਰਨਾ। ਇਹ ਤਾਂ ਸੋਚ ਕੇ ਸਮਝ ਕੇ ਦੋਸਤੀ ਪਾਉਣੀ ਸੀ ਪਿਆਰ ਨਾਲ। ਅਨਲ ਹੱਕ, ਲਓ ਜੀ ਉੱਥੋਂ ਸ਼ੁਰੂ ਹੋ ਗਿਆ ਅਨਲ ਹੱਕ। ਮੈਂ ਖੁਦ ਖੁਦਾ ਹਾਂ, ਵਾਹਿਗੁਰੂ ਵਾਹਿਗੁਰੂ ਕਿਸੇ ਦਾ ਆਪੇ ਹੀ ਚੱਲ ਪਵੇ, ਅੱਲਾ ਅੱਲਾ, ਯਾ ਅੱਲਾ, ਯਾ ਅੱਲਾ, ਅਨਲ ਹੱਕ, ਆਪਣੇ ਆਪ ਸ਼ਬਦ ਦਿਨ ਰਾਤ ਨਦੀ ਦਾ ਵਹਿਣ, ਲੋਕੀ ਲਾਗੇ ਉਹਦੇ ਵਿੱਚ, ਅਤੇ ਬਾਦਸ਼ਾਹ ਦੀ ਲੜਕੀ ਦਾ ਨਾਮ ਵੀ ਅਨਲ ਹੱਕ, ਕਾਜੀ ਦੀ ਇਹ ਲੜਕੀ ਦਾ ਵੀ ਨਾਮ ਅਨਲ ਹੱਕ, ਖੁਦ ਖੁਦਾ ਦਾ ਨਾਮ ਵੀ ਅਨਲ ਹੱਕ, ਤਿੰਨ ਚੀਜ਼ਾਂ ਤਰਵੈਣੀ ਬਣ ਗਈ। ਲੋਕ ਲਾਗੇ ਜੀ ਮਿਹਣੇ ਤਾਨੇ ਮਾਰਨ, ਬਸ ਇੱਥੇ ਤੱਕ ਚਲੀ ਗਈ ਗੱਲ। ਬਾਦਸ਼ਾਹ ਨੇ ਕੈਦੀ ਕਰਾਉਣ ਤੱਕ ਲੋਕਾਂ ਨੇ ਕਿਹਾ ਤੇਰੀ ਲੜਕੀ 'ਤੇ ਇਹਨੇ ਬਦ ਨਜ਼ਰ ਕਰ ਲਈ ਹੈ। ਕੱਲ੍ਹ ਦੀ ਸੁਣੀ ਸੀ ਮਜਨੂੰ ਦੀ ਅਤੇ ਲੇਲਾਂ ਦੀ, ਗੱਜ ਕੇ ਬੋਲੋ, ਆਹ ਆਨੰਦ ਹੋ ਰਹੀ ਵੱਜ ਗਿਆ।
ਆ ਹੋ ਰਹੀ ਵੱਜੇ ਕਿਆ ਉੱਥੇ ਅਨਿਲ ਹੱਕ, ਅਨਿਲ ਹੱਕ ਇੱਕ ਫਕੀਰ, ਤੁਸੀਂ ਵੀ ਸਿਆਣਿਆਂ ਨੇ ਦੇਖਿਆ ਹੋਊਗਾ, ਅਲਫ ਦਿਗੰਬਰ ਸੀ, ਬੀ ਏ ਕੀਤੀ ਸੀ ਉਹਦੀ, ਖੰਨੇ ਮੈਂ ਉਹਦੇ ਦਰਸ਼ਨ ਕਰਦਾ ਬੰਬੀ, ਡਾਕਟਰ ਦਾ ਲੜਕਾ ਸੀ, 2 ਸਾਲ ਏਅਰਪੋਰਟ 'ਤੇ ਰਹਿ, ਫਿਰ ਪੈਲਟ ਬਣ ਗਿਆ, 2 ਸਾਲ ਸਰਵਿਸ ਵੀ ਕੀਤੀ, ਉਹਦੀ ਭੈਣ ਦਾ ਨਾਮ ਬੰਬੀ ਸੀ, ਉਹ ਅਲਫ ਨਗਨ ਐਂ ਉੱਧਰ ਚਲੇ ਜਾ ਬੰਬੀ, ਆ ਉਹਦਾ ਆਵਾਜ਼ ਹੁੰਦਾ, ਲੋਕਾਂ ਨੇ ਕਹਿਣਾ ਉਹਦੀ ਭੈਣ ਦਾ ਹੀ ਨਾਂ ਲਈ ਜਾਂਦਾ ਹੈ ਬੰਬੀ, ਸਾਰਾ ਬਾਜ਼ਾਰ ਮੂਹਰੇ ਰੱਖ ਦਿਓ, ਉਹਨੇ ਅੰਗੀਕਾਰ ਨਹੀਂ ਕਰਨਾ। ਮੌਜ ਆਈ ਜੇ ਬਾਬਾ ਜੀ ਬੈਠੇ ਨੇ, ਕੋਈ ਦੁੱਧ ਦਾ ਗਲਾਸ ਪੀਂਦਾ, ਚਾਹ ਉਦੋਂ ਘੱਟ ਸੀ, ਐਂ ਫੜ ਲੈ, ਫੜ ਕੇ ਇੱਥੋਂ ਮੋਢੇ ਤੋਂ ਫੜ ਲੈਣਾ, ਮੈਂ ਤਾਂ ਸੰਤਾਂ ਦਾ ਜੇ ਮੋਢਾ ਫੜ ਲਿਆ ਲੋੜਾ ਨਹੀਂ ਆ ਗਿਆ ਹੈ, ਤੁਹਾਡਾ ਤਾਂ ਨਹੀਂ ਫੜਿਆ ਮੋਢਾ ਕਿਸੇ ਦਾ ਗਿਆ, ਐਂ ਉਹਨੇ ਐਂ ਗੇੜਾ ਦੇ ਦੇਣਾ, ਆਪੇ ਸਮਝ ਲਿਓ ਗੇੜਾ ਚਮੜੀ ਨੂੰ, ਮੈਂ ਸ਼ਬਦ ਤਾਂ ਹੋਰ ਵਰਤ ਸਕਦਾ, ਸਿੱਧਾ ਜਾਣ ਕੇ ਬੋਲਿਆ ਮੈਂ, ਐਂ ਗੇੜਾ ਉਰੇ ਫੜਾ ਹੋਏ, ਉਹ ਤੋਂ ਫੜ ਕੇ ਪਿਆਲੀ, ਇਹ ਨਹੀਂ ਕਿ ਜੂਟੀ ਹੈ ਕਿ ਸੁੱਚੀ ਹੈ, ਲੈਣਾ ਨਾ ਦੇਣਾ, ਬਸ ਚੁੱਪ ਗਟਾ ਗੱਟ ਪੀ ਕੇ ਆਹ ਗਿਆ ਬੰਬੀ, ਆਹ ਗਿਆ ਨੌ ਕੀ ਹੈ ਬੰਬੀ ਆਪਦੀ ਭੈਣ। ਫਿਰ ਡਾਕਟਰ ਸਾਹਿਬ ਨੇ ਸਾਰੇ ਸ਼ਹਿਰ ਵਿੱਚ ਕਹਿ ਦਿੱਤਾ ਸੀ, ਕਿਸੇ ਦਾ ਇਹ ਨੌਜਵਾਨ ਬਾਲਕ ਸਾਧੂ ਬਣ ਗਿਆ, ਪਤਾ ਨਹੀਂ ਮੇਰੇ ਹੱਕ ਤੋਂ ਮੇਰੇ ਖਿਆਲਾਂ ਤੋਂ ਬਾਹਰ ਹੈ, ਜੇ ਕਿਸੇ ਦਾ ਨੁਕਸਾਨ ਕਰ ਦਿੱਤਾ ਇਹਨੇ, ਤੁਸੀਂ ਮੇਰੇ 'ਤੇ ਹਰਜ਼ਾਨਾ ਲੈ ਲਿਓ। ਮੈਂ ਫਕੀਰ ਦੇ ਬਹੁਤ ਦਰਸ਼ਨ ਕੀਤੇ ਨੇ, ਵਾਹ 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 ਮੌਜ਼ ਫਕੀਰਾਂ ਦੀ, ਅੱਜ ਉਹ ਫਕੀਰ ਦੀ ਅਨਿਲ ਹੱਕ ਉਹ ਬੰਬੀ ਆ ਗਈ, ਬੰਬੀ ਉੱਧਰ ਤੁਰ ਗਏ, ਬੰਬੀ ਇੱਧਰ ਲੰਘੇ, ਬੰਬੀ ਫਿਰ ਉਹ ਸਰੀਰ ਵੀ ਕਿਵੇਂ ਛੱਡਿਆ ਅੱਗੀ। ਮੈਂ ਇਸੇ ਪ੍ਰਮਾਣ ਨਾਲ ਇੱਥੇ ਹੀ ਇਹਨੂੰ ਮੈਂ ਕੁੰਡੀ ਮਰੋੜਦਾ, ਅਨਿਲ ਹੱਕ ਅਨਿਲ ਹੱਕ ਐਸਾ ਸ਼ਬਦ ਚੱਲਦਾ ਹੈ। ਤੋ ਗੱਲ ਉਸ ਨੂੰ ਬਾਦਸ਼ਾਹ ਨੇ ਕਿਹਾ, ਮੇਰੀ ਲੜਕੀ ਦਾ ਕਿਉਂ ਨਾਂ ਲੈਂਦੇ ਤੂੰ, ਉਹਦੇ ਹੱਥ ਕੜੀਆਂ ਲਾ ਲਈਆਂ ਸਰਮਦ ਫਕੀਰ ਵਾਂਗ, ਬੇੜੀਆਂ ਲਾ ਲਈਆਂ, ਬੰਨ ਲਿਆ, ਜਾਂ ਤਾਂ ਅਨਿਲ ਹੱਕ ਕਹਿਣਾ ਛੱਡ ਦੇ, ਤੂੰ ਮੇਰੀ ਲੜਕੀ ਨੂੰ ਬਦਨਾਮ ਕਰਦੇ। ਉਹ ਕਹਿਣ ਲੱਗਾ, ਮੇਰੀ ਭੈਣ ਕੀ ਸੀ, ਆ ਮੇਰੀ ਕਾਜੀ ਕਹੇ ਸ਼ਾਹੀ ਮਾਮੀ ਕਾਜੀ ਹੋਵੇ, ਉਹ ਕਹਿੰਦਾ ਇਹ ਆਪਦੀ ਭੈਣ ਦਾ ਨਾਂ ਲਈ ਜਾਂਦਾ, ਮੈਂ ਇਹਨੇ ਉਦੋਂ ਵੀ ਜ਼ਿਆਦਾ ਮਾਰ ਲਿਆ। ਦੋਨਾਂ ਦੀ ਪਾਰਟੀ ਇਕੱਠੀ ਹੋ ਗਈ, ਇੱਕ ਪਲੜਾ ਵੱਜ ਗਿਆ, ਅੱਛਾ ਇਉਂ ਕਰੋ ਇਸ ਫਕੀਰ ਨੂੰ ਨਾਪਾਕ ਕਰਕੇ ਖਤਮ ਕਰ ਦਿਓ, ਪਾਕ ਅਗਨੀ ਵਿੱਚ ਜਾਲ ਦਿਓ, ਸਾੜ ਦਿਓ। ਉਹਦੀ ਚਿਖਾ ਤਿਆਰ ਕੀਤੀ ਗਈ, ਚਿਖਾ ਤਿਆਰ ਕਰਕੇ ਅਗਨੀ ਲਾ ਦਿੱਤੀ, ਪਾਕ ਨਹੀਂ ਨਾ, ਇਹਨੂੰ ਦਫਨਾਉਣਾ ਨਹੀਂ ਹੈ, ਇਹਨੂੰ ਚਿਖਾ 'ਤੇ ਚਾੜ ਕੇ ਮਾਰੋ ਸੀਖ, ਅਗਨੀ ਲਿਆਓ, ਲਾਟਾਂ ਵਗਦੀਆਂ ਨੇ, ਉਹਦੀ ਸੁਆਹ ਹੋ ਗਈ, ਜਦੋਂ ਰਾਖ ਬਣ ਗਈ, ਜਿਵੇਂ ਸਨਾਤਨ ਧਰਮ ਹਿੰਦੂ ਧਰਮ ਸਿੱਖ ਧਰਮ ਫੁੱਲ ਚੁਗਦੇ ਆ ਨਾ ਚੁਗੋ ਇਕੱਠੇ ਕਰ ਦਿਓ। ਚਲੋ ਤੁਸੀਂ, ਮੈਂ ਆਪਦਾ ਵਿਚਾਰ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਕਰਨਾ, ਸਿੱਧ ਕਰਨ ਵਾਸਤੇ ਐਂ ਚੁਗਦੇ ਹਾਂ, ਤਾਂ ਉਹਦੇ ਜਿਹੜਾ ਸਰੀਰ ਸੀ, ਬਦਨ ਸੀ, ਰਾਖ ਬਣਿਆ ਸੀ, ਉਹਦੀ ਰਾਖ ਵਿੱਚੋਂ ਵੀ ਆਵਾਜ਼ ਅਨਿਲ ਹੱਕ ਦੀ ਆ ਰਹੀ, ਤਾਂ ਹੀ ਪੜੇ ਅਨਿਲ ਹੱਕ। ਉਹ ਮੈਂ ਤਾਂ ਮਾਰ ਲਿਆ ਬਾਦਸ਼ਾਹ, ਅਤੇ ਐ ਸ਼ਾਹੀ ਇਮਾਮੀ ਕਾਜੀ ਉਹ ਅਜੇ ਵੀ ਨਹੀਂ ਮਰਿਆ, ਆਸ਼ਿਕ ਨਹੀਂ ਮਰਦੇ, ਆਸ਼ਿਕ ਨਹੀਂ ਮਰਦੇ, ਆਸ਼ਿਕ ਨਹੀਂ ਮਰਦੇ, ਆਸ਼ਿਕ ਨਹੀਂ ਮਰਦੇ।
ਲੱਗਿਆ ਤਾਂ ਅਸੀਂ ਇਹਦਾ ਢੋਲਾ ਬਣਾਉਣ। ਮੈਂ ਕਿਹਾ ਤੋਤੇ ਗਾਇਆ ਨਹੀਂ ਜਾਣਾ, ਥੋੜ੍ਹੀ ਜਿਹੀ ਪੰਗਤੀ ਸਾਰ ਅਸੀਂ ਹੱਥ 'ਚ ਵੀ ਰੱਖਦੇ ਹਾਂ। ਕੱਲ੍ਹ ਢੋਲਾ ਕਹਿਤਾ ਸੀ ਪਰ ਚੱਕਿਆ ਨਹੀਂ ਜਾਣਾ। ਸਾਜੀ ਹਿਸਾਬ ਵਾਲੇ ਹੀ ਨੇ, ਕੰਮ ਹਿਸਾਬ ਨਾਲੇ, ਕਿਉਂਕਿ ਸਿਆਣੇ ਅਤੇ ਬਾਕੀ ਜੇ ਕਦੀ ਅਲਕ ਬਹਿੜੇ ਵੀ ਜੋੜ ਲਈਏ ਕੰਮ ਉਹਨਾਂ ਤੋਂ ਵੀ ਲੈ ਲਈਦਾ। ਦੇਖ ਲਿਆ ਵਿੱਚ ਪਾ ਕੇ ਆਸ਼ਿਕ ਨਹੀਂ ਮਰਦੇ, ਦੇਖ ਲਿਆ ਵਿੱਚ ਆਸ਼ਿਕ ਨਹੀਂ ਮਰਦੇ, ਦੇਖ ਲਿਆ ਦੇਖ ਲਿਆ ਵਿੱਚ ਪਾ ਕੇ ਆਸ਼ਿਕ ਨਹੀਂ ਮਰਦੇ, ਦੇਖ ਲਿਆ ਇਹ ਜਵਾ ਕੇ ਆਸ਼ਿਕ ਨਹੀਂ ਮਰਦੇ। ਗੱਜ ਕੇ ਕਬੀਰ ਮਰਦਾ ਮਰਦਾ ਜਗ ਨਹੀਂ ਮਰਦੇ। ਜਿਹੜੇ ਫਕਰ ਫਕੀਰ ਗੁਰੂ ਸਾਹਿਬ ਜੀ ਨੇ ਕਿ ਨਾਮ ਰਹੇ ਹੋ ਕਹਿੰਦੇ ਹੋ ਗਏ, ਬਥੇਰੇ ਭੋਗਾਂ 'ਤੇ ਜਾਂਦੇ ਹੋ, ਇੱਥੇ ਤੰਦੂਆ ਪੈਂਦਾ, ਹੋ ਜਾਓ ਤਿੱਖੇ ਥੋੜ੍ਹੇ ਜਿਹੇ, ਆਖੋ ਨਾਮ ਰਹੇ ਹੋ। ਹੱਕੇ 'ਤੇ ਬੜੇ ਤੁਰਦੇ ਨੇ, ਜੇ ਹਾਰ ਲਾ ਲਈ ਉਦੋਂ ਵੀ ਤੇਜ਼ ਹੋਣਗੇ, ਹੁਣ ਜਿਉਂ ਜਿਉਂ ਦਿਨ ਛਿਪਦਾ ਤਿਉਂ ਤੋਂ ਚੌਕਸ ਹੋ ਬੈਠਦੇ ਨੇ। ਟਾਈਮ ਰੋਜ਼ ਨਹੀਂ ਮਿਲਦੇ ਇਹ ਜੀ। ਇਹ ਨਗਰ ਨਿਵਾਸੀਆਂ ਨੂੰ ਪੁੱਛੋ, ਇਹ ਪ੍ਰਬੰਧਕਾਂ ਨੂੰ ਪੁੱਛੋ, ਇੱਕ ਸਾਰਿਆਂ ਨਾਲ ਸਾਡੀ ਜਥੇਦਾਰਨੀ ਬਹੁਤ ਤੇਜ਼ ਹੈ, ਜਿਹੜੀ ਸਭ ਨੂੰ ਇਹ ਪਿੱਛੋਂ ਹੱਕੀ ਜਾਂਦੀ ਹੈ, ਫਿਰ ਬਹੁਤ ਤੇਜ਼ ਹੈ। ਨਹੀਂ ਤਾਂ ਮੈਂ ਟਰਾਲਾ ਵੀ ਲਾ ਦਿੰਦਾ ਦੀਵਾਨਾਂ ਦਾ, ਪਰ ਇੱਥੇ ਟਰਾਲ ਫਲ ਕੋਈ ਨਹੀਂ ਹੈ ਮੇਰੀ। ਹੁਣ ਮੈਂ ਕਹਿੰਦੇ ਇਹਨੂੰ ਕੀ ਕਰੀਏ, ਪਾਣੀ 'ਚ ਸਿੱਟੀਏ? ਨਹੀਂ ਨਹੀਂ, ਸ਼ੀਸ਼ਿਆਂ 'ਚ ਪਾ ਲਿਆ। ਉਹ ਰਾਖ ਥੋੜ੍ਹਾ ਥੋੜ੍ਹਾ ਕਰਕੇ ਬਰੀਕਾ ਪੀਸ ਕੇ, ਕਹਿੰਦੇ ਆਵਾਜ਼ ਨਾ ਆਵੇ। ਅਚਨਚੇ ਤੋਂ ਹੀ ਅਨਿਲ ਹੱਕ ਇੱਕ ਦਿਨ ਰਾਜ ਮਹਿਲਾਂ ਵਿੱਚ ਇੱਕ ਅਲਮਾਰੀ ਵਿੱਚ ਜਿੱਥੇ ਬੰਦ ਸੀ ਉਹ ਸ਼ੀਸ਼ੀਆਂ ਚਲੀ ਗਈ, ਇਹਦੇ ਚੂਰਨ ਤੋਂ ਨਹੀਂ, ਚੂਰਨ ਤੋਂ ਨਹੀਂ। ਉਹਨੇ ਗੱਲ ਮਕਾਓ ਇੱਕ ਸ਼ੀਸ਼ੀ ਦੇਖ ਕੇ, ਕਈ ਦਫ਼ਾ ਆਪਾਂ ਨੂੰ ਭੁਲੇਖਾ ਪੈ ਜਾ, ਇਹ ਸ਼ੀਸ਼ੀ 'ਚ ਕੀ ਹੈ, ਇਹਦੇ 'ਚ ਕੀ ਹੈ। ਜਦੋਂ ਕੱਢਿਆ ਥੇਲੀ 'ਤੇ ਰੱਖ ਕੇ ਫੱਕਾ ਮਾਰਿਆ, ਅੰਦਰ ਨਿਘਾਰ ਲਿਆ, ਉਸ ਤੋਂ ਬਾਅਦ ਉਸਨੂੰ ਸ਼ਮਸ਼ ਤਬਰੇਜ਼ ਪੁੱਤਰ ਦੀ ਪ੍ਰਾਪਤੀ ਹੋ ਗਈ। ਆਸ਼ਕ ਨਹੀਂ ਮਰਦੇ, ਉਹਨੇ ਜੰਮਦੇ ਨਹੀਂ। ਇਹੀ ਜਾਪ ਸ਼ੁਰੂ, ਅਨਿਲ ਹੱਕ ਅਨਿਲ ਹੱਕ ਅਨਿਲ ਹੱਕ, ਇੰਨਾ ਹੀ ਬਹੁਤ ਹੈ। ਲਓ ਹੁਣ ਆਪੋ ਆਪਣੇ ਘਰਾਂ ਨੂੰ ਮੁੜ ਪੋ, ਪਿਆਰ ਦਾ ਸਬੂਤ ਦਿਓ। ਆਹ ਦੇਖੋ ਸਾਧੂ ਰੱਬ ਵਰਗੇ,
ਭਲਾ ਸਾਰੇ ਜੱਗ ਦਾ ਗੁਰੂ ਸਾਗਰ ਮਸਤੂਆਣਾ ਸਾਹਿਬ ਜਦੋਂ ਆ ਗਿਆ ਹਾਥੀ ਦੀ ਪੈੜ 'ਚ ਸਾਰੇ ਹੀ ਸਾਧੂ ਆ ਗਏ। ਔਰ ਹੁਣ ਪਿਆਰ ਦਾ ਸਬੂਤ ਇਹੀ ਹੈ ਕਿ ਆਪ ਗੱਜ ਕੇ ਉਹਨਾਂ ਹੀ ਧੁਨਾਂ ਵਿੱਚ ਆਨੰਦ ਸਾਹਿਬ ਆਨੰਦ ਪਰਿਪੂਰਨ ਅਵਸਥਾ ਇਹਦੀ ਸਾਂਝੀ ਬਾਲਤਾ 'ਚ ਪਿਆਰ ਦਾ ਸਬੂਤ ਦਿਓ। ਔਰ ਮੈਂ ਗੁਰਸਿੱਖ ਵੀਰਾਂ ਨੂੰ ਸਨਾਤਨ ਧਰਮ ਦੇ ਗੜ੍ਹ ਨੂੰ ਵੀ ਵੇਦ ਕਿਤੇਬ ਚਾਹੇ ਕੋਈ ਜੈਨੀ ਹੈ ਬੋਧੀ ਹੈ ਈਸਾਈ ਹੈ ਮਸਾਈ ਹੈ ਮੁਹੰਮਦਨ ਹੈ ਬੀਬੀਆਂ ਭੈਣਾਂ ਨੂੰ ਖਾਸ ਕਰਕੇ ਮੈਂ ਉਹ ਮੇਰੇ ਯਾਦ ਹੈ ਸਭ ਕਿ ਕੁਰਾਨ ਸ਼ਰੀਫ ਜਿਵੇਂ ਸਾਡੀਆਂ ਬੀਬੀਆਂ ਬੈਠੀਆਂ ਨੇ ਜਪਜੀ ਸਾਹਿਬ ਜਾਪ ਸਾਹਿਬ ਹੋਰ ਪੰਜ ਗ੍ਰੰਥੀ ਦਸ ਗ੍ਰੰਥੀ ਬਾਈ ਬਾਰਾਂ ਭਾਗ ਗੁਰੂ ਗ੍ਰੰਥ ਸਾਹਿਬ ਦਾ ਪਾਠ ਇਸ ਤਰ੍ਹਾਂ ਇਸ ਨਗਰ ਵਿੱਚ ਵੀ ਬੀਬੀਆਂ ਭੈਣਾਂ ਮਾਈ ਲੋਕ ਵੀ ਮੇਰੇ ਸਤਿਕਾਰਯੋਗ ਕੁਰਾਨ ਸ਼ਰੀਫ ਦੇ ਸੁੰਦਰ ਪਾਠੀ ਗਿਆਨੀ ਜਿਸ ਤਰ੍ਹਾਂ ਕਹਿੰਦੇ ਹਨ ਗਿਆਨੀ ਪੁਰਸ਼ ਵੀ ਬੈਠੇ ਨੇ ਸਾਰਿਆਂ ਸੱਜਣਾ ਵੀਰਾਂ ਦਾ ਮੈਂ ਆਪਦੇ ਦਿਲੋਂ ਵੀ ਜਿਹਨੂੰ ਤੈਅ ਦਿਲੋਂ ਕਹਿੰਦੇ ਨੇ ਬਹੁਤ ਸਤਿਕਾਰ ਲੈ ਕੇ ਚੱਲਿਆ ਕਿ ਇਹ ਰੂਹਾਂ ਕਿੱਥੇ ਵਸਦੀਆਂ ਜਿਹੜਾ ਰੱਬ ਦਾ ਰਸਤਾ ਦੱਸਦੀਆਂ ਇਹ ਰੂਹਾਂ ਕਿੱਥੇ ਨਹੀਂ ਮੈਂ ਪੜ੍ਹ ਵੀ ਦਿੰਦਾ ਇੱਥੇ ਬਚਣਾ ਹੈ ਹੀ ਨਹੀਂ ਉਹ ਕੰਮ ਚੂ ਕਿਤੇ ਦੋ ਚਾਰ ਦਿਨਾਂ ਨੂੰ ਐਂ ਨਾ ਕਹਿ ਦੀ ਸਿਉਣੇ ਵਾਲਾ ਝਿੜਕਦਾ ਹੈ ਗੁਣ ਸਿੱਖਿਆ ਕਰੋ ਕੋਈ ਚੱਜ ਸਿੱਖ ਲੈ ਕੇ ਕੋਈ ਚੱਜ ਸਿੱਖਣਾ ਪੈਂਦਾ ਜਿਸ ਦੀ ਦਰਗਾਹ ਵਿੱਚ ਨਹੀਂ ਨਕਲਾਂ ਬਥੇਰੇ ਕਰਦੇ ਨੇ ਹੁਣ ਸਿਉੜੇ ਵਾਲੇ ਨਕਲ ਨਹੀਂ ਕਰਨ ਦੇ ਨਾ ਕਰਦਾ ਥੋੜ੍ਹੀ ਬਹੁਤੀ ਕਰ ਲੂ ਕੋਈ ਨਾ ਇਹ ਪਿਆਰ ਮੈਂ ਪੜ੍ਹਨਾ ਜ਼ਰੂਰ ਸੀ ਹੁਣ ਦਾਦਰਾ ਤਿੰਨ ਤਾਰਾ ਜਾਂ ਸੱਤ ਤਾਰਾ ਤਾਂ ਇੱਥੋਂ ਵੱਜਣਾ ਨਹੀਂ ਹੈਗਾ ਇਸ ਕਰਕੇ ਮੈਂ ਹੁਣ ਇੱਥੇ ਹੀ ਐਂ ਕੀ ਕਹਿੰਦੇ ਹੁੰਦੇ ਨੇ ਐਂ ਐਂ ਚਾਬੀ ਲਾ ਦੀਏ ਔਰ ਪਿਆਰ ਵਿੱਚ ਇਹੋ ਬਿਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਫਰੀਦਾ ਚਿੰਤ ਖਟੋਲਾ ਮੇਰਾ ਕੈਸਾ ਟਿਕਾਣਾ ਹੈ ਬਾਣ ਦੁੱਖ ਬਿਰਹੋਂ ਵਿਛਾਵਣ ਲੇਪ ਬਿਰਹਾ ਤਾਂ ਕਿਆ ਬਿਰਹਾ ਬਿਰਹਾ ਕੀ ਹੈ ਬਿਰਹਾ ਵਿਛੋੜਾ ਬਿਰਹੋਂ ਪਿਆਰ ਮੈਂ ਪਿਆਰ ਦਾ ਤਾਂ ਬਿਸਤਰਾ ਵਿਛਾਇਆ ਬਾਣ ਪਾਇਆ ਦੁੱਖਾਂ ਦਾ ਚਿੰਤਾ ਦਾ ਖਟੋਲਾ ਬਾਹਾਂ ਸੇਰਵੇ ਪਾਵੇ ਬਣਾਏ ਨੇ ਔਰ ਆਰਾਮ ਕਿੱਥੇ ਕਰਨਾ ਸੂਲਾਂ ਦੇ ਵਿਛਾਉਣੇ ਬਣ ਉਹ ਸੱਥਰਾਂ 'ਤੇ ਸੌਣ ਵਾਲੇ ਦੀ ਖੇੜੀ ਜਿੰਦ ਰਹਿ ਨਹੀਂ ਸਕਦੀ ਤੇਰੇ ਤਾਂ ਬਾਝ ਪਿਆਰੇ ਜਿੰਦੜੀ ਵੀ ਰਹਿ ਨਹੀਂ ਸਕਦੀ ਇਹ ਮੇਰੀ ਵਸਤੂ ਲਿਖੀ ਹੋਈ ਹੈ ਯਾ ਪੱਟ ਖੇੜਿਆਂ ਦਾ ਰਹਿਣਾ ਸਿੱਖ ਧਰਮ ਦੇ ਸੱਜਣੋ ਤੁਹਾਤੋਂ ਸਵਾਲ ਕਰਨ ਤੋਂ ਪਹਿਲਾਂ ਮੇਰੇ ਕੋਲ ਜਵਾਬ ਪਹਿਲਾਂ ਘੜਿਆ ਹੋਇਆ ਹੋਇਆ ਯਾਰ ਨੇ ਦਾ ਸਾਨੂੰ ਇਹ ਨਾ ਪੜ੍ਹਿਓ ਤੁਸੀਂ ਪਹਿਲਾਂ ਫਿਰ ਦੇਖਿਓ ਜੇ ਸਿਉੜੇ ਵਾਲੇ ਨੇ ਕਾਵਿ ਵਿੱਚ ਪੜ੍ਹ ਦਿੱਤਾ ਸੱਥਰਾਂ 'ਤੇ ਸੌਣ ਵਾਲੇ ਦੀ ਖੇੜੀ ਪੱਟ ਖੇੜਿਆਂ ਦਾ ਮੈਂ ਤਾਂ ਖੇੜੇ ਹੀ ਕਿਹਾ ਖੇੜੀ ਕਿਹਾ ਉਹ ਖੇੜੇ ਨੂੰ ਆਨੰਦਪੁਰੀ ਕੈਸੀ ਸੀ ਆ ਪਿਆਰ ਦਾ ਸਬੂਤ ਦਿਓ ਯਾਰੜੇ ਦਾ ਸਾਨੂੰ ਲੱਗਦਾ ਯਾਰੜੇ ਦਾ ਸੱਥਰ ਚਿੰਤ ਖਟੋਲਾ ਬਾਣ ਦੁੱਖ ਬਿਰਹੋਂ ਵਿਛਾਵਣ ਲੇਪ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਪੜ੍ਹੋ ਗੱਜ ਕੇ ਬੋਲੋਂਗੇ ਦੱਸ ਦਿਓ ਹੁਣੇ ਤਾਂ ਮੈਂ ਸੁਰ ਤਾਂ ਦੀ ਚੁੱਕ ਲਾਂ ਨਹੀਂ ਫਿਰ ਸਾਨੂੰ ਸਭ ਕੁਛ ਆਉਂਦਾ ਹੀ ਹੈ ਬੀਬੀ ਉਹ ਗੱਜ ਕੇ ਬੋਲਿਓ ਪਿਛਲੇ ਵੀ
ਕੋਈ ਰਹਿ ਨਾ ਜਾ, ਇੱਥੇ ਮੈਂ ਕਿ ਇੱਕ ਫੜਾਇਆ ਹੋਇਆ ਇੱਧਰ, ਨਹੀਂ ਤਾਂ ਮਹਿਕ ਵਾਲੀਆਂ ਗੱਲਾਂ, ਮੈਂ ਕੀ, ਮੈਂ ਕੀ, ਮਹਿਕ ਮੈਂ ਕੀ, ਮੈਂ ਕੀ, ਕੌਣ ਹੈ ਤੂੰ? ਆ ਬਸ ਆਹੀ ਕੋ ਭੁੱਲਿਆ ਫਿਰਦਾ ਵੀ ਮੈਂ ਹਾਂ ਕੌਣ, ਮਨ ਤੂੰ ਜੋਤ ਸਰੂਪ, ਤੂੰ ਲੁਕਿਆ ਛਿਪਿਆ ਰੱਬ ਹੈ, ਬਸ ਇੰਨਾ ਹੀ ਫਰਕ ਹੈ। ਰਾਮ ਕਲੀ ਮਹੱਲਾ ਤੀਜਾ ਤਾਹਨੂੰ ਕੰਸੀਆਂ ਨੂੰ ਬਜਾਓ, ਆਇਆ ਨਾ ਕਰੀ ਜਾਇਆ ਕਰੋ, ਜਵਾਕਾਂ ਮੰਗ ਜਿਵੇਂ ਪਾਲਾ ਲੱਗਦਾ ਹੁੰਦਾ, ਇਹ ਖੜਕਾ ਖੜਤਾਲ ਹੈ, ਉੱਚੇ ਚੱਕਿਆ ਕਰੋ ਤਾਂ ਪਾਪ ਖੰਡਣ ਵਾਲੇ, ਤੁਸੀਂ ਵੀ ਬਜਾ ਲਈਏ ਕਿ ਨਾ, ਮਰ ਗਏ ਕਿ ਨਹੀਂ, ਹੈਗੇ ਕਿ ਨਹੀਂ, ਕਰਦੇ ਹੈਗੇ ਕਿ ਨਹੀਂ, ਖਾਨੀ ਹੈਗੇ ਖਾਨੀ ਨਹੀਂ, ਉਹ ਘਰ ਵਾਲੀ ਬੈਠੀ ਆ, ਉਹ ਬੈਠੀ ਹੈ, ਪਰ ਇਹਨੂੰ ਚੱਕ ਲਿਆ ਕਰ ਤਾਂ, ਕੋਈ ਸ਼ਰਮ ਨਹੀਂ ਆਉਂਦੀ, ਉਹ ਬੈਠੀ ਆ, ਉਹ ਛੀਨੀਆਂ ਵਾਲੀ ਆ, ਉਹ ਦੇਖ ਚੰਗਾ ਤਕੜਾ ਹੋ ਕੇ ਚੱਕਿਆ ਕਰ, ਇਹਨੂੰ ਨਹੀਂ ਚੱਕਿਆ ਜਾਂਦਾ ਹੋਰ ਨੂੰ ਮੂੰਹ ਕਰ ਫੜਾ ਦਿਆ ਕਰੋ, ਤੁਸੀਂ ਬੰਨਿਆ ਤਾਂ ਨਹੀਂ ਹੈ, ਹੋ ਤਕੜੇ। ਰਾਮ ਕਲੀ ਆਨੰਦ ਪਿਆ ਮੇਰੀ ਸੱਜ ਕੇ, ਹੋਵੇ ਕੁਝ ਕਿਆ ਨਹੀਂ ਕਰ, ਸਦਾ ਸਿਫਤ ਸਲਾਗਰ ਤੇਰੀ, ਉਹ ਕਹਿੰਦੇ ਨਾਨਕ ਸੱਚੇ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੰਤ ਸਾਈ ਜੀ ਕੇ ਭਾਵ ਜਲ ਤਾਰਨਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਤਨਾਸਰੀ ਮਹਲਾ ਪੰਜਵਾ, ਭਏ ਕਿਰਪਾਲ ਦਿਆਲ ਗੋਵਿੰਦਾ, ਅੰਮ੍ਰਿਤ ਹਿਰਦੈ ਸਿੰਚਾਈ। ਨਵ ਨਿਧ ਰਿਧ ਸਿਧ ਹਰ ਲਾਗ ਰਹੀ ਜਨ ਪਾਈ। ਭਏ ਕਿਰਪਾਲ ਦਿਆਲ ਗੋਵਿੰਦਾ, ਅੰਮ੍ਰਿਤ ਹਿਰਦੈ ਸਿੰਚਾਈ। ਨਵ ਨਿਧ ਰਿਧ ਸਿਧ ਹਰ ਲਾਗ ਰਹੀ ਜਨ ਪਾਈ। ਸੰਤਨ ਕਉ ਅਨੰਦ ਸਗਲ ਹੀ ਜਾਈ, ਗ੍ਰਹਿ ਬਾਹਰ ਠਾਕਰ ਭਗਤਨ ਕਾ ਰਵ ਰਹਿਆ ਸਰਬ ਥਾਈ। ਤਾਂ ਕੋ ਕੋਈ ਨਾ ਪਹੁੰਚਣ ਹਾਰਾ, ਜਾਂ ਕਹਿ ਅੰਗ ਗੁਸਾਈ। ਜਮਕੀ ਤ੍ਰਾਸ ਮਿਟੈ ਜਿਸ ਸਿਮਰਤ, ਨਾਨਕ ਨਾਮ ਧਿਆਈ। ਤਾਂ ਕੋ ਕੋਈ ਨਾ ਪਹੁੰਚਣ ਹਾਰਾ, ਜਾਂ ਕਹਿ ਅੰਗ ਗੁਸਾਈ। ਜਮਕੀ ਤ੍ਰਾਸ ਮਿਟੈ ਜਿਸ ਸਿਮਰਤ, ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।